ਸਾਰੀ ਦੁਨੀਆ ਦਾ ਇੱਕ ਸਵਾਲ ਹੈ ਵੀ ਅਸੀਂ ਸੱਚੇ ਕਿਵੇਂ ਬਣੀਏ, ਸਾਨੂੰ ਲੋਕ ਚੰਗਾ ਕਿਵੇਂ ਕਹਿਣ। ਇਹਦੇ ਵਾਸਤੇ ਕੋਈ ਤਾਂ ਕਹਿੰਦਾ ਸੀ ਵੀ ਵੇਦ ਗ੍ਰੰਥਾਂ ਨੂੰ ਪੜ੍ਹੋ, ਕੋਈ ਕਹਿੰਦਾ ਵੀ ਤੀਰਥਾਂ 'ਤੇ ਨਹਾ ਲਓ, ਅਤੇ ਕੋਈ ਕਹਿੰਦਾ ਗਿਆਨ ਪ੍ਰਾਪਤ ਕਰੋ, ਅਤੇ ਕਈ ਐਸੇ ਵੀ ਸੀ ਗਿਆਨ ਪ੍ਰਾਪਤ ਵੀ ਕਰਦੇ, ਤੀਰਥਾਂ 'ਤੇ ਵੀ ਨਹਾਉਂਦੇ, ਵੇਦ ਗ੍ਰੰਥ ਵੀ ਪੜ੍ਹਦੇ। ਪਰ ਜਿਵੇਂ ਹੁਣ ਸਮਾਂ ਹੈ ਨਾ ਗੁਰਮੁਖੋ, ਜੇ ਕਿਸੇ ਨੂੰ ਚੰਗੀ ਗੱਲ ਕਹੋ ਅਗਲਾ ਬੁਰੀ ਮੰਨਦਾ, ਤੁਹਾਡੇ ਨਾਲ ਨਿੱਤ ਹੁੰਦੀ ਹੋਏਗੀ। ਆਪਾਂ ਚੰਗਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਗਲਾ ਕਹਿੰਦਾ ਐਵੇਂ ਮਰੀ ਜਾਂਦੇ, ਇੱਥੇ ਕਿਹੜਾ ਸੁਣਦਾ ਗੁਰਮੁਖ। ਆਖੋ ਗੱਲ ਕਿਸੇ ਨੂੰ ਚੰਗੀ ਮੰਨੋ ਬੁਰੀ ਸਮਝ ਕੇ ਤੰਗੀ, ਅਤੇ ਜਦੋਂ ਗਿਆਨਵਾਨ ਸਿਆਣੇ ਬੰਦਿਆਂ ਨੇ ਦੁਨੀਆ ਨੂੰ ਸਮਝਾਉਣਾ ਚਾਹਿਆ, ਅਤੇ ਕਈ ਮੂਹਰੋਂ ਫਿਰ ਮੰਨਣ ਦੀ ਬਜਾਏ ਉਹਨਾਂ ਦਾ ਵਿਰੋਧ ਕਰਦੇ। ਹੁਣ ਜਦੋਂ ਤੁਸੀਂ ਵੀ ਲਾ ਲਓ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ, ਪੁੱਤਾਂ ਨੂੰ ਜਾਂ ਪਰਿਵਾਰ ਨੂੰ ਚੰਗੀ ਗੱਲ ਦੱਸੋ, ਅਤੇ ਉਹ ਅੱਗੋਂ ਬੁਰਾ ਮਨਾਉਣ, ਫਿਰ ਕੀ ਕਰੋਗੇ? ਕਈ ਵਾਰੀ ਸੋਚਦੇ ਹਾਂ ਵੀ ਆਪਾਂ ਕੀ ਲੈਣਾ, ਜਿਹੜਾ ਮਰਦਾ ਮਰੇ। ਫਿਰ ਸੋਚੀਦਾ ਨਾ ਵੀ ਜੇ ਨਹੀਂ ਮੰਨਦਾ ਆਪਾਂ ਕਿਉਂ ਆਪਾਂ ਫਰਕ ਪਾਈਏ ਆਪਸ ਵਿੱਚ, ਦੁੱਖ ਉਹ ਆਪੇ ਭੋਗੂ। ਕਈ ਵਾਰੀ ਇਹ ਸੋਚ ਕੇ ਚੁੱਪ ਕਰ ਜਾਂਦੇ ਹਾਂ। ਇਸੇ ਕਰਕੇ ਕਈ ਮੋਨੀ ਬਣਦੇ ਸੀ। ਮੈਂ ਗੱਲ ਗੁਰਬਾਣੀ ਦੀ ਕਰਦਾ, ਧਿਆਨ ਨਾਲ ਸਮਝਿਓ। ਕਈ ਇਸੇ ਕਰਕੇ ਮੋਨੀ ਬਣ ਜਾਂਦੇ ਸੀ ਵੀ ਜਦੋਂ ਕਹਿੰਦੇ ਹਾਂ ਸੁਣਨ ਵਾਲਾ ਬੁਰਾ ਮਨਾਉਂਦਾ ਹੈ, ਨਾਲੇ ਤਾਂ ਆਪਣਾ ਸਮਾਂ ਬਰਬਾਦ ਜਾਂਦਾ। ਜਦੋਂ ਕਹੀਏ ਕਿਸੇ ਨੂੰ ਅਗਲਾ ਨਾ ਮੰਨੇ, ਫਿਰ ਮਨ ਤਾਂ ਆਪਣਾ ਵੀ ਦੁਖੀ ਹੁੰਦਾ ਹੈ। ਇਸੇ ਕਰਕੇ ਕਈ ਸੋਚਦੇ ਸੀ ਵੀ ਚੁੱਪੀ ਕਰ ਜਾਓ, ਆਪਾਂ ਕਿਸੇ ਨੂੰ ਕੁਛ ਕਹਿਣਾ ਹੀ ਨਹੀਂ ਹੈ। ਉਹਨਾਂ ਦਾ ਨਾਮ ਪੈ ਗਿਆ ਮੋਨੀ ਗੁਰਮੁਖ। ਅਤੇ ਗੁਰੂ ਨਾਨਕ ਸਾਹਿਬ ਨੇ ਗੱਲ ਇੱਥੋਂ ਹੀ ਸ਼ੁਰੂ ਕੀਤੀ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ ਨਾ ਮੂਲ ਮੰਤਰ, ਜਿੱਥੋਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦੇ ਨੇ। ਬਾਣੀ ਦਾ ਨਾਂ ਹੈ ਜਪ। ਕਈ ਵਾਰੀ ਆਪਾਂ ਕਹਿੰਦੇ ਹਾਂ ਜਪਜੀ ਸਾਹਿਬ, ਜਪਜੀ ਸਾਹਿਬ ਨਾਂ ਨਹੀਂ ਹੈਗਾ ਗੁਰਮੁਖ। ਜੀ ਅਤੇ ਸਾਹਿਬ ਇਹ ਤਾਂ ਸਤਿਕਾਰ ਨਾਲ ਕਹੀਦਾ। ਪਹਿਲੀ ਬਾਣੀ ਹੈ ਜਪ, ਮੁਕਤੀ ਦਾ ਸਾਧਨ ਵੀ ਜਪ ਹੈ, ਪਰਮਾਤਮਾ ਨੂੰ ਮਿਲਣ ਦਾ ਤਰੀਕਾ ਵੀ ਗੁਰੂ ਨਾਨਕ ਜੀ ਨੇ ਜਪ ਦੱਸਿਆ। ਅਤੇ ਜਪ ਕਰਨਾ ਕਿਹਦਾ? ਇੱਕ ਓਅੰਕਾਰ, ਇਹਦਾ ਭਾਵ ਕੀ ਹੈ ਵੀ ਪਰਮਾਤਮਾ ਇੱਕੋ ਹੀ ਹੈ ਜੀ, ਉਹਦੇ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਵੇ, ਉਹਦਾ ਜਪ ਕਰਨਾ। ਜੇ ਤੂੰ ਉਸ ਵਾਹਿਗੁਰੂ ਨਾਲ ਜੁੜ ਜਾਏਗਾ, ਉਹਦੇ ਵਾਲੇ ਗੁਣ ਆਪਣੇ ਵਿੱਚ ਧਾਰਨ ਕਰ ਲਏਗਾ, ਤੂੰ ਵੀ ਪਰਮਾਤਮਾ ਦਾ ਹੀ ਰੂਪ ਹੋ ਜਾਏਗਾ। ਆਖੋ ਸਤਨਾਮ। ਗੁਣ ਕੀ ਹੈ? ਸਤਨਾਮ, ਉਹਦਾ ਨਾਮ ਸੱਚਾ ਭਾਈ। ਕਰਤਾ ਪੁਰਖ, ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਕਰਨ ਕਰਾਵਣ ਯੋਗ ਹੈ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ ਹੈ, ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਤੁਸੀਂ ਚਾਹੇ ਚੰਗਾ ਕਹੋ ਮਾੜਾ ਕਹੋ, ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਨਹੀਂ। ਕੀਤੇ ਕਰਮ ਦਾ ਫਲ ਜਿਹੇ ਜੇ ਕਰੇਗਾ ਤੂੰ ਭੋਗ ਲਏਗਾ। ਉਹਨੇ ਨਿਆਂ ਸੱਚਾ ਕਰਨਾ,
ਅਕਾਲ ਮੂਰਤ, ਇਹਦਾ ਭਾਵ ਕੀ ਹੈ ਵੀ ਪਰਮਾਤਮਾ ਇੱਕ ਐਸਾ ਮੂਰਤੀਮਾਨ ਹੋਇਆ ਸਭ ਜੀਵਾਂ ਵਿੱਚ ਵੱਸਦਾ ਹੈ ਪਰ ਸਮੇਂ ਦੇ ਚੱਕਰ ਵਿੱਚ ਨਹੀਂ ਪੈਂਦਾ। ਖੋ ਸਤਨਾਮ। ਸਮੇਂ ਦਾ ਚੱਕਰ ਵੀ ਸਮਝਿਓ, ਕਾਲ ਤੋਂ ਭਾਵ ਹੁੰਦਾ ਸਮਾਂ, ਅਕਾਲ ਕਹੀਏ ਜਿਹੜਾ ਸਮੇਂ ਤੋਂ ਬਾਹਰ ਹੈ। ਹੁਣ ਦੇਖੋ ਆਪ, ਕਲਯੁੱਗ ਦਾ ਸਮਾਂ ਚੱਲਦਾ ਨਾ, ਸਾਰੇ ਸੋਚਦੇ ਹਾਂ ਵੀ ਦੁਨੀਆ ਦੋ ਨੰਬਰ ਦੇ ਧੰਦੇ ਨਾਲ ਚੱਲਦੀ ਹੈ, ਆਪਾਂ ਵੀ ਰਲ ਜਾਓ। ਜੇ ਇਹ ਸੋਚ ਕੇ ਗਲਤ ਕੰਮ ਕਰਾਂਗੇ ਫਿਰ ਪਰਮਾਤਮਾ ਨੇ ਸਾਡਾ ਸਾਥ ਨਹੀਂ ਦੇਣਾ। ਸਾਥ ਕਿੰਨਾ ਦਾ ਦਿੰਦਾ? ਜਿਹੜੇ ਸੱਚ 'ਤੇ ਪਹਿਰਾ ਦੇਣ। ਉਹ ਭਾਵੇਂ ਸਤਯੁੱਗ ਵਿੱਚ ਸੀ, ਭਾਵੇਂ ਦੁਆਪਰ ਵਿੱਚ, ਭਾਵੇਂ ਤ੍ਰੇਤੇ ਵਿੱਚ, ਭਾਵੇਂ ਕਲਯੁੱਗ ਵਿੱਚ ਹੈ, ਜਿਹੜੇ ਵੀ ਸੱਚ ਦੇ ਰਾਹ 'ਤੇ ਤੁਰਨਗੇ ਉਹਨਾਂ ਨੂੰ ਪਰਮਾਤਮਾ ਸਾਥ ਦਿੰਦਾ। ਬੜੀ ਸ਼ੋਭਾ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ। ਭਾਵ ਕੀ, ਉਹ ਸਮੇਂ ਨਾਲ ਬਦਲਦਾ ਨਹੀਂ ਹੈ। ਇਹ ਨਹੀਂ ਵੀ ਸਤਯੁੱਗ ਵਿੱਚ ਤਾਂ ਭਗਤਾਂ ਦੀ ਰੱਖਿਆ ਕੀਤੀ ਅਤੇ ਕਲਯੁੱਗ ਵਿੱਚ ਨਹੀਂ ਕਰੂਗਾ, ਕਲਯੁੱਗ ਵਿੱਚ ਵੀ ਕੀਤੀ ਹੈ। ਇਸੇ ਕਰਕੇ ਕਿਹਾ ਅਕਾਲ ਮੂਰਤ, ਅਜੂਨੀ। ਅਜੂਨੀ ਤੋਂ ਭਾਵ ਹੁੰਦਾ ਜੂਨਾਂ 'ਚ ਨਹੀਂ ਪੈਂਦਾ ਗੁਰਮੁਖੋ। ਆਪਾਂ ਤਾਂ ਖਿਮਾ ਕਰਿਓ, ਬਣਾ ਕੇ ਰੱਬ ਨੇ ਬੰਦੇ ਭੇਜਿਆ ਨਾ, ਕਈ ਬੰਦੇ ਵੀ ਨਹੀਂ ਰਹਿੰਦੇ। ਕਹਿਣਾ ਪੈਂਦਾ ਵੀ ਇਹ ਹੁਣ ਗਧੇ ਵਾਂਗੂ ਜਿੱਦ ਕਰ ਗਿਆ, ਇਹ ਛੱਡ ਖਹਿੜਾ, ਇਹਦੇ ਨਾਲ ਕੀ ਮੱਥਾ ਮਾਰਨਾ। ਕਈ ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ 'ਤੇ ਕਲੇਸ਼ ਪਾਈ ਰੱਖਣਗੇ, ਕਾਮਾ ਰੌਲੀ ਪਾਈ ਜਾਂਦੇ ਹੈ। ਬਦਲ ਜਾਂਦੇ ਆ ਨਾ ਬੰਦੇ ਹੁੰਦੇ ਵੀ। ਕਈ ਕਰਕੇ ਨਸ਼ਾ ਗੰਦੀਆਂ ਨਾਲੀਆਂ 'ਚ ਜਦੋਂ ਡਿੱਗਦੇ ਨੇ, ਮੈਂ ਪਰਿਵਾਰ ਉਹਨਾਂ ਦੇ ਕਹਿੰਦੇ ਸੁਣੇ ਨੇ ਵੀ ਇਹ ਸੂਰ ਹੈ, ਚਰਗਲ 'ਚ ਡਿੱਗਿਆ ਪਿਆ ਹੈ ਤਾਂ ਬੰਦਾ, ਪਰ ਕਰਮ ਉਹ ਜੇ ਹੋ ਗਏ ਉਹਨੂੰ ਸੂਰ ਕਹਿਣਾ ਪੈ ਗਿਆ। ਆਖੋ ਸਤਨਾਮ। ਪਰਮੇਸ਼ਰ ਹੈ ਜਿਹੜਾ ਗੁਰਮੁਖੋ, ਉਹ ਜੂਨਾਂ 'ਚ ਨਹੀਂ ਪੈਂਦਾ, ਜੂਨਾਂ ਤੋਂ ਰਹਿਤ ਹੈ। ਅਜੂਨੀ ਸੈ ਭੰਗ ਸੁਤੇ ਸੁਧ ਪ੍ਰਕਾਸ਼ਵਾਨ ਹੈ। ਪਹਿਲਾਂ ਉਹਨੇ ਆਪਣਾ ਆਪ ਬਣਾਇਆ, ਫਿਰ ਉਹਨੇ ਦੂਜੇ ਨੰਬਰ 'ਤੇ ਕੁਦਰਤ ਸਾਜੀ, ਅਤੇ ਕੁਦਰਤ ਦੇ ਵਿੱਚ ਆ 84 ਲੱਖ ਜੂਨਾਂ ਬਣਾਤੀਆਂ। ਆਖੋ ਸਤਨਾਮ। ਕੀਤਾ ਸਭ ਕੁਛ, ਬਣਾਇਆ ਸਭ ਕੁਛ, ਪਰ ਕਿਸੇ ਨਾਲ ਕੋਈ ਵੈਰ ਨਹੀਂ। ਜਿਹੜਾ ਕਰਮ ਮਾੜੇ ਕਰੂਗਾ ਉਹ ਆਪਦਾ ਫਲ ਭੋਗੂਗਾ ਗੁਰਮੁਖੋ। ਹੁਣ ਤੁਸੀਂ ਸੋਚੋਗੇ ਵੀ ਵੈਰ ਕਿਉਂ ਨਹੀਂ? ਦੇਖੋ ਹੁਣ ਸਾਹ ਪਰਮਾਤਮਾ ਦੀ ਕਿਰਪਾ ਨਾਲ ਆਉਂਦਾ ਨਾ, ਜਿੰਨੇ ਲਿਖਤੇ ਉਹਨੇ ਆਉਣੇ ਹੀ ਆਉਣੇ। ਹੁਣ ਤੁਹਾਡੀ ਮਰਜ਼ੀ ਹੈ, ਸਰੀਰ ਉਹਨੇ ਦਿੱਤਾ, ਸਵਾਸ ਦਿੱਤੇ, ਉਹਨਾਂ 'ਚ ਹੀ ਆਪਾਂ ਚੰਗਾ ਮਾੜਾ ਕਰ ਸਕਦੇ ਹਾਂ। ਤੁਸੀਂ ਕਿਸੇ ਨੂੰ ਬੁਰਾ ਕਹੀ ਜਾਓ, ਤੁਸੀਂ ਚੋਰੀਆਂ ਕਰੋ, ਲੁੱਟਾਂ ਕਰੋ, ਪਰ ਗੁਰਮੁਖ ਪਿਆਰਿਓ ਸਾਹ ਤਾਂ ਰੱਬ ਫੇਰ ਵੀ ਦਿੰਦਾ। ਆਖੋ ਸਤਨਾਮ। ਰੋਜ਼ੀ ਰੋਟੀ ਪਾਪੀਆਂ ਨੂੰ ਵੀ ਦਿੰਦਾ ਹੈ, ਉਹਦਾ ਕਰਮ ਹੈ, ਰਿਜਕ ਦੇਣਾ, ਸਵਾਸ ਦੇਣੇ, ਜਨਮ ਦਿੱਤਾ ਹੈ। ਪਰ ਅੱਗੇ ਜਿਹੜੇ ਕਰਮ ਤੂੰ ਕਰੇਗਾ ਉਹਦਾ ਫਲ ਵੀ ਫਿਰ ਤੈਨੂੰ ਭੁਗਤਣਾ ਪੈਣਾ, ਇਹ ਵੀ ਉਹਦਾ ਨਿਯਮ ਹੈ ਗੁਰਮੁਖ। ਅਜੂਨੀ ਸੈ ਭੰਗ, ਉਹ ਪਰਮਾਤਮਾ ਵਿੱਚ ਇਹੋ ਜਿਹੇ ਗੁਣ ਨੇ ਮਹਾਰਾਜ ਕਹਿੰਦੇ, ਉਹਦਾ ਜਪ ਕਰਿਆ ਕਰ, ਉਸ ਦਾ ਜਪ ਕਰਨਾ। ਜੇ ਤੂੰ ਉਹਦੇ ਵਰਗਾ ਬਣਨਾ ਚਾਹੁੰਦਾ ਤਾਂ ਫਿਰ ਇੱਕ ਤਰੀਕਾ ਹੋਰ ਦੱਸਤਾ, ਕਹਿੰਦੇ ਗੁਰਪ੍ਰਸਾਦ। ਇਹਦਾ ਭਾਵ ਕੀ ਹੈ? ਗੁਰੂ ਦੀ ਕਿਰਪਾ। ਜਿਹੜੇ ਤੇਰੇ ਗੁਰੂ ਨੇ, ਤੂੰ ਗੁਰੂ ਵਾਲਾ ਬਣ, ਗੁਰੂ ਦੇ ਹਰ ਬਚਨ ਨੂੰ ਮੰਨ,
ਸ਼ੰਕਾ ਨਾ ਕਰੀ ਵੀ ਕਿਉਂ ਜਾਂ ਕਿਵੇਂ, ਵੀ ਹੋਏਗਾ ਜਾਂ ਨਹੀਂ। ਜੇ ਗੁਰੂ ਧਾਰਨ ਕੀਤਾ, ਗੁਰੂ ਦੇ ਹਰ ਹੁਕਮ ਨੂੰ ਪ੍ਰੇਮ ਨਾਲ ਸ਼ਰਧਾ ਨਾਲ ਮੰਨੀ, ਤੇਰੇ 'ਤੇ ਐਡੀ ਬਖਸ਼ਿਸ਼ ਹੋਜੂ, ਜਿਉਂ ਜਿਉਂ ਜਪ ਕਰੇਗਾ ਤੇਰਾ ਮੇਲ ਪਰਮਾਤਮਾ ਨਾਲ ਵੱਧਦਾ ਜਾਣਾ, ਤੂੰ ਇੱਕ ਦਿਨ ਰੱਬ ਦਾ ਪਰਮਾਤਮਾ ਦਾ ਰੂਪ ਹੋ ਜਾਏਗਾ। ਆਖੋ ਸਤਨਾਮ। ਗੁਰ ਪ੍ਰਸਾਦ ਜਪ, ਜਪ ਕਰਨਾ ਕਿਹਦਾ? ਆਦ ਸੱਚ, ਜਿਹੜਾ ਪਰਮਾਤਮਾ ਸ਼ੁਰੂ ਵਿੱਚ ਵੀ ਸੱਚ, ਜੁਗਾਦ ਸੱਚ, ਜਦੋਂ ਯੁੱਗ ਆ ਗਏ ਉਦੋਂ ਵੀ ਸੱਚ ਹੈ, ਭੀ ਸੱਚ ਹੁਣ ਵੀ ਸੱਚ ਹੈ, ਨਾਨਕ ਹੋਸੀ ਭੀ ਸੱਚ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਅੱਗੇ ਨੂੰ ਵੀ ਸੱਚ ਆਉਣਾ ਹੈ। ਹੁਣ ਇਹ ਹੈ ਸਲੋਕ, ਪਹਿਲਾ ਸਲੋਕ ਜਪਜੀ ਸਾਹਿਬ ਦੇ ਵਿੱਚ ਨਾ, ਇਹ ਪਹਿਲਾ ਸਲੋਕ ਹੈ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ। ਇੱਥੋਂ ਫਿਰ ਪੌੜੀ ਸ਼ੁਰੂ ਹੋਈ ਹੈ। ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਉਦੋਂ ਬਾਅਦ ਦੁਨੀਆ ਦਾ ਹੱਲ ਦੱਸਿਆ। ਜਿਹੜੀ ਗੱਲ ਆਪਾਂ ਪਹਿਲਾਂ ਸ਼ੁਰੂ ਕੀਤੀ ਹੈ ਨਾ, ਕੋਈ ਕਹਿੰਦਾ ਸੀ ਤੀਰਥਾਂ 'ਤੇ ਨਹਾ ਲਓ, ਮਹਾਰਾਜ ਕਹਿੰਦੇ ਉਹ ਵੀ ਗੱਲ ਨਹੀਂ ਬਣਨੀ, ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਇੱਥੇ ਸੋਚ ਤੋਂ ਭਾਵ ਹੈ ਪਵਿੱਤਰਤਾ, ਇਸ਼ਨਾਨ। ਕਹਿੰਦੇ ਲੱਖਾਂ ਵਾਰੀ ਤੀਰਥਾਂ 'ਤੇ ਨਹਾਇਆ ਹੀ, ਉਹਦੇ ਨਾਲ ਵੀ ਤੇਰਾ ਮਨ ਸਾਫ਼ ਨਹੀਂ ਹੋ ਸਕਦਾ। ਆਖੋ ਸਤਨਾਮ। ਕੋਈ ਕਹਿੰਦਾ ਸੀ ਗਿਆਨ ਹੋਣਾ ਚਾਹੀਦਾ, ਵੇਦ ਗ੍ਰੰਥ ਪੜ੍ਹੋ, ਕਈਆਂ ਨੂੰ ਸਭ ਕੁਛ ਮਿਲ ਜਾਂਦਾ। ਜਦੋਂ ਕਹਿੰਦੇ ਸੀ ਲੋਕ ਦੁੱਖ ਮਨਾਉਂਦੇ, ਉਹ ਫਿਰ ਚੁੱਪ ਕਰ ਜਾਂਦੇ ਸੀ ਵੀ ਆਪਾਂ ਕੀ ਲੈਣਾ, ਚੁੱਪ ਕਰਕੇ ਬੈਠੇ ਰਹੋ, ਆਪੇ ਮਨ ਟਿਕ ਜੂਗਾ। ਆਖੋ ਸਤਨਾਮ। ਉਹਨਾਂ ਦਾ ਨਾਮ ਪੈ ਗਿਆ ਗੁਰਮੁਖ ਪਿਆਰਿਓ ਮੋਨੀ। ਅਤੇ ਮਹਾਰਾਜ ਕਹਿੰਦੇ ਜੇ ਸਾਰੇ ਚੁੱਪ ਕਰ ਜਾਂਗੇ ਵੀ ਕਿਹੜਾ ਕੋਈ ਆਖੇ ਲੱਗਦਾ, ਜਿਵੇਂ ਹੁਣ ਜ਼ਮਾਨਾ ਹੈ ਨਾ, ਦੇਖੋ ਫਿਰ ਵੀ ਸਰਨਾ ਨਹੀਂ ਹੈ, ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਕਹਿੰਦੇ ਜੇ ਤੂੰ ਚੁੱਪ ਕਰ ਜਾਏਗਾ ਵੀ ਆਪਾਂ ਦੁਨੀਆ ਤੋਂ ਕੀ ਲੈਣਾ, ਆਪਣਾ ਮਨ ਟਿਕਣਾ ਚਾਹੀਦਾ। ਕਹਿੰਦੇ ਤੇਰੇ ਚੁੱਪ ਹੋਣ ਨਾਲ ਵੀ ਮਨ ਨੇ ਨਹੀਂ ਟਿਕਣਾ, ਜ਼ੁਬਾਨ ਦੇ ਚੁੱਪ ਹੋਣ ਨਾਲ ਮਨ ਦਾ ਸੰਬੰਧ ਨਹੀਂ ਹੈ, ਇਹਨੇ ਨਹੀਂ ਟਿਕਣਾ। ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਪਾਰ। ਕਈ ਹੁਣ ਕਹਿੰਦੇ ਸੀ ਵੀ ਜਿਹੜਾ ਮਨ ਹੈ ਇਹ ਜੋ ਚਾਹੁੰਦਾ ਜਿੱਥੇ ਚਾਹੁੰਦਾ ਇਹਨੂੰ ਕਰਨ ਦਿਓ, ਇਹ ਰੱਜ ਕੇ ਟਿਕ ਜੂਗਾ। ਪਰ ਮਹਾਰਾਜ ਕਹਿੰਦੇ ਇਹ ਵੀ ਗੱਲ ਨਹੀਂ ਬਣੀ, ਤੁਸੀਂ ਸਿਆਣੇ ਬੈਠੇ ਹੋ, ਕਿਤੇ ਮਨ ਰੱਜਿਆ ਗੁਰਮੁਖੋ? ਦੁਨੀਆ ਭਰ ਦੇ ਪਦਾਰਥ, ਦੁਨੀਆ ਭਰ ਦੀ ਸੁੰਦਰਤਾ ਇਸ ਮਨ ਦੇ ਅੱਗੇ ਰੱਖ ਦਿਓ, ਪਰ ਮਨ ਨੂੰ ਰੱਜ ਨਹੀਂ ਆਉਂਦਾ। ਇਹ ਤਾਂ ਜਿੰਨੇ ਪਦਾਰਥ ਵਧਣਗੇ ਓਨੀ ਸਾਡੀ ਤਮਾ ਵੱਧਦੀ ਜਾਣੀ ਆ। ਆਖੋ ਸਤਨਾਮ। ਸਹਿਸ ਖਟੇ ਲੱਖ ਕੌ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਕਹਿੰਦੇ ਜੇ 100 ਕਮਾਉਂਦਾ ਸੀ, ਇੱਛਾ ਹੋ ਗਈ ਵੀ ਹੁਣ 1000 ਕਮਾਵਾਂ, ਜੇ 1000 ਦਾ ਸਾਧਨ ਬਣ ਗਿਆ ਫਿਰ ਸੋਚੀਦਾ ਆਪਾਂ ਲੱਖਾਂ 'ਚ ਕਮਾਈ ਕਰੀਏ। ਜ਼ਿਮੀਂਦਾਰ ਬੈਠੇ ਹੋ, ਅੱਗੇ 15-20 ਮਣ ਦੀ ਮਸਾਂ ਫਸਲ ਨਿਕਲਦੀ ਸੀ ਕਿੱਲੇ 'ਚੋਂ, ਉਦੋਂ ਗੁਜ਼ਾਰਾ ਵੀ ਹੁੰਦਾ ਸੀ,
ਸ਼ਾਂਤੀ ਵੀ ਹੁੰਦੀ ਸੀ ਅਤੇ ਪਰਿਵਾਰ ਵੀ ਇਕੱਠਾ ਹੁੰਦਾ ਸੀ। ਅਤੇ ਹੁਣ 40-40 60-60 ਮਣੇ ਦੀਆਂ ਕਣਕਾਂ ਨਿਕਲਦੀਆਂ, ਫਿਰ ਵੀ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ। ਆਖੋ ਸਤਨਾਮ, ਕੋਈ ਰੱਜਿਆ ਗੁਰਮੁਖ ਪਿਆਰਿਓ। ਅੱਗੇ 100 ਦਾ ਨੋਟ ਪਿੰਡ 'ਚ ਕਿਸੇ ਕੋਲ ਹੀ ਹੁੰਦਾ ਸੀ, ਅਤੇ ਹੁਣ 100 ਨੂੰ ਕੌਣ ਸਮਝਦਾ ਗੁਰਮੁਖ? ਹਜ਼ਾਰਾਂ ਲੱਖਾਂ ਦੀ ਆਮਦਨ ਹੋ ਗਈ ਪਰ ਸੁਖੀ ਆਪਾਂ ਫਿਰ ਵੀ ਨਾ ਹੋਏ। ਫਿਰ ਇੱਛਾ ਹੈ, ਖੇਤੀਬਾੜੀ ਵਾਲਾ ਕਹਿੰਦਾ ਮੈਂ ਨੌਕਰੀ ਕਰਾਂ, ਨੌਕਰੀ ਵਾਲਾ ਕਹਿੰਦਾ ਮੈਂ ਵੀ ਮੰਤਰੀ ਬਣ ਜਾ। ਭਾਰਤ ਦੇ ਵਿੱਚ ਕੰਮ ਧੰਦਾ ਸੋਹਣਾ, ਸੋਚੀਦਾ ਕਿਤੇ ਬਾਹਰਲੇ ਦੇਸ਼ ਚੱਲੀਏ। ਬਾਹਰਲੇ ਦੇਸ਼ਾਂ ਵਾਲੇ ਕਹਿੰਦੇ ਨੇ ਆਪਾਂ ਕੋਈ ਚੰਦ 'ਤੇ ਚੱਲੀਏ, ਕੋਈ ਅੱਗੇ ਹੋਰ ਚੱਲੀਏ, ਆਪਾਂ ਭਟਕਣਾ ਨਹੀਂ ਟਿਕਦੀ ਗੁਰਮੁਖੋ। ਸੋ ਸਤਿਗੁਰੂ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਸਮਝਾਇਆ, ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਨਾ ਤਾਂ ਤੇਰੇ ਜ਼ੁਬਾਨ ਦੇ ਚੁੱਪ ਹੋਣ ਨਾਲ ਮਨ ਚੁੱਪ ਹੋਵੇ, ਅਤੇ ਜੇ ਤੂੰ ਕਹੇ ਤੀਰਥਾਂ 'ਤੇ ਨਹਾ ਕੇ ਮੈਂ ਪਵਿੱਤਰ ਹੋ ਜਾਊਂਗਾ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਦੁਨੀਆ ਭਰ ਦੇ ਪਦਾਰਥ ਤੇਰੇ ਮੂਹਰੇ ਰੱਖ ਦੀਏ, ਮਨ ਨੇ ਤਾਂ ਵੀ ਨਹੀਂ ਰੱਜਣਾ। ਆ ਕਈ ਵੇਖੀਦਾ ਨਾ, ਬਜ਼ੁਰਗ ਹੋ ਜਾਂਦੇ ਹੈ, ਸਾਰੀ ਜ਼ਿੰਦਗੀ 'ਚ ਬਹੁਤ ਬਾਹਾਂ ਵਗੀਆਂ ਹੁੰਦੀਆਂ, ਪਰ ਕਈ ਕਹਿਣਗੇ ਕੀ ਕਰੀਏ, ਸਰੀਰ ਬੁੱਢਾ ਹੋ ਗਿਆ ਪਰ ਵਾਸ਼ਨਾ ਅਜੇ ਵੀ ਨਹੀਂ ਮਰੀ। ਆਖੋ ਸਤਨਾਮ, ਅਜੇ ਵੀ ਵਾਸ਼ਨਾ ਨਹੀਂ ਮਰਦੀ। ਅਤੇ ਇੱਕ ਹੋਰ ਸੀਗਾ, ਜਿਹੜੇ ਕਹਿੰਦੇ ਸੀ ਵੇਦ ਗ੍ਰੰਥਾਂ ਨੂੰ ਪੜ੍ਹੋ, ਗਿਆਨ ਨੂੰ ਪੜ੍ਹੋ, ਜਿੰਨਾ ਪੜ੍ਹ ਸਕਦੇ ਹੋ ਮਨ ਟਿਕ ਜੂ, ਉਹ ਵੀ ਸਤਿਗੁਰੂ ਕਹਿੰਦੇ ਸਾਹਸ ਸਿਆਣਪਾਂ ਲੱਖ ਹੋਏ। ਇੱਕ ਅੱਧੇ ਦੀ ਗੱਲ ਸਾਡੇ ਸਾਹਸ ਤੋਂ ਭਾਵ ਹੁੰਦਾ ਹਜ਼ਾਰ। ਕਹਿੰਦੇ ਹਜ਼ਾਰ ਕਰੋ ਪੜ੍ਹਿਆ ਲਿਖਿਆ ਇਕੱਠਾ, ਅਤੇ ਉਹ ਪੜ੍ਹਾਈ ਵੀ ਐਸੀ ਪੜ੍ਹੇ ਹੋਣ ਇੱਕ ਇੱਕ ਬੰਦੇ ਕੋਲ ਲੱਖ ਤਰ੍ਹਾਂ ਦੀ ਵਿੱਦਿਆ ਹੋਵੇ। ਇੱਥੇ ਤਾਂ ਦੇਖੋ ਜੇ ਅੰਗਰੇਜ਼ੀ ਵਾਲਾ ਅੰਗਰੇਜ਼ੀ ਵੀ ਪੜ੍ਹਾ ਸਕਦਾ, ਬਾਕੀ ਪਤਾ ਨਹੀਂ ਹੁੰਦਾ। ਜੇ ਗੁਰਮੁਖ ਪਿਆਰਿਓ ਕੋਈ ਮੈਥ ਪੜ੍ਹਾਉਂਦਾ, ਉਹਨੂੰ ਮੈਥ ਬਾਰੇ ਤਾਂ ਪੂਰਾ ਪਤਾ ਹਿਸਾਬ ਬਾਰੇ, ਪਰ ਹੋਰ ਤਰ੍ਹਾਂ ਦਾ ਗਿਆਨ ਨਹੀਂ ਹੁੰਦਾ। ਪੰਜਾਬੀ ਵਾਲਾ ਪੰਜਾਬੀ ਜਾਣਦਾ, ਅੰਗਰੇਜ਼ੀ ਵਾਲਾ ਅੰਗਰੇਜ਼ੀ ਜਾਣਦਾ, ਉਰਦੂ ਵਾਲਾ ਉਰਦੂ ਜਾਣਦਾ, ਪਰ ਸਤਿਗੁਰੂ ਕਹਿੰਦੇ ਹਜ਼ਾਰ ਕਰੋ ਇਹੋ ਜਿਹਾ ਬੰਦਾ ਇਕੱਠਾ ਜਿਹਦੇ ਕੋਲ ਲੱਖ ਲੱਖ ਤਰ੍ਹਾਂ ਦੀ ਵਿੱਦਿਆ ਹੋਵੇ, ਭਾਸ਼ਾ ਦਾ ਜਾਣੂ ਹੋਵੇ, ਪਰ ਫਿਰ ਵੀ ਮਨ ਦੀ ਦੁਨੀਆ ਵਿੱਚ ਇੱਕ ਵੀ ਨਹੀਂ ਚੱਲਦੀ। ਆਖੋ ਸਤਨਾਮ, ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਸਾਰੀ ਦੁਨੀਆ ਦਾ ਸਵਾਲ ਇੱਕੋ ਹੈ ਵੀ ਜੇ ਨਾ ਤਾਂ ਨਹਾ ਕੇ ਗੱਲ ਬਣਨੀ ਹੈ, ਨਾ ਚੁੱਪ ਹੋ ਕੇ, ਨਾ ਗਿਆਨ ਪੜ੍ਹ ਕੇ ਗੱਲ ਬਣਨੀ ਹੈ, ਨਾ ਮਨ ਨੂੰ ਪਦਾਰਥਾਂ ਦਾ ਸਿਆਣ ਸੁੰਦਰਤਾ ਦਾ ਲਾਲਚ ਦੇ ਕੇ ਗੱਲ ਬਣਨੀ ਹੈ, ਫਿਰ ਭਲਾ ਕਿਵੇਂ ਹੋਊਗਾ? ਇਹ ਦੁਨੀਆ ਦਾ ਸਵਾਲ ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਹਿੰਦੇ ਕਿਵੇਂ ਸੱਚੇ ਬਣੀਏ, ਜਿਹੜੀ ਸਾਡੇ ਵਿੱਚ ਕੂੜ ਦੀ ਪਾਲ ਹੈ, ਝੂਠ ਦੀ ਦੀਵਾਰ ਹੈ, ਇਹ ਕਿਵੇਂ ਟੁੱਟੇ? ਪਾਲ ਤੋਂ ਭਾਵ ਸਮਝਦੇ ਹੋ ਨਾ, ਕੰਧ ਵੱਟ ਪੈ ਜਾਣੀ। ਕਹਿੰਦੇ ਪਰਮਾਤਮਾ ਅਤੇ ਮਨੁੱਖ ਹੈ ਤਾਂ ਇੱਕੋ ਹੀ। ਜਦੋਂ ਬੱਚੇ ਸੀ ਕਹਿੰਦੇ ਨਹੀਂ ਵੀ ਬੱਚਾ ਰੱਬ ਦਾ ਰੂਪ ਹੈ, ਮਹਾਰਾਜ ਵੀ ਕਹਿੰਦੇ ਨੇ ਜੰਮਦਾ ਬੱਚਾ ਬ੍ਰਹਮ ਗਿਆਨੀ, ਉਹਦੀ ਲਿਵ ਪਰਮਾਤਮਾ ਨਾਲ ਜੁੜੀ ਹੁੰਦੀ ਹੈ।
ਪਰ ਜਿਉਂ ਜਿਉਂ ਸੰਸਾਰ ਦਾ ਗਿਆਨ ਆਉਂਦਾ ਗਿਆ, ਇਹਦੇ ਕਰਕੇ ਝੂਠ ਫਰੇਬ ਵੱਧਦਾ ਗਿਆ। ਆਖੋ ਸਤਨਾਮ, ਅਸੀਂ ਪਰਮੇਸ਼ਰ ਤੋਂ ਦੂਰ ਹੁੰਦੇ ਗਏ। ਉਹ ਨਹੀਂ ਦੂਰ, ਆਪਾਂ ਦੂਰ ਹਾਂ, ਆਪਾਂ ਭੁੱਲੇ ਫਿਰਦੇ ਹਾਂ। ਹੁਣ ਚਾਬੀ ਤਾਂ ਹੋਵੇ ਜੇਬ 'ਚ, ਅਤੇ ਜੇ ਉਹਦਾ ਖਿਆਲ ਨਾ ਹੋਵੇ ਵੀ ਮੇਰੀ ਜੇਬ 'ਚ ਹੈ, ਐਵੇਂ ਥਾਂ ਥਾਂ ਭਾਲੀ ਚੱਲੀਏ, ਕਈ ਪਰਿਵਾਰ ਨਾਲ ਲੜਨਗੇ ਵੀ ਕਿੱਥੇ ਗਵਾਤੀ, ਹੋਵੇ ਭਾਵੇਂ ਗੀਜੇ 'ਚ ਹੀ ਜੇਬ 'ਚ ਹੀ, ਹੈ ਤਾਂ ਕੋਲੇ ਪਰ ਚੇਤੇ 'ਚ ਨਹੀਂ ਹੈ। ਜਿਹੜੀ ਚੀਜ਼ ਸਾਡੇ ਚਿੱਤ ਚੇਤੇ 'ਚੋਂ ਨਿਕਲ ਜੇ, ਉਹਨੂੰ ਦੂਰ ਹੀ ਸਮਝੋ। ਆਖੋ ਸਤਨਾਮ। ਹੁਣ ਪਰਮਾਤਮਾ ਰੋਮ ਰੋਮ ਵਿੱਚ ਵੱਸਦਾ ਹੈ, ਸਾਡੇ ਸਰੀਰ ਵਿੱਚ ਹੈ, ਪਰ ਅਸਲ ਵਿੱਚ ਚੇਤੇ 'ਚ ਨਹੀਂ ਹੈ। ਗੁਰਮੁਖ ਸਾਡੇ ਚੇਤੇ 'ਚੋਂ ਨਿਕਲਦਾ ਜਾਂਦਾ ਹੈ, ਅਸੀਂ ਭੁੱਲ ਗਏ। ਅਤੇ ਸਤਿਗੁਰੂ ਕਹਿੰਦੇ ਨੇ ਕਿਵੇਂ ਸੱਚੇ ਬਣੀਏ, ਕਿਵੇਂ ਝੂਠ ਦੀ ਪਾਲ ਸਾਡੇ ਤੋਂ ਟੁੱਟੇ। ਸਾਰੀ ਦੁਨੀਆ ਦਾ ਸਵਾਲ ਸੀ, ਉਹਦਾ ਹੱਲ ਗੁਰੂ ਨਾਨਕ ਜੀ ਨੇ ਦੱਸਿਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਕਹਿੰਦੇ ਪਰਮਾਤਮਾ ਦੇ ਹੁਕਮ ਨੂੰ ਮੰਨ, ਜਿਹੜੀ ਉਹਦੀ ਰਜਾ ਹੈ ਉਹਦੇ ਵਿੱਚ ਤੁਰਿਆ ਚੱਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਿੰਨ ਗੱਲਾਂ ਕਹੀਆਂ, ਇੱਕ ਤਾਂ ਹੁਕਮ ਪਰਮਾਤਮਾ ਦਾ ਜੋ ਹੈਗਾ ਉਹਦੀ ਰਜਾ ਵਿੱਚ ਰਹਿ, ਅਤੇ ਹੁਕਮ ਹੈ ਕਿ ਤੇਰੇ ਨਾਲ ਹੀ ਲਿਖਿਆ। ਲਿਖਿਆ ਕੀ ਹੈ ਕਿ ਗਲਤ ਬੋਲੇਗਾ ਭਾਈ ਮਾਰ ਪਊਗੀ, ਗਲਤ ਕਰਮ ਕਰੇਗਾ ਬਦਨਾਮੀ ਹੋਏਗੀ, ਚੰਗੇ ਕੰਮ ਕਰੇਗਾ ਸਤਿਕਾਰ ਵਧੂਗਾ। ਇਹ ਸਭ ਕੁਛ ਨਾਲ ਲਿਖਿਆ। ਠੀਕ ਹੈ, ਖਾਧੇ ਪੀਤੇ ਬਿਨਾਂ ਵੀ ਨਹੀਂ ਸਰਦਾ, ਪਰ ਐਸਾ ਨਾ ਖਾਈ ਪੀ ਜਿਹਦੇ ਕਰਕੇ ਤੇਰੀ ਬਦਨਾਮੀ ਹੋਵੇ। ਆਖੋ ਸਤਨਾਮ। ਹੁਣ ਭੁੱਖ ਤਾਂ ਲੱਗੀ ਹੋਵੇ ਦੋ ਪ੍ਰਸ਼ਾਦਿਆਂ ਦੀ, ਆਪਾਂ ਖਾ ਲਈਏ 10, ਫਿਰ ਸੁਖੀ ਥੋੜ੍ਹੀ ਹੋਵਾਂਗੇ, ਦੁਖੀ ਹੋਵਾਂਗੇ। ਗੁਰਮੁਖ ਲੋੜ ਅਨੁਸਾਰ ਖਾ, ਜਿੰਨਾ ਕੁ ਹਜ਼ਮ ਹੋ ਜੇ ਪਚ ਜੇ ਫਿਰ ਤਾਂ ਸੁੱਖ ਹੈ, ਅਤੇ ਜੇ ਬੇਲੋੜਾ ਖਾਏਗਾ ਗਲਤ ਖਾਏਗਾ ਫਿਰ ਦੁਖੀ ਦੁੱਖ ਹੈ। ਆਖੋ ਸਤਨਾਮ। ਪ੍ਰਸ਼ਾਦਾ ਛਕਣਾ ਸਾਡਾ ਫਰਜ਼ ਹੈ, ਦਾਲਾਂ ਸਬਜ਼ੀਆਂ ਛਕਣੀਆਂ ਸਾਡਾ ਫਰਜ਼ ਹੈ, ਪਰ ਜਿਹੜੇ ਹੋਰ ਤਰੀਕੇ ਹੈ, ਕੋਈ ਮਾਸ ਮਿੱਟੀ ਖਾਂਦਾ, ਕੋਈ ਕੁਛ ਕੋਈ ਕੁਛ, ਇੱਥੋਂ ਹੁਣ ਆਪਣੇ ਗੁਰੂਆਂ ਨੇ ਸਾਨੂੰ ਰੋਕਿਆ। ਗੁਰਮੁਖ ਇਹਦਾ ਵੀ ਇੱਕ ਕਾਰਨ ਹੈ ਕਿਉਂ ਰੋਕਿਆ। ਆਲੂ ਹੈ, ਸਬਜ਼ੀ ਹੈ, ਗਾਜਰ ਹੈ, ਕਿਤੇ ਤੁਸੀਂ ਆਪਸ ਵਿੱਚ ਲੜਦੀਆਂ ਦੇਖੀਆਂ? ਇਹ ਨਹੀਂ ਨਾ ਲੜਦੀਆਂ, ਕਣਕ ਢੋਲ ਭਰਿਆ ਪਿਆ ਹੁੰਦਾ, ਕਿਤੇ ਕਣਕ ਦੇ ਦਾਣੇ ਆਪਸ ਵਿੱਚ ਲੜਦੇ ਦੇਖੇ ਹੈ? ਪਰ ਜਿਹੜੇ ਕੁੱਕੜ ਨੇ, ਬੱਕਰੇ ਨੇ, ਪਸ਼ੂ ਕਹਿ ਲਓ, ਇਹਨਾਂ ਨੂੰ ਜੇ ਇਕੱਠੇ ਕਰਾਂਗੇ ਇਹ ਜ਼ਰੂਰ ਲੜਨਗੇ। ਆਖੋ ਸਤਨਾਮ। ਹੁਣ ਪੰਜ ਤੱਤ ਤਾਂ ਆਪਣੇ 'ਚ ਪਹਿਲਾਂ ਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਤਾਂ ਪਹਿਲਾਂ ਹੀ ਸੀ, ਕਾਬੂ ਤਾਂ ਆਪਣਾ ਆਪ ਨਹੀਂ ਹੋ ਰਿਹਾ। ਕੁਛ ਫਿਰ ਉਹ ਜੇ ਜੀਵ ਖਾ ਲਏ ਜਿਨ੍ਹਾਂ ਨੇ ਹੋਰ ਵਧਾਉਣਾ ਤੱਤਾਂ ਨੂੰ, ਉਹਨਾਂ ਵਿੱਚ ਵੀ ਉਹੀ ਔਗਣ ਨੇ, ਉਹ ਤੂੰ ਖਾ ਲਏ ਫਿਰ ਤਾਂ ਮਿੱਤਰਾਂ ਲੜਾਈਆਂ ਝਗੜੇ ਕਾਟੋ ਕਲੇਸ਼ ਵਧੂਗਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਮਨ੍ਹਾ ਕੀਤਾ। ਆਖੋ ਸਤਨਾਮ। ਹੁਣ ਆਪਾਂ ਕੀ ਕੀਤਾ? ਆਪਾਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ, ਆਪਾਂ ਸਵਾਲ ਜਵਾਬ ਕਰਨ ਲੱਗ ਜਾਂਦੇ ਵੀ ਇੱਦਾਂ ਕਿਵੇਂ ਹੋ ਸਕਦਾ ਜੀ, ਫਿਰ ਉਹ ਕਿਉਂ, ਇੱਦਾਂ ਕਿਉਂ? ਜੇ ਸਵਾਲਾਂ ਦੀ ਲੜੀ 'ਚ ਉਲਝੇਗਾ
ਫਿਰ ਜ਼ਿੰਦਗੀ 'ਚ ਸਵਾਲਾਂ ਜੋਗਾ ਹੀ ਰਹਿ ਜਾਏਗਾ ਅਤੇ ਸਵਾਲ ਉਹੀ ਕਰਦਾ ਹੈ ਜਿਹੜਾ ਬਹੁਤਾ ਦੁਖੀ ਹੋਵੇ ਗੁਰਮੁਖ। ਮਹਾਰਾਜ ਕਹਿੰਦੇ ਸਵਾਲ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ। ਕਹਿੰਦੇ ਜਿਹੜਾ ਬਹੁਤਾ ਸਵਾਲ ਜਵਾਬ ਗੁਰੂਆਂ ਉਸਤਾਦਾਂ ਨਾਲ ਕਰਨ ਲੱਗ ਜੇ ਨਾ ਉਹਦਾ ਭਲਾ ਨਹੀਂ ਹੁੰਦਾ। ਇਹ ਤਾਂ ਚਾਕਰ ਲੱਗਾ ਚਾਕਰ ਹੀ। ਕਹਿੰਦੇ ਜੇ ਸੇਵਕ ਬਣਿਆ ਫਿਰ ਸੇਵਾ ਕਰੀ ਚੱਲ ਮਾਲਕ ਦੀ, ਅੱਗੇ ਤੇਰੀ ਮਾਲਕ ਨੇ ਲੱਜਾ ਰੱਖਣੀ ਆ। ਆਖੋ ਸਤਨਾਮ। ਆਪਣਾ ਹਾਲ ਕੀ ਹੈ ਗੁਰਮੁਖੋ? ਹੁਕਮ ਅਸੀਂ ਘੱਟ ਮੰਨਦੇ ਹਾਂ। ਮੈਂ ਤਾਂ ਆਪਦੀ ਗੱਲ ਕਰ ਲਾਂ, ਹੈ ਤਾਂ ਤੁਸੀਂ ਵੀ ਨਾਲ ਹੀ। ਹੁਕਮ ਮੰਨਣ ਦੀ ਪਾਵਰ ਘੱਟ ਗਈ ਸਾਡੀ, ਮੰਗ ਵੱਧ ਗਈ ਗੁਰਮੁਖੋ, ਮੰਗ ਵੱਧ ਗਈ। ਹੁਣ ਦੇਖੋ ਨਾਲੇ ਆਪਾਂ ਨੂੰ ਪਤਾ ਹੈ ਵੀ ਗੁਰੂ ਤੋਂ ਬਿਨਾਂ ਸਾਡਾ ਸਰਦਾ ਨਹੀਂ ਹੈ। ਜਦੋਂ ਕੋਈ ਬਾਲ ਬੱਚਾ ਜਨਮ ਲੈਂਦਾ ਹੈ ਉਦੋਂ ਵੀ ਆਸਰਾ ਕਿਹਦਾ ਤੱਕੀਦਾ ਹੈ? ਪਰਮਾਤਮਾ ਦਾ, ਵੀ ਹੇ ਮਾਲਕਾ ਇਹ ਕਾਰਜ ਸਿਰੇ ਚੜ੍ਹ ਜੇ। ਕਿਉਂਕਿ ਬਹੁਤ ਉਹ ਵੀ ਨੇ ਜਨਮ ਦੇਣ ਸਮੇਂ ਮਾਈਆਂ ਦੀ ਮੌਤ ਹੋ ਜਾਂਦੀ ਹੈ। ਆ ਬੀਬੀਆਂ ਬੈਠੀਆਂ, ਬੱਚੇ ਨੂੰ ਜਨਮ ਦੇਣਾ ਕਿਤੇ ਸੌਖਾ ਹੈ ਗੁਰਮੁਖ ਪਿਆਰਿਓ? ਆਪਣੇ ਸਰੀਰ ਦੀਆਂ ਸਾਰੀਆਂ ਹੱਡੀਆਂ ਇੱਕੇ ਦਮ ਟੁੱਟ ਜਾਣ, ਇਕੱਲੀ ਇਕੱਲੀ ਨਾੜੀ ਫਟ ਜੇ, ਇੰਨਾ ਦੁੱਖ ਹੁੰਦਾ ਹੈ। ਇਦੋਂ ਕਈ ਗੁਣਾ ਵੱਧ ਕੇ ਦੁੱਖ ਹੈ ਜਦੋਂ ਕਿਸੇ ਬੱਚੇ ਨੂੰ ਬੀਬੀ ਜਨਮ ਦਿੰਦੀ ਹੈ। ਆਖੋ ਸਤਨਾਮ। ਕਿੰਨਾ ਦੁੱਖ ਝੱਲਦੀ ਹੈ, ਬੜਿਆਂ ਦੀ ਮੌਤ ਵੀ ਹੋ ਜਾਂਦੀ ਹੈ ਅਤੇ ਉਦੋਂ ਫਿਰ ਅਰਦਾਸ ਕਰੀਦੀ ਆ ਵੀ ਮਹਾਰਾਜ ਕਿਰਪਾ ਕਰੇ ਸੁੱਖ ਸ਼ਾਂਤੀ ਨਾਲ ਬੱਚਾ ਪੈਦਾ ਹੋ ਜਾਏ। ਕਿੰਨਾ ਦੁੱਖ ਝੱਲੀਦਾ, ਉਦੋਂ ਵੀ ਗੁਰੂ ਬਿਨਾਂ ਨਹੀਂ ਸਰਦਾ ਅਤੇ ਜਦੋਂ ਗੁਰਮੁਖੋ ਫਿਰ ਵਿਆਹ ਸ਼ਾਦੀ ਹੁੰਦਾ ਹੈ ਉਦੋਂ ਵੀ ਜਿਹੜੇ ਆਪਾਂ ਸਿੱਖ ਹਾਂ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਆਨੰਦ ਕਾਰਜ ਕਰਵਾਉਂਦੇ ਹਾਂ। ਜਿੰਨਾ ਚਿਰ ਆਨੰਦ ਕਾਰਜ ਨਹੀਂ ਹੁੰਦੇ ਉਨਾ ਚਿਰ ਵਿਆਹ ਨਹੀਂ ਮੰਨਿਆ ਜਾ ਸਕਦਾ। ਆਖੋ ਸਤਨਾਮ। ਕਈ ਬੱਚੇ ਘਰਾਂ 'ਚੋਂ ਭੱਜ ਕੇ ਕੋਰਟ ਕਚਹਿਰੀਆਂ 'ਚ ਵਿਆਹ ਕਰਾ ਲੈਂਦੇ ਹੈ ਪਰ ਉਹ ਅਦਾਲਤਾਂ ਵੀ ਕੋਈ ਨਾ ਕੋਈ ਸਰਟੀਫਿਕੇਟ ਮੰਗਦੀਆਂ ਹੈ ਕਿਸੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ, ਮੰਦਰ ਵੱਲੋਂ, ਮਸੀਤ ਵੱਲੋਂ, ਕਿਤੇ ਕੋਈ ਤਾਂ ਕੋਈ ਹੁੰਦਾ ਹੈ ਨਾ ਗੁਰਮੁਖੋ ਆਧਾਰ। ਭਾਵ ਧਰਮ ਤੋਂ ਬਿਨਾਂ, ਗੁਰੂ ਬਿਨਾਂ ਸਾਡਾ ਸਰਦਾ ਨਹੀਂ ਹੈ। ਜਿੱਦੇ ਕੋਈ ਪਿਓ ਦਾਦਾ ਚਲਿਆ ਜਾਂਦਾ ਹੈ ਉਦੇ ਵੀ ਆਪਾਂ ਗੁਰਬਾਣੀ ਦਾ ਪ੍ਰਕਾਸ਼ ਕਰਾਉਂਦੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਉਂਦੇ ਹਾਂ। ਜਿੱਦੇ ਆਪਾਂ ਵੀ ਨਹੀਂ ਹੋਣਾ ਉਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਹੋਣਗੇ। ਆਪਣੇ ਬੱਚਿਆਂ ਨੂੰ ਦਿਲਾਸਾ ਦੇਣ ਲਈ, ਸਾਡੀਆਂ ਅਰਦਾਸਾਂ ਸੁਣਨ ਲਈ ਗੁਰੂ ਗ੍ਰੰਥ ਸਾਹਿਬ ਨੇ ਹੋਣਾ। ਪਰ ਸੱਚ ਕਰਕੇ ਦੇਖਿਓ, ਮਨਾਂ 'ਚ ਝਾਤੀ ਮਾਰਿਓ, ਜਦੋਂ ਆਪਣਾ ਸਰਦਾ ਹੀ ਨਹੀਂ ਹੈ ਫਿਰ ਚੰਗੀ ਗੱਲ ਨਹੀਂ ਵੀ ਜਿਉਂਦੇ ਜਿਉਂਦੇ ਹੀ ਜੁੜ ਜਾਈਏ? ਅਤੇ ਜਿਉਂਦੇ ਹੋਏ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੁ ਮੰਨ ਰਹੇ ਹਾਂ ਇਹ ਦੇਖਿਓ ਕਿਤੇ। ਕਈ ਵਾਰੀ ਕਹਿੰਦੇ ਹਾਂ ਵੀ ਫਲਾਣੇ ਥਾਂ 'ਤੇ ਬੇਅਦਬੀ ਹੋ ਗਈ, ਬੜੀ ਮਾੜੀ ਗੱਲ ਹੋਈ, ਉਹਦਾ ਤਾਂ ਦੁੱਖ ਮਨਾਉਂਦੇ ਹਾਂ। ਪਰ ਤੁਹਾਨੂੰ ਪਤਾ ਹੈ ਵਿਆਹ ਤਾਂ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਅਤੇ ਤਲਾਕ ਦੇਣ ਵੇਲੇ ਕੋਈ ਪੁੱਛਦਾ ਹੀ ਨਹੀਂ ਗੁਰਮੁਖੋ, ਉਹ ਬੇਅਦਬੀ ਨਹੀਂ ਹੈ ਜਿਹੜੀ ਆਪਾਂ ਨਿੱਤ ਕਰ ਰਹੇ ਹਾਂ? ਰਿਸ਼ਤੇ ਜੋੜੀ ਦੇ ਨੇ ਇੱਕ ਦੂਜੇ ਦਾ ਸੁੱਖ ਦੁੱਖ ਵਿੱਚ ਸਾਥ ਦੇਣ ਵਾਸਤੇ, ਅਤੇ ਧੀਆਂ ਪੁੱਤਾਂ ਦੇ ਪਾਉਣ ਲੱਗ ਗਏ ਆਪਾਂ ਮੁੱਲ। ਕੋਈ ਕਹਿੰਦਾ ਮੈਂ 2 ਲੱਖ ਕਿੱਲੇ ਮੰਗਰ ਲੈਣਾ, ਕੋਈ ਕਹਿੰਦਾ ਮੈਂ 2.5 ਲੱਖ ਕਿੱਲੇ ਮੰਗਰ ਲੈਣਾ। ਇਹ ਵੀ ਗੁਰਮੁਖੋ ਕੋਈ ਇੱਜ਼ਤ ਨਹੀਂ ਹੈ,
ਇਹ ਵੀ ਸਾਡੇ ਧਰਮ ਮੁਤਾਬਕ ਤਾਂ ਇੱਕ ਤਰ੍ਹਾਂ ਦੀ ਬੇਅਦਬੀ ਹੋਈ ਹੈ। ਆਖੋ ਸਤਨਾਮ। ਸੁੱਖ ਮੰਗਦੇ ਹਾਂ ਮਹਾਰਾਜ ਕੋਲੋਂ ਵੀ ਸੱਚੇ ਪਾਤਸ਼ਾਹ, ਇਹ ਲੜਕਾ ਲੜਕੀ ਦਾ ਵਿਆਹ ਹੋਇਆ, ਇਹਨਾਂ ਦਾ ਜੀਵਨ ਸੁਖੀ ਲੰਘੇ, ਅਤੇ ਮੁੱਲ ਪਹਿਲਾਂ ਹੀ ਪਾਈ ਬੈਠੇ ਹੁੰਦੇ ਹਾਂ ਗੁਰਮੁਖੋਂ, ਸਿਆਣੇ ਬਣੋ। ਇਹੋ ਜਿਹੇ ਵੀ ਕਾਰਨ ਨੇ ਜਿਹੜੇ ਸਾਡੇ ਸਮਾਜ ਨੂੰ ਦਾਗ ਲਾਉਣ ਵਿੱਚ ਸਹਾਇਕ ਹੋਏ। ਆਖੋ ਸਤਨਾਮ। ਸੋ ਆਪਾਂ ਨੂੰ ਚਾਹੀਦਾ ਗੁਰੂ ਦੇ ਬਚਨ ਮੰਨੀਏ, ਜਿਨ੍ਹਾਂ ਨੇ ਮੰਨਿਆ ਉਹਨਾਂ ਦਾ ਬੇੜਾ ਪਾਰ ਹੋਇਆ। ਆਖੋ ਸਤਨਾਮ। ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਤੁਰਿਆ ਚੱਲ, ਇਮਾਨਦਾਰੀ ਦਾ ਜੀਵਨ ਜਿਉ, ਸੱਚੀ ਕਿਰਤ ਕਰ, ਗੁਰੂ ਮਹਾਰਾਜ ਦਾ ਭਜਨ ਕਰਿਆ ਕਰ, ਤੈਨੂੰ ਇੱਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲੂਗੀ। ਅਤੇ ਜੇ ਤੂੰ ਆਪਣੀ ਮੰਜ਼ਿਲ ਭੁੱਲ ਕੇ ਰਾਹਾਂ 'ਚ ਹੀ ਅੜਕ ਗਿਆ, ਫਿਰ ਅਸਲੀ ਮੰਜ਼ਿਲ ਤੋਂ ਭਟਕ ਜਾਏਗਾ। ਹੁਣ ਮੰਨ ਲਓ ਜਾਣਾ ਹੋਵੇ ਬਠਿੰਡੇ, ਰਾਹ ਦੇ ਵਿੱਚ ਕਈ ਥਾਵਾਂ 'ਤੇ ਠੰਡਾ ਪਾਣੀ ਵੀ ਮਿਲਦਾ ਹੈ ਨਾ, ਨਲਕੇ ਲੱਗੇ ਆ, ਕੋਈ ਛਬੀਲਾਂ ਲੱਗੀਆਂ ਹੁੰਦੀਆਂ, ਕਈ ਤਰ੍ਹਾਂ ਦੇ ਰੁੱਖ ਵੀ ਆਉਣਗੇ ਜਿਨ੍ਹਾਂ ਦੀ ਛਾਂ ਠੰਡੀ ਹੋਊਗੀ। ਜੇ ਤਾਂ ਹੁਣ ਤੂੰ ਕਦੇ ਦਰਖਤ ਹੇਠਾਂ ਬਹਿ ਗਿਆ, ਚੱਲ ਜੀ 10 ਦਿਨ ਇੱਥੇ ਹੀ ਲਾਉਂਦੇ ਹਾਂ ਆਪਾਂ, ਚੰਗਾ ਪਾਣੀ ਪੀਣ ਨੂੰ ਮਿਲ ਗਿਆ, ਉੱਥੇ ਖੜ੍ਹ ਗਿਆ, ਫਿਰ ਟਾਈਮ ਸਿਰ ਤੂੰ ਪਹੁੰਚ ਨਹੀਂ ਸਕੇਗਾ। ਜੇ ਤੂੰ ਕਹੇਗਾ ਵੀ ਕੋਈ ਗੱਲ ਨਹੀਂ, ਛੇਤੀ ਆਪਾਂ ਪਹੁੰਚਣਾ ਆਪਣੀ ਮੰਜ਼ਿਲ 'ਤੇ, ਤੁਰਿਆ ਚੱਲੇਗਾ, ਫਿਰ ਭਾਈ ਪਹੁੰਚ ਜਾਏਗਾ। ਰਾਹ ਦੇ ਵਿੱਚ ਚੰਗੇ ਰਾਹ ਵੀ ਆਉਂਦੇ ਹੈ, ਅਤੇ ਰਾਹ ਦੇ ਵਿੱਚ ਦੇਖੋ ਹੁਣ ਮੀਂਹ ਪਿਆ ਨਾ, ਕਈ ਥਾਵਾਂ 'ਤੇ ਚਿੱਕੜ ਵੀ ਆਉਂਦਾ, ਕਈ ਥਾਵਾਂ 'ਤੇ ਸੜਕ ਵੀ ਟੁੱਟੀ ਭੱਜੀ ਮਿਲਦੀ ਹੈ, ਪਰ ਉੱਥੇ ਆਪਾਂ ਖੜ੍ਹਦੇ ਥੋੜ੍ਹੇ ਹੀ ਹਾਂ ਗੁਰਮੁਖੋ, ਪਾਸਾ ਆਸਾ ਕਰਕੇ ਲੰਘੀਦਾ ਵੀ ਅੱਗੇ ਚੱਲਣਾ। ਇਸੇ ਤਰ੍ਹਾਂ ਜ਼ਿੰਦਗੀ ਹੈ ਪਿਆਰਿਓ, ਸੁੱਖ ਦੇ ਟਾਈਮ ਵੀ ਆਉਂਦੇ ਨੇ, ਦੁੱਖ ਦੇ ਟਾਈਮ ਵੀ ਆਉਂਦੇ ਨੇ। ਤੂੰ ਆਪਣੀ ਮੰਜ਼ਿਲ ਵੱਲ ਧਿਆਨ ਦੇ, ਮੈਂ ਸੰਸਾਰ ਵਿੱਚ ਕਿਸ ਕਾਰਜ ਲਈ ਆਇਆ। ਆਖੋ ਸਤਨਾਮ। ਆਪਣੇ ਫਰਜ਼ ਵੀ ਨਿਭਾ, ਪਰ ਤੁਰਿਆ ਚੱਲ, ਰੋਜ਼ ਮਾਲਕ ਦਾ ਭਜਨ ਕਰ, ਇਮਾਨਦਾਰੀ ਨਾਲ ਕੰਮ ਕਰ, ਸੱਚਾਈ ਨਾ ਛੱਡੀ। ਲੱਖਾਂ ਤੈਨੂੰ ਝੂਠੇ ਮਿਲਣ, ਇਹ ਨਹੀਂ ਵੀ ਇਹਨਾਂ ਨਾਲ ਹੀ ਰਲ ਕੇ ਆਪਾਂ ਵੀ ਬੇਈਮਾਨੀ ਕਰੀਏ। ਝੂਠਿਆਂ ਦਾ ਸਾਥ ਛੱਡ, ਸੱਚ 'ਤੇ ਪਹਿਰਾ ਦੇ, ਇੱਕ ਦਿਨ ਤੂੰ ਵੀ ਪਰਮਾਤਮਾ ਦਾ ਰੂਪ ਹੋ ਜਾਏਗਾ। ਆਖੋ ਸਤਨਾਮ। ਬੜੇ ਹੋਏ ਨੇ, ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਲਓ, ਭਗਤੀ ਕਰਦੇ ਕਰਦੇ ਗੁਰੂਆਂ ਨਾਲ ਮਿਲ ਕੇ ਗੁਰੂ ਹੀ ਬਣ ਗਏ ਗੁਰਮੁਖੋ। ਭਗਤ ਕਬੀਰ ਜੀ ਦਾ ਜੀਵਨ ਪੜ੍ਹ ਲਓ, ਭਗਤ ਸੈਨ ਜੀ ਦਾ ਜੀਵਨ ਪੜ੍ਹ ਲਓ, ਭਗਤ ਧੰਨਾ ਜੀ ਦਾ ਜੀਵਨ ਪੜ੍ਹ ਲਓ। ਕਰਦੇ ਤਾਂ ਖੇਤੀਬਾੜੀ ਹੋਈ ਸੀ, ਪਰ ਇੱਕ ਬ੍ਰਾਹਮਣ ਨੂੰ ਦੇਖ ਕੇ ਪੂਜਾ ਕਰਦਾ, ਆਪ ਵੀ ਪੂਜਾ 'ਚ ਲੱਗ ਗਏ, ਪਰਮਾਤਮਾ ਦਾ ਨਾਮ ਜਪਦੇ ਰਹੇ, ਪਰਮੇਸ਼ਰ ਉਹਨਾਂ ਨੂੰ ਪ੍ਰਗਟ ਹੋ ਕੇ ਮਿਲਿਆ। ਆਖੋ ਸਤਨਾਮ। ਪਰ ਉਹਨਾਂ ਨੇ ਬਚਨ ਮੰਨੇ ਗੁਰਮੁਖੋ। ਸੋ ਆਪਾਂ ਨੂੰ ਵੀ ਇਹੀ ਸਮਝਾਇਆ ਪਿਆਰਿਆ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ। ਚੱਲ ਦੇ
ਕਦ ਆਵੇਗਾ ਜੀ ਅਸਲ ਟਿਕਾਣਾ, ਕਦੇ ਆਵੇਗਾ ਜੀ ਅਸਲ ਟਿਕਾਣਾ। ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ, ਕਦੇ ਆਵੇਗਾ ਜੀ ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ, ਦਿਨ ਰਾਤ ਰਹੀਏ ਚੱਲਦੇ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬ ਹੂੰ ਕੇ ਸੁਣੈ ਪੁਕਾਰ। ਕਹਿੰਦੇ ਦਿਨ ਰਾਤ ਚੱਲਦਾ ਰਹਿ, ਇੱਕ ਨਾ ਇੱਕ ਦਿਨ ਮਾਲਕ ਤੇਰੀ ਪੁਕਾਰ ਜ਼ਰੂਰ ਸੁਣੇਗਾ। ਖੋ ਸਤਨਾਮ। ਸੋ ਆਓ ਗੁਰ ਇਤਿਹਾਸ ਵਿੱਚੋਂ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਨਾ। ਜਿਨ੍ਹਾਂ ਨੇ ਮਾਲਕ ਦਾ ਭਰੋਸਾ ਤੱਕ ਲਿਆ ਉਹਨਾਂ ਦਾ ਤਾਂ ਹੁੰਦਾ ਸਤਿਕਾਰ, ਉਹਨਾਂ ਦੀ ਹੁੰਦੀ ਹੈ ਜੈ ਜੈਕਾਰ, ਪਰਮਾਤਮਾ ਆਪ ਉਹਨਾਂ ਦੀ ਲਾਜ ਰੱਖਦਾ। ਅਤੇ ਜਿਹੜੇ ਭਾਈ ਸਿਰਫ ਆਪਣੀ ਹਉਮੈ 'ਚ ਹੀ ਫਸੇ ਰਹਿਣ ਉਹਨਾਂ ਨੂੰ ਫਿਟਕਾਰ ਵੀ ਪੈਂਦੀ ਹੈ, ਲੋਕ ਲੱਜੋਂ ਵੀ ਜਾਂਦੇ ਨੇ ਜੁੜਨਾ, ਫੇਰ ਉਹਨਾਂ ਨੂੰ ਜਾ ਕੇ ਮਾਲਕ ਦੇ ਦਰ 'ਤੇ ਹੀ ਪੈਂਦਾ। ਆਖੋ ਸਤਨਾਮ। ਕਿਉਂਕਿ ਜਿੱਥੋਂ ਆਪਾਂ ਗੁਰਮੁਖੋਂ ਤੁਰੇ ਹੁੰਦੇ ਹਾਂ ਨਾ, ਪਹੁੰਚਣਾ ਵੀ ਇੱਕ ਦਿਨ ਉੱਥੇ ਪੈਂਦਾ ਹੀ ਹੈ। ਹੁਣ ਧਰਤੀ 'ਤੇ ਲਾ ਲਓ, ਧਰਤੀ ਦੇ ਵਿੱਚੋਂ ਖੁਰਾਕ ਪੈਦਾ ਹੁੰਦੀ ਹੈ, ਕਣਕ ਦਾਲਾਂ ਸਬਜ਼ੀਆਂ ਕਿੰਨੇ ਮੇਵੇ ਹੋਰ ਬੜਾ ਕੁਛ ਆਪਾਂ ਖਾਂਦੇ ਹਾਂ, ਉਹ ਸਾਡੇ ਸਰੀਰ ਵਿੱਚ ਤਾਕਤ ਬਣਦਾ, ਖੂਨ ਚਰਬੀ ਬਣਦਾ ਹੈ। ਅੱਗੇ ਬੱਚੇ ਪੈਦਾ ਹੁੰਦੇ ਨੇ, ਬੱਚੇ ਫਿਰ ਜਵਾਨ ਹੁੰਦੇ ਨੇ, ਜਵਾਨ ਫਿਰ ਬੁੱਢੇ ਹੁੰਦੇ ਨੇ, ਅਤੇ ਬੁੱਢੇ ਫਿਰ ਜਾ ਕੇ ਮਿੱਟੀ ਵਿੱਚ ਮਿਲ ਜਾਂਦੇ ਆ। ਆਖੋ ਸਤਨਾਮ। ਕੋਈ ਕਬਰ ਪੱਟ ਕੇ ਦੱਬ ਦਿੰਦਾ, ਕੋਈ ਸੰਸਕਾਰ ਕਰਦਾ, ਆਖਿਰਕਾਰ ਮਿੱਟੀ 'ਚ ਮਿੱਟੀ ਹੋਈਦਾ ਨਾ ਗੁਰਮੁਖੋ। ਗੁਰੂ ਬਿਨਾਂ ਸਾਡਾ ਸਰਨਾ ਨਹੀਂ ਹੈ। ਅਤੇ ਹੁਣ ਇਹੀ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਰੱਖਣ ਲੱਗਾ, ਵਧੀਆ ਗੱਲ ਹੈ ਜਿਉਂਦੇ ਜਿਉਂਦੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਮਹਾਰਾਜ ਦਾ ਭਜਨ ਕਰੀਏ। ਸਤਿਗੁਰੂ ਰੱਖਣਗੇ ਸਾਡੀ ਲਾਜ, ਅਤੇ ਸਰਨਾ ਗੁਰਮੁਖੋ ਸਾਡਾ ਹੈ ਨਹੀਂ। ਬੜੇ ਬੜੇ ਇੱਥੇ ਆਏ, ਕਈ ਉਹ ਸੀ ਜਿਨ੍ਹਾਂ ਨੇ ਧਰਮ ਕਮਾ ਲਿਆ, ਉਹਨਾਂ ਦੀ ਪੂਜਾ ਹੋਈ ਹੈ, ਸਤਿਕਾਰ ਵਧਿਆ। ਅਤੇ ਕਈ ਉਹ ਸੀ ਜਿਹੜੀ ਆਪਣੀ ਹਉਮੈ ਵਿੱਚ ਫਸ ਕੇ ਰੱਬ ਨੂੰ ਹੀ ਭੁੱਲ ਗਏ, ਧਰਮ ਨੂੰ ਭੁੱਲ ਗਏ, ਅਤੇ ਆਖਰਕਾਰ ਅੰਤ ਸਮੇਂ ਉਹਨਾਂ ਨੂੰ ਵੀ ਮਾਲਕ ਦਾ ਆਸਰਾ ਤੱਕਣਾ ਪਿਆ, ਫਿਰ ਪਛਤਾ ਕੇ ਤੱਕਣਾ ਪੈਂਦਾ। ਜਲੰਧਰ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ,
ਨਹਿਰੂ ਮੱਲ ਨਾਮ ਸੀ ਗੁਰਮੁਖ। ਬਹੁਤ ਅਮੀਰ, ਬੜੀ ਮਾਇਆ, ਹਵੇਲੀ ਬੜੀ ਤਕੜੀ ਪਾਈ ਹੋਈ, ਕਈ ਦੁਕਾਨਾਂ, ਪੈਸਾ ਇੰਨਾ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਮਾਇਆ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਉਸ ਵੇਲੇ ਪਰਿਵਾਰ ਦੇ ਵਿੱਚ 5-7 ਬੱਚੇ ਵੀ ਨੇ ਨਹਿਰੂ ਮੱਲ ਦੇ, ਪਰ ਗੁਰਮੁਖ ਪਿਆਰਿਓ ਏਕਤਾ ਨਹੀਂ ਸੀਗੀ। ਕਿਸੇ ਦਾ ਮੂੰਹ ਕਿੱਧਰ, ਕਿਸੇ ਦਾ ਕਿੱਧਰ, ਚਲੋ ਫਿਰ ਵੀ ਮਾਇਆ ਸੀਗੀ, ਗੁਜ਼ਾਰਾ ਚੱਲਦਾ ਸੀ। ਅਤੇ ਉਸੇ ਪਰਿਵਾਰ ਦੇ ਵਿੱਚ ਛੋਟਾ ਬੱਚਾ ਜਿਹਦਾ ਨਾਮ ਸੀ ਰਾਮੂ, ਉਹਨੇ ਕਿਤੇ ਸਤਸੰਗ ਕੀਤੀ, ਗੁਰੂ ਕੀ ਸੁਣੀ ਬਾਣੀ, ਉਹਦਾ ਮਨ ਬੜਾ ਟਿਕਿਆ ਗੁਰਮੁਖ। ਉਹ ਪੜ੍ਹਨ ਵਾਲੇ ਗੁਰਸਿੱਖ ਨੂੰ ਪੁੱਛ ਲਿਆ ਵੀ ਜੋ ਤੈਂ ਪੜ੍ਹਿਆ ਇਹ ਮੈਨੂੰ ਤਾਂ ਸੁਣ ਕੇ ਬਹੁਤ ਆਨੰਦ ਆਇਆ, ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜੇ ਕਿਤੇ ਉਸ ਗੁਰੂ ਦੇ ਦਰਸ਼ਨ ਹੋ ਜਾਣ ਤਾਂ ਪਤਾ ਹੀ ਨਹੀਂ ਕਿੰਨਾ ਕੁ ਆਨੰਦ ਆਊ। ਆਖੋ ਸਤਨਾਮ। ਕਹਿੰਦਾ ਮੈਂ ਦਰਸ਼ਨ ਕਰਨੇ ਆ। ਉਹ ਦੱਸਣ ਵਾਲੇ ਸਿੱਖ ਨੇ ਦੱਸਤਾ ਵੀ ਜੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਵਸਦੇ ਨੇ, ਦੁਨੀਆ ਦਾ ਭਲਾ ਕਰਦੇ ਆ, ਸੰਸਾਰ ਨੂੰ ਤਾਰਨ ਵਾਸਤੇ ਆਏ ਨੇ, ਤਾਂ ਉੱਥੇ ਗੁਰਮੁਖ ਪਿਆਰਿਓ ਇਹ ਜਿਹੜਾ ਰਾਮੂ ਸੀ ਨਾ, ਇਹਨੇ ਮਨ ਬਣਾਇਆ, ਜਲੰਧਰ ਤੋਂ ਤੁਰਿਆ, ਪਹੁੰਚ ਗਿਆ ਅਨੰਦਪੁਰ ਸਾਹਿਬ। ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ, ਅੰਮ੍ਰਿਤਮਈ ਬਾਣੀ ਦਾ ਚੱਲੇ ਪ੍ਰਵਾਹ, ਅਤੇ ਗੁਰਮੁਖ ਪਿਆਰਿਓ ਇਹਨੇ ਬੈਠ ਕੇ ਸੁਣੇ ਵਿਚਾਰ, ਸੁਣ ਸੁਣ ਕੇ ਗੁਰੂ ਘਰ ਦੀ ਵਿਚਾਰ ਨੂੰ ਇਹੋ ਜਿਹਾ ਮਨ ਵਿੱਚ ਪਿਆਰ ਜਾਗਿਆ, ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਜਾ ਕੇ ਕਹਿੰਦਾ ਪਾਤਸ਼ਾਹ ਤੁਸੀਂ ਮੈਨੂੰ ਆਪਣਾ ਬਣਾ ਲਓ। ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡਾ ਤਾਂ ਉਹ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਏ। ਇਹ ਹੁਣ ਸਿੱਖੋ, ਤੁਸੀਂ ਵੀ ਗੱਲ ਸਮਝਿਓ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਨਾ ਤਾਂ ਆਪਾਂ ਤੋਂ ਕੇਸਾਂ ਦੀ ਸੰਭਾਲ ਹੋ ਸਕੀ। ਚਲੋ ਜਿਨ੍ਹਾਂ ਦਾ ਧਰਮ ਕਹਿੰਦਾ ਹੈ ਉਹ ਚਾਹੇ ਕੇਸ ਕਟਾਉਣ, ਆਪਾਂ ਨੂੰ ਕੀ, ਕੋਈ ਕਬਰਾਂ ਨੂੰ ਪੂਜੇ, ਕੋਈ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਪੂਜੇ, ਕੋਈ ਬੁੱਤ ਬਣਾ ਕੇ ਪੂਜੇ, ਜਿਨ੍ਹਾਂ ਦਾ ਧਰਮ ਕਹਿੰਦਾ ਉਹ ਤਾਂ ਕਰਦੇ ਚੰਗੇ ਲੱਗਦੇ ਹੈ, ਪਰ ਆਪਣਾ ਜਿਹੜਾ ਧਰਮ ਹੈ ਨਾ ਗੁਰਮੁਖੋ, ਇਹਦੇ ਵਿੱਚ ਨਾ ਤਾਂ ਬੁੱਤ ਪੂਜਕ ਬਣਾਇਆ ਸਾਨੂੰ, ਸਾਨੂੰ ਜੋੜਿਆ ਅਕਾਲ ਪੁਰਖ ਦੇ ਨਾਲ, ਜੇ ਸੀਸ ਝੁਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਝੁਕੇ। ਗੁਰੂ ਗ੍ਰੰਥ ਸਾਹਿਬ ਇਹ ਤਾਂ ਆਪਣੇ ਗੁਰੂ ਨੇ, ਅਤੇ ਮਹਾਰਾਜ ਕਹਿੰਦੇ ਕੇਸ ਦਾੜੀਆਂ ਜ਼ਰੂਰ ਰੱਖੋ, ਦਸਤਾਰਾਂ ਸਜਾਓ, ਅਤੇ ਜਿਉਂਦੇ ਜਿਉਂਦੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ। ਜੇ ਸਿੱਖ ਪਰਿਵਾਰਾਂ ਵਿੱਚ ਮੰਨਦੇ ਹੋ ਨਾ ਵੀ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨੇ, ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਖੁਦ ਵੀ ਅੰਮ੍ਰਿਤ ਛਕਣਾ ਪਿਆ, ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਇਕੱਲੀ ਇਕੱਲੀ ਗੱਲ ਸਿਖਾਈ, ਪਹਿਲਾਂ ਬਾਣੀ ਪੜ੍ਹਨੀ ਸਿਖਾਈ, ਫਿਰ ਸੇਵਾ ਵੀ ਨਾਲ ਜ਼ਰੂਰੀ ਹੈ, ਕਹਿੰਦੇ ਸੇਵਾ ਕਰੋ।
ਫਿਰ ਕਿਤੇ ਸਰੋਵਰ ਬਣਵਾਏ, ਕਿਤੇ ਸੰਗਤ ਪੰਗਤ ਦੀ ਮਰਿਆਦਾ ਭੇਦਭਾਵ ਕੱਢਿਆ ਸਾਡੇ 'ਚੋਂ। ਗੁਰਮੁਖ ਪਿਆਰਿਓ, ਫਿਰ ਜਿਹੜਾ ਸਾਡੇ 'ਤੇ ਜ਼ੁਲਮ ਹੁੰਦਾ ਸੀ, ਇਹਦੇ ਵਾਸਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਾਨੂੰ ਸ਼ਸਤਰਧਾਰੀ ਵੀ ਬਣਾਇਆ ਮਹਾਰਾਜ ਨੇ, ਸੰਪੂਰਨਤਾ ਬਣਾਈ ਗੁਰੂ ਗੋਬਿੰਦ ਸਿੰਘ ਨੇ। ਕਹਿੰਦੇ ਸਾਰੇ ਹੁਣ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਓ। ਗੁਰੂ ਗੋਬਿੰਦ ਸਿੰਘ ਨੇ ਪੰਜਾਂ ਪਿਆਰਿਆਂ ਕੋਲੋਂ ਆਪ ਵੀ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਆਖੋ ਸਤਨਾਮ। ਅਤੇ ਹੁਣ ਵੇਖ ਲਓ ਆਪਣੀ ਗੱਲ ਵੀ ਆਪਾਂ ਕਿੰਨੀ ਕੁ ਮੰਨੀ ਹੈ ਗੁਰਮੁਖ, ਆਪਾਂ ਕਿੰਨਾ ਕਿਸ ਗੱਲ 'ਤੇ ਪਹਿਰਾ ਦਿੱਤਾ ਹੈ, ਨਾਲੇ ਸਰਦਾ ਨਹੀਂ। ਦੇਖੋ ਜਦੋਂ ਹੁਣ ਮੁੰਡੇ ਦੀ ਛਟੀ ਮਨਾਉਂਦੇ ਹੋ, ਨਾਨਕੇ ਪੱਗ ਲਿਆਉਂਦੇ ਆ ਨਾ, ਜਦੋਂ ਵਿਆਹ ਸ਼ਾਦੀ ਹੁੰਦਾ ਹੈ ਉਦੋਂ ਵੀ ਆਪਾਂ ਪੱਗ ਬੰਨ੍ਹਦੇ ਹਾਂ। ਉਦੋਂ ਫਿਰ ਕਹਿਣਗੇ ਕੋਈ ਚੰਗਾ ਜਿਹਾ ਲਿਆਓ ਜਿਹੜਾ ਸੋਹਣੀ ਪੱਗ ਬੰਨ੍ਹੇ। ਜਦੋਂ ਕੋਈ ਪਿਓ ਦਾਦਾ ਚਲਿਆ ਜਾਂਦਾ ਉਦੋਂ ਵੀ ਪੱਗ ਦਿੱਤੀ ਜਾਂਦੀ ਹੈ, ਬੁਰਾ ਤਾਂ ਮਨਾਇਓ ਨਾ, ਪੱਗ ਬਿਨਾਂ ਸਰਦਾ ਨਹੀਂ, ਇਹ ਸਾਡੇ ਸਿਰ ਦਾ ਤਾਜ ਹੈ। ਫਿਰ ਕਿਉਂ ਨਾ ਬਚਪਨ ਤੋਂ ਹੀ ਆਦਤ ਪਾਈਏ ਵੀ ਪੱਗ ਅਸੀਂ ਬੰਨ੍ਹਣੀ ਬੰਨ੍ਹਣੀ। ਆਖੋ ਸਤਨਾਮ। ਸਤਿਗੁਰੂ ਕਹਿੰਦੇ ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਉਹ ਹੈ ਜਿਹੜਾ ਦਸਤਾਰ ਸਜਾਵੇ, ਕੇਸ ਰੱਖੇ ਹੋਣ। ਅਤੇ ਜੇ ਨਹੀਂ ਤੁਹਾਨੂੰ ਪਤਾ ਲੱਗਦਾ, ਆ ਬੀਬੀਆਂ ਵੱਲ ਹੀ ਦੇਖ ਲਿਆ ਕਰੋ, ਕੇਸ ਨਹੀਂ ਕਟਾਉਂਦੀਆਂ, ਲਿਆ ਲਿਆ ਕੇ ਮੁੱਲ ਦੀ ਗੁੱਤ ਲਾਉਣਗੀਆਂ ਵੀ ਅਸੀਂ ਸੋਹਣੀਆਂ ਲੱਗੀਏ। ਅਤੇ ਜਿਹੜੀ ਕੋਈ ਕੇਸ ਕਤਲ ਕਰਾ ਦੇ ਉਹ ਆਪਣੇ ਧਰਮ ਵਿੱਚ ਆਪਣੇ ਸਮਾਜ ਵਿੱਚ ਚੰਗੀ ਨਹੀਂ ਮੰਨੀ ਜਾਂਦੀ। ਆਖੋ ਸਤਨਾਮ। ਬਾਹਰ ਲਿਆਂਦੀਆਂ ਰੀਸਾਂ ਕਰਕੇ ਕਈ ਕਟਾ ਦਿੰਦੇ ਆ, ਚਲੋ ਉਹਨਾਂ ਦਾ ਮਾਹੌਲ ਉੱਦਾਂ ਦਾ ਹੈ, ਉਹਨਾਂ ਦੀ ਸੰਸਕ੍ਰਿਤੀ ਉੱਦਾਂ ਦੀ ਹੈ, ਉਹਨਾਂ ਦਾ ਜੀਵਨ ਜਿਉਣ ਦਾ ਢੰਗ ਹੋਰ ਹੈ, ਉਹਨਾਂ ਮਗਰ ਲੱਗ ਕੇ ਆਪਣੇ ਧਰਮ ਤੋਂ ਨਾ ਟੁੱਟੋ। ਆਖੋ ਸਤਨਾਮ। ਹੋ ਸਕਦਾ ਉਹਨਾਂ ਦੇ ਗੁਰੂ ਪੀਰ ਉੱਦਾਂ ਦੇ ਹੋਣ ਭਾਈ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤਾਂ ਫਿਰ ਪੱਕੇ ਇਹਨਾਂ ਦੀ ਮਰਿਆਦਾ 'ਚ ਹੀ ਹੋਵੋ। ਆਖੋ ਸਤਨਾਮ। ਕਮਾਈ ਕਰੇ ਤੁਹਾਡਾ ਬਾਪ, ਕਮਾ ਕੇ ਮਾਂ ਬਾਪ ਖਵਾਉਣ, ਦੁੱਖ ਝੱਲੇ ਮਾਂ, ਅਤੇ ਮਾਂ ਬਾਪ ਦੀ ਨਾ ਕਦਰ ਕਰੀਏ, ਮੱਥੇ ਟੇਕੀਏ ਜਾ ਕੇ ਕਿਸੇ ਹੋਰ ਨੂੰ, ਫਿਰ ਦੱਸੋ ਚਾਚੇ ਤਾਏ ਚੰਗਾ ਕਹਿਣਗੇ ਗੁਰਮੁਖੋ। ਸੋ ਜਿਹੜੀ ਸਾਡੇ 'ਤੇ ਕਿਰਪਾ ਹੈ ਨਾ ਅੱਜ, ਇਹ ਕਿਰਪਾ ਗੁਰੂਆਂ ਦੀ ਹੋਈ ਪਈ ਹੈ। ਆਖੋ ਸਤਨਾਮ। ਸੋ ਆਪਾਂ ਨੂੰ ਵੀ ਇਹਨਾਂ ਮੁਤਾਬਕ ਹੀ ਚੱਲਣਾ ਚਾਹੀਦਾ, ਐਵੇਂ ਨਾ ਦੂਜੇ ਤੀਜੇ ਵੱਲ ਦੇਖ ਕੇ ਆਪਣਾ ਆਪ ਗਵਾਇਆ ਕਰੋ। ਹੁਣ ਜਿਹੜਾ ਭਾਈ ਰਾਮੂ ਸੀ, ਨਹਿਰੂ ਮੱਲ ਦਾ ਲੜਕਾ, ਇਹ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਜੀ ਮੈਨੂੰ ਆਪਣਾ ਬਣਾ ਲਓ। ਸਤਿਗੁਰੂ ਕਹਿੰਦੇ ਸਾਡਾ ਤਾਂ ਉਹ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਏ, ਜਿਹੜਾ ਕਹੇ ਮੁਤਾਬਕ ਨਹੀਂ ਲੱਗਦਾ ਉਹ ਫਿਰ ਸਾਡੇ ਘਰੋਂ ਬਖਸ਼ਿਸ਼ ਵੀ ਨਹੀਂ ਲੈ ਸਕਦਾ। ਇੱਥੇ ਤਾਂ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਸੁਣਿਆ ਮੰਨਿਆ ਮਨ ਰੱਖਿਆ ਭਾਉ। ਜਿਨ੍ਹਾਂ ਨੇ ਪ੍ਰੇਮ ਨਾਲ ਮੰਨ ਲਏ ਬਚਨ, ਲਓ ਪੜ੍ਹੀ ਲਈਏ, ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋ ਗਏ। ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋ ਗਏ।
ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਵੇੜੇ ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਵੇੜੇ ਪਾਰ ਹੋ ਗਏ ਦੇ ਵੇੜੇ ਪਾਰ ਹੋ ਗਏ ਜਿਨ੍ਹਾਂ ਨੇ ਸੁਣਿਆ ਸੁਣ ਕੇ ਮੰਨਿਆ ਉਹਨਾਂ ਦਾ ਹੀ ਬੇੜਾ ਪਾਰ ਹੋਇਆ। ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਸਾਡੇ ਧਰਮ ਦੀ ਮਰਿਆਦਾ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ, ਤੂੰ ਦੱਸ ਕਿਹੜੇ ਧਰਮ 'ਚੋਂ ਹੈ। ਇਹ ਕਹਿੰਦਾ ਜੀ ਮੈਂ ਤਾਂ ਹਿੰਦੂ ਪਰਿਵਾਰਾਂ 'ਚੋਂ ਹਾਂ, ਮੇਰਾ ਨਾਮ ਹੈ ਰਾਮੂ। ਮਹਾਰਾਜ ਕਹਿੰਦੇ ਜਿਹੜਾ ਤੇਰਾ ਧਰਮ ਹੈ ਤੂੰ ਉਸੇ 'ਚ ਹੀ ਪੱਕਾ ਰਹਿ, ਚੰਗੀ ਗੱਲ ਹੈ। ਸਮਝਾਇਆ, ਪਰ ਇਹ ਕਹਿੰਦਾ ਨਹੀਂ ਜੀ ਮੈਂ ਤੁਹਾਡੇ ਘਰ ਦੀ ਮਰਿਆਦਾ ਦੇਖ ਕੇ ਗੁਰਬਾਣੀ ਪ੍ਰਚਾਰ ਸੁਣ ਕੇ ਪ੍ਰਭਾਵਿਤ ਹੋ ਗਿਆ, ਮੈਨੂੰ ਵੀ ਤੁਸੀਂ ਐਂ ਕਰੋ ਆਪਣਾ ਬਣਾ ਲਓ। ਜੇ ਮਰਿਆਦਾ ਹੈ ਨਾ ਅੰਮ੍ਰਿਤ ਛਕਣ ਦੀ, ਮੈਨੂੰ ਵੀ ਖੰਡੇ ਵਾਟੇ ਦਾ ਅੰਮ੍ਰਿਤ ਛਕਾਓ। ਆਖੋ ਸਤਨਾਮ, ਮੇਰਾ ਮਨ ਮੰਨਦਾ ਇਸ ਗੱਲ ਨੂੰ। ਕਹਿੰਦਾ ਮਹਾਰਾਜ ਕਹਿੰਦੇ ਠੀਕ ਹੈ, ਕਿਉਂਕਿ ਗੁਰਮੁਖੋ ਕਿਸੇ ਦਾ ਧੱਕੇ ਨਾਲ ਧਰਮ ਨਹੀਂ ਬਦਲਿਆ ਜਾ ਸਕਦਾ। ਹਾਂ ਆਪੇ ਕੋਈ ਆਉਂਦਾ ਹੈ ਉਹ ਗੱਲ ਵੱਖਰੀ, ਮੋੜਿਆ ਨਹੀਂ ਜਾਂਦਾ ਇੱਥੋਂ ਕਿਸੇ ਨੂੰ। ਗੱਲ ਮੁਕਾਦਿਆਂ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਜੇ ਅੰਮ੍ਰਿਤ ਛਕਣਾ ਹੈ ਇਹ ਕੋਈ ਚਾ ਨਹੀਂ ਵੀ ਮੈਂ ਕੇਸ ਦਾੜੀ ਰੱਖ ਲਏ, ਕਿਰਪਾਨ ਪਾ ਲਈ, ਮੈਂ ਸਿੱਖ ਬਣ ਗਿਆ। ਅਸਲ ਵਿੱਚ ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੀ ਗੁਰੂ ਦੀ ਵਿਚਾਰ ਹੈ ਜੇ ਉਹ ਤੇਰੇ ਪੱਲੇ ਸਿੱਖਿਆ ਹੈਗੀ ਆ ਗੁਰੂ ਦੀ, ਫਿਰ ਤਾਂ ਤੂੰ ਹੈਗਾ ਸਿੱਖ। ਅਤੇ ਜੇ ਤੂੰ ਗੁਰੂ ਦੀ ਸਿੱਖਿਆ ਨਹੀਂ ਮੰਨਦਾ ਫਿਰ ਸਿੱਖ ਨਹੀਂ ਕਹਾ ਸਕਦਾ। ਇਹ ਸਿੱਖੀ ਕੋਈ ਵਿਖਾਵਾ ਨਹੀਂ, ਇਹ ਤਾਂ ਵਾਲੋਂ ਨਿੱਕੀ ਅਤੇ ਖੰਨਿਓ ਤਿੱਖੀ ਆ। ਆਖੋ ਸਤਨਾਮ, ਇਹ ਤਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਪੜ੍ਹ ਲਿਓ ਵਾਰਾਂ ਅਤੇ ਵਧੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ। ਮਹਾਰਾਜ ਕਹਿੰਦੇ ਜਿਹੜੀ ਸਿੱਖੀ ਹੈ ਨਾ ਇਹ ਸਿਖਾਉਂਦੀ ਆ ਵੀ ਕਿਸੇ ਦੇ ਭਲੇ ਵਾਸਤੇ ਜੇ ਆਪਣਾ ਸੀਸ ਵੀ ਦੇਣਾ ਪੈ ਜੇ ਤਾਂ ਵੀ ਪਿੱਛੇ ਨਹੀਂ ਹਟੀਦਾ। ਆਖੋ ਸਤਨਾਮ, ਇਹ ਕਹਿੰਦਾ ਜੀ ਠੀਕ ਹੈ ਮੈਨੂੰ ਤਾਂ ਮਨਜ਼ੂਰ ਹੈ। ਮਹਾਰਾਜ ਕਹਿੰਦੇ ਚੰਗਾ ਭਾਈ, ਅੰਮ੍ਰਿਤ ਛਕ ਲਿਆ, ਨਾਮ ਰਾਮੂ ਤੋਂ ਰਾਮ ਸਿੰਘ ਪੈ ਗਿਆ ਗੁਰਮੁਖ। ਰਾਮ ਸਿੰਘ ਨਾਮ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਇੱਕ ਤਾਂ ਸੱਚੀ ਕਿਰਤ ਕਰਨੀ ਹੈ, ਕਿਸੇ ਦਾ ਬੁਰਾ ਨਹੀਂ ਕਰਨਾ। ਜੇ ਕੋਈ ਤੇਰੇ 'ਤੇ ਜ਼ੁਲਮ ਕਰਦਾ ਉਹਨੂੰ ਪਿਆਰ ਨਾਲ ਪਹਿਲਾਂ ਸਮਝਾਓ, ਜੇ ਨਹੀਂ ਮੰਨਦਾ ਫਿਰ ਉਹਦੀਆਂ ਲੱਤਾਂ ਤੋੜ ਕੇ ਰੋਕਣਾ, ਇਹ ਵੀ ਇੱਕ ਧਰਮ ਹੈ। ਆਖੋ ਸਤਨਾਮ, ਆਪਣਾ ਕੀ ਸੁਭਾਅ ਹੈ, ਜਦੋਂ ਤਾਂ ਹੁੰਦਾ ਦੂਜੇ 'ਤੇ ਜ਼ੁਲਮ ਉਦੋਂ ਤਾਂ ਆਪਾਂ ਬਥੇਰੀਆਂ ਗੱਲਾਂ ਕਹਿ ਦਾਂਗੇ, ਉਦੋਂ ਤਾਂ ਅਸੀਂ ਜੱਜ ਬਣ ਕੇ ਫੈਸਲੇ ਹੀ ਸੁਣਾ ਦਿੰਦੇ ਹਾਂ ਵੀ ਐਂ ਕਰਨਾ ਸੀ ਐਂ ਕਰਨਾ ਸੀ, ਪਰ ਜਦੋਂ ਪੈਂਦੀ ਹੈ ਆਪਣੇ 'ਤੇ ਉਦੋਂ ਪਤਾ ਲੱਗਦਾ। ਆਖੋ ਸਤਨਾਮ, ਸਤਿਗੁਰ ਕਹਿੰਦੇ ਭਾਈ ਕਿਸੇ 'ਤੇ ਜ਼ੁਲਮ ਹੁੰਦਾ ਉਦੋਂ ਮਦਦ ਕਰਨੀ ਹੈ, ਪਿੱਛੇ ਨਹੀਂ ਹਟਣਾ। ਇਹ ਕਹਿੰਦਾ ਜੀ ਮਨਜ਼ੂਰ ਹੈ, ਰੋਜ਼ ਬਾਣੀ ਪੜ੍ਹਨੀ ਹੈ, ਮੁਸੀਬਤਾਂ ਬਹੁਤ ਆਉਣਗੀਆਂ
ਸੱਚ ਦੇ ਰਾਹ 'ਤੇ ਚੱਲੇਗਾ ਜੀਵਨ ਉੱਚਾ ਹੋਊਗਾ, ਅਤੇ ਤੈਨੂੰ ਉੱਚੇ ਉੱਠਦੇ ਨੂੰ ਰੋਕਣ ਵਾਲੇ ਵੀ ਬਹੁਤ ਹੋਣਗੇ। ਅੱਜ ਵੀ ਵੇਖ ਲਓ, ਲੋਕ ਆਪਣੇ ਦੁੱਖ 'ਚੋਂ ਉਨਾ ਦੁਖੀ ਨਹੀਂ ਹੁੰਦੇ ਜਿੰਨਾ ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਦੁਖੀ ਹੋਣਗੇ। ਆਖੋ ਸਤਨਾਮ। ਦੇਖਦੇ ਹੋ ਤੁਹਾਡੇ ਨਾਂ ਤਾਂ ਨਿੱਤ ਹੁੰਦੀਆਂ, ਰੋਜ਼ ਵੇਖੀਦਾ। ਆਪਦੇ ਦੁੱਖ 'ਚੋਂ ਉਨਾ ਦੁਖੀ ਨਹੀਂ ਜਿੰਨਾ ਦੂਜੇ ਨੂੰ ਚੜ੍ਹਦੀ ਕਲਾ ਵੱਲ ਜਾਂਦਾ ਦੇਖ ਕੇ ਦੁਖੀ ਹੁੰਦੇ ਹੈ। ਪਰ ਇਸ ਤਰ੍ਹਾਂ ਨਹੀਂ ਚਾਹੀਦਾ ਪਿਆਰਿਓ। ਜੇ ਕੋਈ ਪਰਿਵਾਰ ਚੜ੍ਹਦੀ ਕਲਾ 'ਚ ਜਾ ਰਿਹਾ ਹੈ, ਉਹਦੀ ਮਦਦ ਕਰੋ, ਪਰਮਾਤਮਾ ਅੱਗੇ ਅਰਦਾਸ ਕਰੋ, ਮਾਲਕਾ ਜਿਵੇਂ ਇਹਦੇ 'ਤੇ ਕਿਰਪਾ ਕੀਤੀ ਹੈ ਕਿਤੇ ਸਾਡੇ 'ਤੇ ਵੀ ਰਹਿਮਤ ਕਰ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਾਮ ਸਿੰਘ ਨੇ ਸੁਣੀ ਗੱਲਬਾਤ ਅਤੇ ਮੰਨ ਗਿਆ। ਪਹਿਲਾਂ ਆਪ ਅੰਮ੍ਰਿਤ ਛਕਿਆ, ਜਦੋਂ ਆਇਆ ਘਰੇ ਅਤੇ ਘਰੇ ਆਉਂਦੇ ਹੀ ਕਲੇਸ਼ ਪੈ ਗਿਆ ਗੁਰਮੁਖੋ। ਜਿਹੜਾ ਨਹਿਰੂ ਮੱਲ ਸੀ ਇਹ ਕਹਿੰਦਾ, ਉਹ ਇਹ ਕੀ ਕੀਤਾ ਤੂੰ, ਆ ਕਿਰਪਾਨ ਕਾਹਤੋਂ ਪਾ ਲਈ? ਅਤੇ ਰਾਮ ਸਿੰਘ ਫਿਰ ਕਹਿੰਦਾ, ਪਿਤਾ ਜੀ ਮੈਨੂੰ ਗੁਰੂ ਘਰ ਦੀ ਮਰਿਆਦਾ ਚੰਗੀ ਲੱਗੀ, ਮੈਂ ਆਪ ਅੰਮ੍ਰਿਤ ਛਕਿਆ, ਗੁਰੂ ਘਰ ਦੀ ਮਰਿਆਦਾ, ਗੁਰੂ ਗੋਬਿੰਦ ਸਿੰਘ ਦੀ ਰਹਿਤ ਬਹਿਤ ਸਿੱਖਿਆ ਬੜੀ ਚੰਗੀ ਲੱਗੀ, ਤਾਂ ਮੈਂ ਉਹਨਾਂ ਦਾ ਸਿੰਘ ਸਜਿਆ। ਅਤੇ ਨਹਿਰੂ ਮੱਲ ਕਹਿੰਦਾ, ਤੈਨੂੰ ਕੀ ਲੋੜ ਸੀ ਗੁਰੂ ਦੀ? ਆਪਣੇ ਕੋਲ ਕੋਈ ਮਾਇਆ ਦੀ ਕਮੀ ਹੈ? ਆਪਣੇ ਕੋਲ ਕੋਈ ਜਾਇਦਾਦ ਦੀ ਕਮੀ ਹੈ? ਆਪਣੇ ਕੋਲ ਕੋਈ ਘਰ ਬਾਰ ਦੀ ਕਮੀ ਹੈ? ਤੂੰ ਗੁਰੂ ਤੋਂ ਕੀ ਲੈਣਾ ਸੀ? ਰਾਮ ਸਿੰਘ ਕਹਿੰਦਾ, ਗੁਰੂ ਮਾਇਆ ਵਾਸਤੇ ਨਹੀਂ ਧਾਰੀਦਾ, ਗੁਰੂ ਇਕੱਲੇ ਘਰ ਵਾਸਤੇ ਨਹੀਂ ਹੁੰਦਾ, ਗੁਰੂ ਨੇ ਤਾਂ ਸਾਨੂੰ ਔਖੇ ਸਮਿਆਂ 'ਚੋਂ ਬਚਾਉਣਾ, ਵਿੰਗੀਆਂ ਟੇਢੀਆਂ ਜੂਨਾਂ 'ਚੋਂ ਕੱਢ ਕੇ ਸਾਡਾ ਬੇੜਾ ਬੰਨੇ ਲਾਉਣਾ। ਆਖੋ ਸਤਨਾਮ। ਪਰ ਨਹਿਰੂ ਮੱਲ ਕਹਿੰਦਾ, ਨਹੀਂ ਨਹੀਂ, ਆਪਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਬਣਨਾ, ਮੈਨੂੰ ਰਾਮ ਸਿੰਘ ਨਹੀਂ ਚਾਹੀਦਾ ਮੇਰਾ ਪੁੱਤ, ਮੈਨੂੰ ਤਾਂ ਰਾਮੂ ਹੀ ਚਾਹੀਦਾ। ਰੌਲਾ ਪਾ ਲਿਆ ਗੁਰਮੁਖੋ। ਰਾਮ ਸਿੰਘ ਨੇ ਕੀ ਕੀਤਾ, ਆਪਣੇ ਘਰ ਵਾਲੀ ਨੂੰ ਵੀ ਲਿਆ ਨਾਲ, ਨਾਲੇ ਇੱਕ ਛੁੱਟੀ ਸੀ ਇਹਦੀ, ਉਹਨੂੰ ਵੀ ਲਿਆ, ਦੋਨਾਂ ਨੂੰ ਲੈ ਗਿਆ ਆਨੰਦਪੁਰ ਸਾਹਿਬ, ਉਹਨਾਂ ਨੂੰ ਵੀ ਅੰਮ੍ਰਿਤ ਛਕਾ ਲਿਆ। ਆਖੋ ਸਤਨਾਮ। ਤਾਂ ਉੱਥੇ ਫਿਰ ਇਹਦੇ ਪਿਤਾ ਨੇ ਬਹੁਤ ਰੌਲਾ ਪਾਇਆ, ਕਹਿੰਦਾ ਵੀ ਗੱਲ ਸੁਣ ਲਾ, ਜਾਂ ਤਾਂ ਮੇਰੀ ਸੁਣ ਲੈ, ਕਿਰਪਾਨ ਲਾ ਦੇ, ਅਤੇ ਜੇ ਤੂੰ ਗੁਰੂ ਵਾਲਾ ਬਣ ਕੇ ਰਹਿਣਾ ਫਿਰ ਤੂੰ ਅੱਜ ਤੋਂ ਸਾਡੇ ਵੱਲੋਂ ਮਰ ਗਿਆ, ਅਸੀਂ ਤੈਨੂੰ ਜ਼ਮੀਨ ਜਾਇਦਾਦ ਘਰ ਬਾਰ ਪੈਸਾ ਟਕਾ ਕੁਛ ਵੀ ਨਹੀਂ ਦੇਣਾ ਜੇ ਤੂੰ ਸਾਡੀ ਨਹੀਂ ਮੰਨਦਾ, ਅਸੀਂ ਨਹੀਂ ਮੰਨਦੇ ਸਿੱਖ ਧਰਮ ਨੂੰ। ਬੜੀ ਹੋਮ ਹੈ ਗੁਰਮੁਖੋ, ਕਈ ਵਾਰੀ ਆਪਣੇ 'ਚ ਵੀ ਹੁੰਦੀ ਹੈ, ਪਰ ਇਸ ਕਥਾ ਨੂੰ ਧਿਆਨ ਨਾਲ ਸਮਝਿਓ, ਕਿਤੇ ਜ਼ਿੰਦਗੀ 'ਚ ਆਹ ਮੌਕਾ ਆ ਸਕਦਾ ਹੈ, ਜੇ ਕਿਰਪਾ ਹੈਗੀ ਆ, ਭਾਵੇਂ ਨਹੀਂ ਮੰਨਦਾ ਪਰ ਕਿਸੇ ਦਾ ਵਿਰੋਧ ਨਾ ਕਰਿਆ ਕਰ, ਕਿਉਂਕਿ ਪਤਾ ਹੀ ਨਹੀਂ ਸਮਾਂ ਕਿੱਦਾਂ ਦਾ ਆਉਣਾ। ਆਖੋ ਸਤਨਾਮ। ਸਦਾ ਇੱਕੋ ਨਹੀਂ ਰਹਿੰਦੇ, ਜਮਾਨੇ ਬਦਲ ਜਾਂਦੇ ਨੇ, ਸਦਾ ਇੱਕੋ ਨਹੀਂ ਰਹਿੰਦੇ, ਜਮਾਨੇ ਬਦਲ ਜਾਂਦੇ ਨੇ, ਜਮਾਨੇ ਬਦਲ ਜਾਂਦੇ, ਸਦਾ ਇੱਕੋ ਨਹੀਂ, ਜਮਾਨੇ ਬਦਲ ਜਾਂਦੇ ਨੇ, ਸਦਾ ਇੱਕੋ ਨਹੀਂ।
ਸਦਾ ਇੱਕੋ ਨਹੀਂ ਰਹਿੰਦੇ, ਜਮਾਨੇ ਬਦਲ ਜਾਂਦੇ ਨੇ। ਸਦਾ ਇੱਕੋ ਨਹੀਂ ਰਹਿੰਦੇ, ਜਮਾਨੇ ਬਦਲ ਜਾਂਦੇ ਨੇ। ਜਮਾਨੇ ਬਦਲ ਜਾਂਦੇ ਨੇ। ਕਹਿੰਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ, ਪਰ ਨਹਿਰੂ ਮੱਲ ਕਹਿੰਦਾ ਨਹੀਂ, ਮੈਨੂੰ ਰਾਮੂ ਹੀ ਚਾਹੀਦਾ, ਮੇਰਾ ਪੁੱਤਰ ਰਾਮ ਸਿੰਘ ਨਹੀਂ ਚਾਹੀਦਾ। ਰਾਮ ਸਿੰਘ ਨੂੰ ਕਹਿੰਦਾ ਛੱਡ ਦੇ ਗੁਰੂ ਘਰ ਦੀ ਸਿੱਖੀ, ਪਰ ਰਾਮ ਸਿੰਘ ਕਹਿੰਦਾ ਹੁਣ ਮੈਂ ਗੁਰੂ ਵਾਲਾ ਬਣਿਆ, ਮੈਂ ਗੁਰੂ ਬਿਨਾਂ ਰਹਿ ਨਹੀਂ ਸਕਦਾ। ਆਖੋ ਸਤਨਾਮ। ਤੁਹਾਨੂੰ ਵੀ ਬੇਨਤੀ ਹੈ ਗੁਰਮੁਖੋ, ਐਵੇਂ ਕਿਸੇ ਦੇ ਮਗਰ ਨਾ ਲੱਗਿਆ ਕਰੋ, ਆਪਣਾ ਮਨ ਬਣਾਓ ਤਾਂ ਅੰਮ੍ਰਿਤ ਛਕੋ। ਇਹ ਨਾ ਹੋਵੇ ਵੀ ਅੱਜ ਕਹੇ ਕਹਾਏ ਅੰਮ੍ਰਿਤ ਛਕਿਆ ਹੈ, ਪਰਸੋਂ ਨੂੰ ਕਿਰਪਾਨ ਦਾ ਪਤਾ ਹੀ ਨਹੀਂ ਵੀ ਹੈ ਕਿੱਥੇ ਹੈ। ਉਹ ਤਾਂ ਉਦੋਂ ਵੀ ਵੱਡਾ ਇੱਕ ਪਾਪ ਹੈ। ਆਖੋ ਸਤਨਾਮ। ਕਿਉਂ ਐਵੇਂ ਨਰਕਾਂ ਦੇ ਰਾਹ ਆਪਾਂ ਤੁਰਦੇ ਹਾਂ ਗੁਰਮੁਖੋ? ਜੇ ਅੰਮ੍ਰਿਤ ਛਕ ਲਿਆ ਫਿਰ ਜੋ ਮਰਜ਼ੀ ਹੋ ਜੇ, ਗੁਰੂ ਦਾ ਪੱਲਾ ਨਾ ਛੱਡਿਓ, ਦੇਖੋ ਫਲ ਕੀ ਮਿਲਣਾ। ਰਾਮ ਸਿੰਘ ਕਹਿੰਦਾ ਵੀ ਰੁੱਸਦੀ ਆ ਦੁਨੀਆ, ਬਿਸ਼ੱਕ ਰੁੱਸ ਜਾਏ, ਗੁਰੂ ਨੂੰ ਮਨਾਉਣਾ ਏ। ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ, ਗੁਰਾਂ ਕੰਮ ਆਉਣਾ ਏ। ਜਮਾਂ ਵਾਲੀ ਮਾਰ ਝੱਲੀ ਨਹੀਂ ਉਹ ਜਾਵਣੀ, ਗੁਰੂ ਨੇ ਛਡਾਉਣਾ ਏ। ਮੈਂ ਨਹੀਂ ਕਹਿੰਦਾ ਹੁਣ ਅੰਮ੍ਰਿਤ ਛੱਡ ਸਕਦਾ, ਮੈਂ ਇੱਦਾਂ ਹੀ ਰਹਿਣਾ। ਨਹਿਰੂ ਮੱਲ ਨੇ ਇੰਨਾ ਕਲੇਸ਼ ਕੀਤਾ, ਘਰੋਂ ਕੱਢ ਤਾ ਗੁਰਮੁਖ, ਮੈਂ ਨਹੀਂ ਕੁਛ ਦੇਣਾ ਕਹਿੰਦਾ। ਭਾਈ ਰਾਮ ਸਿੰਘ ਆਪਣੀ ਘਰਵਾਲੀ ਨੂੰ ਅਤੇ ਆਪਣੀ ਧੀ ਨੂੰ ਲੈ ਕੇ ਘਰੋਂ ਨਿਕਲਿਆ ਹੈ। ਦੂਰ ਜਾ ਕੇ ਜਿੱਥੇ ਗਰੀਬ ਲੋਕ ਵੱਸਦੇ ਸੀ ਨਾ, ਉੱਥੇ ਇੱਕ ਝੌਂਪੜੀ 'ਚ ਰਹਿਣਾ ਸ਼ੁਰੂ ਕਰਤਾ। ਆਖੋ ਸਤਨਾਮ। ਹੁਣ ਦੇਖੋ ਸ਼ਾਹੂਕਾਰ ਦਾ ਪੁੱਤ, ਕਿੱਥੇ ਤਾਂ ਕਈ ਤਰ੍ਹਾਂ ਦੇ ਖਾਣੇ ਮਿਲਦੇ ਸੀ, ਪਰ ਖਾਣਿਆਂ ਦਾ ਕੀ ਫਾਇਦਾ ਜਦੋਂ ਘਰ 'ਚ ਮੱਤੀ ਨਹੀਂ ਸੀ ਮਿਲਦੀ। ਗੁਰਮੁਖੋ ਘਰ ਤਾਂ ਕਈਆਂ ਦੇ ਬੜੇ ਵੱਡੇ ਵੱਡੇ ਹੁੰਦੇ ਆ, ਵਿਆਹ ਸ਼ਾਦੀਆਂ ਵੀ ਬੜੇ ਪੈਸੇ ਖਰਚ ਕੇ ਕਰਨਗੇ, ਪਰ ਜੇ ਆਪਸ ਵਿੱਚ ਦੋ ਜੀਆਂ ਦੀ ਬਣਦੀ ਹੋਈ ਨਹੀਂ, ਉਹ ਤਾਂ ਇਕੱਲੀਆਂ ਕੋਠੀਆਂ ਫਿਰ ਸ਼ਮਸ਼ਾਨ ਘਾਟ ਹੀ ਲੱਗਦੀਆਂ। ਸਭ ਕੁਛ ਹੁੰਦਿਆਂ ਹੋਇਆਂ ਲੋਕ ਕਹਿੰਦੇ ਨੇ ਵੀ ਇੱਦੂ ਤਾਂ ਮਰੇ ਚੰਗੇ, ਕਿੱਥੇ ਨਰਕਾਂ 'ਚ ਧੱਕਾ ਦਿੱਤਾ ਹੈ। ਵੱਡੀ ਗੱਲ ਵਿਚਾਰਾਂ ਦੀ ਸਾਂਝ ਹੈ, ਅਤੇ ਜਿੱਥੇ ਵਿਚਾਰ ਮਿਲ ਜਾਣ ਉਹ ਤਾਂ ਕੱਖਾਂ ਕਾਨਿਆਂ ਦੀ ਝੌਂਪੜੀ ਵਿੱਚ ਵੀ ਆਨੰਦ ਆਇਆ। ਆਖੋ ਸਤਨਾਮ। ਗੁਰਮੁਖੋ ਹੁਣ ਰਾਮ ਸਿੰਘ ਝੌਂਪੜੀ 'ਚ ਰਹਿੰਦਾ ਹੈ ਪਰਿਵਾਰ ਸਮੇਤ, ਦਿਨੇ ਦਿਹਾੜੀ ਜਾਣਾ, ਉਨਾ ਕੁ ਕਮਾਉਣਾ, ਨਾਲੇ ਤਾਂ ਸ਼ਾਮ ਨੂੰ ਬੱਚਿਆਂ ਨੂੰ ਚਾਅ ਹੁੰਦਾ ਘਰ ਵਾਲੀ ਉਡੀਕਦੀ ਵੀ ਤੁਹਾਡਾ ਬਾਪੂ ਆਉਣ ਵਾਲਾ ਹੈ, ਲਿਆਊਗਾ ਕਮਾ ਕੇ ਖਾਵਾਂਗੇ, ਕਦਰ ਸੀ। ਅਤੇ ਨਾਲੇ ਉਹਨੂੰ ਵੀ ਸਵੇਰ ਦੇ ਗਏ ਨੂੰ ਹੁੰਦਾ ਵੀ ਸ਼ਾਮ ਨੂੰ ਜਾ ਕੇ ਬੱਚਿਆਂ ਦਾ ਪਰਿਵਾਰ ਦਾ ਮੁੱਖੜਾ ਦੇਖਾਂਗੇ। ਅਸਲ ਵਿੱਚ ਗੁਰਮੁਖੋ ਜਿਹੜੇ ਪਹਿਲਾਂ ਲੋਕ ਸੀ ਨਾ, ਇਹ ਮਿਹਨਤ ਕਰਦੇ ਸੀ। ਸਵੇਰੇ ਦੇਖੋ ਸੂਰਜ ਚੜ੍ਹਨ ਤੋਂ ਪਹਿਲਾਂ ਚਲੇ ਜਾਣਾ ਕੰਮ, ਆ ਬਜ਼ੁਰਗ ਬੈਠੇ ਹੋ ਤੁਹਾਨੂੰ ਤਾਂ ਪਤਾ ਹੈ, ਅਤੇ ਸ਼ਾਮ ਨੂੰ ਦਾਤੀ ਜਾਂ ਖੁਰਪਾ ਉਦੋਂ ਸਿੱਟਣਾ ਜਦੋਂ ਟਿੱਕੀ ਛਿਪ ਜਾਂਦੀ, ਅਤੇ ਘਰ ਆਉਂਦੇ
ਬੀਬੀਆਂ ਘਰ ਦਾ ਕੰਮ ਧੰਦਾ ਸਾਂਭਦੀਆਂ, ਵੱਡੀ ਬੇਬੇ ਨੇ ਕਹਿਣਾ ਲੈ ਕੁੜੇ ਤੇਰੇ ਘਰ ਵਾਲਾ ਆ ਗਿਆ, ਪਾਣੀ ਫੜਾਇਆ, ਚਾਅ ਨਾਲ ਜਾਂਦੇ ਸੀ ਇੱਕ ਦੂਜੇ ਨੂੰ ਵੇਖਣ, ਅਤੇ ਹੁਣ ਕੰਮ ਕੋਈ ਹੈ ਨਹੀਂ, ਵਿਹਲੇ ਲੜਾਈਆਂ 'ਤੇ ਜ਼ੋਰ ਹੈ, ਇੱਕ ਦੂਜੇ 'ਤੇ ਸ਼ੱਕ ਸੁਭਾਅ, ਕਿੰਨਾ ਕੁਛ ਹੁੰਦਾ ਗੁਰਮੁਖ ਪਿਆਰਿਓ, ਕੀ ਇਹਨਾਂ ਕੰਮਾਂ ਵਾਸਤੇ ਜ਼ਿੰਦਗੀ ਮਿਲੀ ਸੀ? ਜ਼ਿੰਦਗੀ ਇਹਨਾਂ ਕੰਮਾਂ ਵਾਸਤੇ ਨਹੀਂ ਮਿਲੀ ਹੁੰਦੀ। ਏਕਤਾ ਰੱਖਣੀ, ਪਿਆਰ ਸਤਿਕਾਰ ਦਾ ਜੀਵਨ ਜਿਉਣਾ ਚਾਹੀਦਾ, ਅਤੇ ਕੰਮ ਆਪਾਂ ਛੱਡ ਗਏ ਗੁਰਮੁਖ ਪਿਆਰਿਓ, ਦੁੱਖ ਤਾਂ ਮਨਾਇਓ ਨਾ, ਦੂਜਿਆਂ ਦੇ ਆਸਰੇ ਜਦੋਂ ਵੀ ਛੱਡਾਂਗੇ ਉੱਥੇ ਵਾਧਾ ਨਹੀਂ ਹੁੰਦਾ ਕੰਮ ਕੋਈ ਵੀ ਹੈ। ਭਾਵੇਂ ਆਪਣੀ ਜ਼ਿੰਮੇਵਾਰੀ ਨੂੰ ਆਪ ਸਮਝਣਾ ਚਾਹੀਦਾ, ਅਤੇ ਅੱਗੇ ਪਿਆਰ ਸਤਿਕਾਰ ਦਾ ਜੀਵਨ ਜਿਉਂਦੀ ਸੀ ਦੁਨੀਆ, ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਗੁਰਮੁਖ ਪਿਆਰਿਓ। ਹੁਣ ਰਾਮ ਸਿੰਘ ਸਵੇਰੇ ਕੰਮ 'ਤੇ ਜਾਣਾ, ਸ਼ਾਮ ਨੂੰ ਆਉਣਾ, ਜਿੰਨਾ ਕੁ ਲਿਆਉਣਾ ਉਨਾ ਕੁ ਸ਼ਕਸ਼ਕਾ ਲੈਣਾ, ਦੋਨੇ ਟਾਈਮ ਬਾਣੀ ਪੜ੍ਹਨੀ, ਬੜਾ ਆਨੰਦ। ਕੁਛ ਕੁ ਟਾਈਮ ਬਤੀਤ ਹੋਇਆ ਅਤੇ ਉੱਧਰੋਂ ਕਿਤੇ ਕੁਦਰਤੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਗੁਰਮੁਖ, ਜੰਗ ਯੁੱਧ ਹੋਏ। ਅਤੇ ਇਹ ਜਿਹੜਾ ਰਾਮ ਸਿੰਘ ਸੀ, ਇਹ ਘਰਵਾਲੀ ਨੂੰ ਕਹਿੰਦਾ ਹੈ, ਜਿਸ ਗੁਰੂ ਦੇ ਆਪਾਂ ਸਿੱਖ ਬਣੇ ਹਾਂ ਨਾ, ਉਹਨਾਂ ਨੇ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਵੀ ਜਦੋਂ ਕਿਸੇ 'ਤੇ ਵਿਪਤਾ ਆਉਂਦੀ ਹੈ ਉਦੋਂ ਜ਼ਰੂਰ ਜਾਣਾ ਚਾਹੀਦਾ। ਦੇਖੋ ਭਾਈ, ਸੁੱਖ ਵੇਲੇ ਭਾਵੇਂ ਨਾ ਜਾਇਆ ਜਾਵੇ ਪਰ ਦੁੱਖ ਵੇਲੇ ਪਿੱਛੇ ਨਹੀਂ ਹਟਣਾ ਚਾਹੀਦਾ, ਬਿਨਾਂ ਬੁਲਾਏ ਮਦਦ ਕਰਨੀ ਚਾਹੀਦੀ ਹੈ। ਅਗਲਾ ਵੀ ਪਤਾ ਨਹੀਂ ਤੇਰੇ ਕਿੱਥੇ ਜਾ ਕੇ ਕੰਮ ਆਉਣਾ ਹੈ, ਦੁੱਖ ਵੇਲੇ ਜ਼ਰੂਰ ਜਾਓ। ਮੈਂ ਕੀ ਕਰਾਂ, ਘਰ ਵਾਲੀ ਕਹਿੰਦੀ ਜੀ ਹੁਣ ਮੈਂ ਕਿਹੜਾ ਤੁਹਾਡੇ ਤੋਂ ਬਾਹਰ ਹਾਂ, ਆਪਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੇ ਹਾਂ ਅਤੇ ਤੁਸੀਂ ਜਾਓ। ਕਹਿੰਦੇ ਰਾਮ ਸਿੰਘ ਘਰੋਂ ਗਿਆ, ਵੱਡੀ ਲੈ ਗਿਆ ਤਲਵਾਰ ਚੱਕ ਕੇ। ਹੁਣ ਇਹ ਕਿਹੜਾ ਗੁਰਮੁਖੋ ਜੰਗ ਯੁੱਧ ਕਰਨੇ ਸਿੱਖਿਆ ਸੀ, ਇਹ ਤਾਂ ਨਵਾਂ ਨਵਾਂ ਸਿੱਖ ਬਣਿਆ ਸੀ ਜਦੋਂ ਗਿਆ, ਅਤੇ ਕੁਦਰਤੋਂ ਗੁਰਮੁਖੋ ਜਾਂਦਾ ਹੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ। ਆਖੋ ਸਤਨਾਮ। ਜ਼ਿੰਦਗੀ ਧਰਮ ਲੇਖੇ ਲਾ ਤੀ, ਧਰਮ ਲੇਖੇ ਜ਼ਿੰਦਗੀ ਲਾਗੀ, ਅਤੇ ਇਹਦੇ ਘਰ ਵਾਲੀ ਕੋਲ ਫਿਰ ਦੁਨੀਆ ਆਵੇ ਦੁੱਖ ਸੁੱਖ ਵੰਡਾਉਣ। ਕਈਆਂ ਨੇ ਜਾ ਕੇ ਨਹਿਰੂ ਮੱਲ ਨੂੰ ਆਖਿਆ, ਕਹਿੰਦੇ ਤੇਰਾ ਮੁੰਡਾ ਗੁਰੂ ਦਾ ਸਿੱਖ ਬਣਿਆ ਸੀ, ਉੱਥੇ ਜੰਗ 'ਚ ਸ਼ਹੀਦ ਹੋ ਗਿਆ, ਮਰਿਆ ਨਹੀਂ ਸੀ, ਕਹਿੰਦੇ ਸ਼ਹੀਦ, ਸਤਿਕਾਰ ਦਾ ਨਾਂ। ਕਈਆਂ ਨੇ ਕਹਿਣਾ ਉੱਥੇ ਮੁੰਡੇ ਦੀ ਮੌਤ ਹੋ ਗਈ, ਤੇਰੀ ਨੂੰਹ ਰਹਿ ਗਈ, ਇਕੱਲੀ ਪੋਤੀ ਰਹਿ ਗਈ ਤੇਰੀ, ਉਹਨਾਂ ਨੂੰ ਤਾਂ ਘਰ ਲੈ ਆ। ਪਤਾ ਨਹਿਰੂ ਮੱਲ ਕੀ ਕਹਿੰਦਾ, ਕਹਿੰਦਾ ਮੇਰੇ ਵੱਲੋਂ ਤਾਂ ਉੱਦਾਂ ਹੀ ਮਰ ਗਿਆ ਸੀ ਜਿਹਦੇ ਅੰਮ੍ਰਿਤ ਛਕ ਲਿਆ ਸੀ। ਆਖੋ ਸਤਨਾਮ। ਮੇਰੇ ਵੱਲੋਂ ਤਾਂ ਕਹਿੰਦਾ ਉੱਦਾਂ ਹੀ ਮਰ ਗਿਆ ਸੀ। ਹੁਣ ਰਹੀ ਗੱਲ ਨੂੰਹ ਦੀ ਅਤੇ ਪੋਤੀ ਦੀ, ਉਹਨਾਂ ਨੂੰ ਪੁੱਛ ਲਓ ਵੀ ਜੇ ਮੇਰੇ ਕਹੇ ਲੱਗ ਕੇ ਗੁਰੂ ਨੂੰ ਛੱਡ ਸਕਦੀਆਂ ਫਿਰ ਤਾਂ ਮੇਰੇ ਘਰ ਆ ਜਾਣ, ਨਹੀਂ ਮੇਰੀਆਂ ਉਹ ਵੀ ਕੁਛ ਨਹੀਂ ਲੱਗਦੀਆਂ। ਆਖੋ ਸਤਨਾਮ। ਇੱਥੋਂ ਹੁਣ ਗੱਲ ਨੂੰ ਨਾਲ ਨਾਲ ਆਪਣੇ 'ਤੇ ਲਾਈ ਚੱਲਿਓ, 100 ਬਾਹਾਂ ਜ਼ਿੰਦਗੀ 'ਚ ਵਗਦੀਆਂ, ਪੁੱਤਾਂ ਧੀਆਂ ਨੂੰਹਾਂ ਦੋਹਤੇ ਦੋਹਤੀਆਂ 100 ਗਲਤੀਆਂ ਕਰਦੇ ਨੇ, ਪਰ ਵੱਡਿਆਂ ਨੂੰ ਇੰਨੀ ਵੀ ਨਹੀਂ ਹੋਮੈ ਚਾਹੀਦੀ ਵੀ ਇੱਕ ਗਲਤੀ ਕਰਕੇ ਮੁੜ ਕੇ ਮੂੰਹ ਹੀ ਮੋੜ ਲਈਏ, ਸਮਾਂ ਪਤਾ ਨਹੀਂ ਕਿੱਦਾਂ ਦਾ ਆਉਣਾ। ਗੁਰਮੁਖੋ ਹੁਣ ਕੀ ਹੋਇਆ, ਕਹਿੰਦਾ ਮੈਂ ਨਹੀਂ ਘਰ ਰੱਖਣਾ, ਅਤੇ ਜਿਹੜੀ ਰਾਮ ਸਿੰਘ ਦੇ ਘਰ ਵਾਲੀ ਸੀ ਉਹਨੂੰ ਦੁਨੀਆ ਜਾ ਕੇ ਕਿਹਾ ਕਰੇ ਬਹੁਤ ਮਾੜਾ ਹੋਇਆ, ਤੇਰੇ ਘਰ ਵਾਲੇ ਦੀ ਮੌਤ ਹੋ ਗਈ, ਉਹ ਕਹਿੰਦੀ ਮਾੜਾ ਨਹੀਂ ਹੋਇਆ, ਚੰਗਾ ਹੋਇਆ, ਇੱਕ ਦਿਨ ਤਾਂ ਸਭ ਨੇ ਸੰਸਾਰ ਤੋਂ ਜਾਣਾ ਹੀ ਹੈ, ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਮੇਰੇ ਘਰ ਵਾਲਾ ਜੇ ਗਿਆ
ਉਹ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਲੱਗ ਕੇ ਜੰਗ 'ਚ ਸ਼ਹੀਦ ਹੋਇਆ, ਉਹਦਾ ਸਤਿਕਾਰ ਵਧਿਆ। ਮੈਂ ਅੱਜ ਸ਼ਹੀਦ ਦੀ ਪਤਨੀ ਕਹਾਉਂਗੀ, ਆਖੋ ਸਤਨਾਮ। ਮੈਨੂੰ ਤਾਂ ਮਾਣ ਹੈ ਇਸ ਗੱਲ ਦਾ, ਕਹਿੰਦੀ ਨਾਲੇ ਕਹਿੰਦੀ ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਨਾ ਗੁਰਾਂ ਦੇ ਆਵੇ। ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜੀ। ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਕਹਿੰਦੀ ਉਸ ਸਰੀਰ ਤੋਂ ਕੀ ਕਰਾਉਣਾ ਜਿਹੜਾ ਸੇਵਾ ਸਿਮਰਨ ਕਰਕੇ ਕਿਸੇ ਦੇ ਕੰਮ ਹੀ ਨਹੀਂ ਆ ਸਕਦਾ। ਚਲੋ ਜੀ, ਕੁਛ ਕੁ ਸਮਾਂ ਲੰਘਿਆ, ਨਹਿਰੂ ਮਲ ਨੇ ਨਾ ਨੂੰਹ ਨੂੰ ਅਤੇ ਪੋਤੀ ਨੂੰ ਨੇੜੇ ਲਾਇਆ। ਸਮਾਂ ਪਾ ਕੇ ਕੁਦਰਤੋਂ ਜਿਹੜੀ ਰਾਮ ਸਿੰਘ ਦੇ ਘਰ ਵਾਲੀ ਸੀ ਉਹਦੀ ਵੀ ਮੌਤ ਹੋ ਗਈ, ਆਖੋ ਸਤਨਾਮ। ਹੁਣ ਰਹਿ ਗਈ ਇਕੱਲੀ ਧੀ ਇਹਨਾਂ ਦੀ ਗੁਰਮੁਖ। ਫਿਰ ਵੀ ਜਾ ਕੇ ਲੋਕਾਂ ਨੇ ਕਿਹਾ ਨਹਿਰੂ ਮੱਲਾ ਤੇਰੀ ਨੂੰਹ ਦੀ ਵੀ ਮੌਤ ਹੋ ਗਈ, ਤੇਰੀ ਰਹਿ ਗਈ ਪੋਤੀ ਇਕੱਲੀ, ਉਹਨੂੰ ਤਾਂ ਲੈ ਆ। ਕਹਿੰਦਾ ਪੁੱਛਿਆ ਉਹ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛੱਡ ਸਕਦੀ ਹੈ, ਗਾਤਰਾ ਲਾ ਸਕਦੀ ਹੈ ਤਾਂ ਅਜੇ ਨਹੀਂ, ਮੈਂ ਨਹੀਂ ਬੁਲਾਉਣਾ, ਆਖੋ ਸਤਨਾਮ। ਮੰਨਿਆ ਨਾ, ਐਡੀ ਹੋਮੈ ਗੁਰਮੁਖ। ਸਮਾਂ ਲੰਘਦਾ ਗਿਆ, ਆਂਢੀ ਗੁਆਂਢੀ ਦੋ ਟਾਈਮ ਦਾ ਪ੍ਰਸ਼ਾਦਾ ਬੱਚੀ ਨੂੰ ਦਿਆ ਕਰਨ, ਅਤੇ ਬੱਚੀ ਦੀ ਉਮਰ ਹੋ ਗਈ 10-12 ਸਾਲ ਗੁਰਮੁਖੋ। ਅਤੇ ਕੁਦਰਤ ਤੋਂ ਹੀ ਜਲੰਧਰ ਦੇ ਵਿੱਚ ਬਿਮਾਰੀ ਫੈਲੀ, ਅਤੇ ਉਸ ਬਿਮਾਰੀ ਦੀ ਲਪੇਟ ਵਿੱਚ ਨਹਿਰੂ ਮੱਲ ਦਾ ਪਰਿਵਾਰ ਆ ਗਿਆ, ਆਖੋ ਸਤਨਾਮ। ਚਾਰ ਪੁੱਤ ਸੀਗੇ, ਚਾਰੇ ਹੀ ਮਰ ਗਏ ਗੁਰਮੁਖੋ। ਨੂਹਾਂ ਵੀ ਸੀਗੀਆਂ, ਬਿਮਾਰੀ ਕਰਕੇ ਸਾਰਾ ਪਰਿਵਾਰ ਗੁਰਮੁਖੋ ਖਤਮ ਹੁੰਦਾ ਗਿਆ। ਇਹਦੇ ਕੋਲ ਮਾਇਆ ਬਹੁਤ ਸੀ, ਇਹਨੇ ਬੜਾ ਇਲਾਜ ਕਰਾਇਆ, ਜ਼ਮੀਨ ਜਾਇਦਾਦ ਵਿਕ ਗਈ। ਤੁਹਾਨੂੰ ਪਤਾ ਹੀ ਆ, ਮਰਦੇ ਨੂੰ ਬਚਾਉਣ ਵਾਸਤੇ ਆਪਾਂ ਕੀ ਨਹੀਂ ਕਰਦੇ ਗੁਰਮੁਖੋ। ਸਭ ਮਾਇਆ ਖਰਚ ਹੋ ਗਈ, ਘਰ ਬਾਰ ਵੀ ਵਿਕ ਗਏ, ਜਿੱਥੇ ਰਹਿੰਦੇ ਸੀ ਉਹਦੇ ਵਾਸਤੇ ਵੀ ਕਿਸੇ ਤੋਂ ਮਾਇਆ ਲੈ ਲਈ ਵੀ ਮੇਰਾ ਘਰ ਤੇਰਾ, ਤੂੰ ਮੈਨੂੰ ਪੈਸੇ ਦੇ ਦੇ ਜੇ ਮੇਰਾ ਪਰਿਵਾਰ ਬਚ ਜੇ। ਗੱਲ ਮੁਕਾਦਿਆਂ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਕਹਿੰਦੇ ਕਿਰਾਏ ਦੇ ਮਕਾਨ ਵਿੱਚ ਰਹਿਣਾ ਮਨਜ਼ੂਰ ਕਰ ਲਿਆ, ਮਾਇਆ ਖਰਚ ਕਰਕੇ ਦੂਜੇ ਪੁੱਤਾਂ ਨੂੰ ਨੂੰਹਾਂ ਨੂੰ ਬਚਾਉਣਾ ਚਾਹਿਆ, ਪਰ ਕੋਈ ਵੀ ਨਾ ਬਚਿਆ, ਇਕੱਲਾ ਰਹਿ ਗਿਆ ਗੁਰਮੁਖ। ਰੋ ਰੋ ਕੇ ਨਾ ਨਿਗਾਹ ਵੀ ਘੱਟ ਗਈ, ਕਿਉਂਕਿ ਮਾਇਆ ਇੱਕ ਐਸੀ ਚੀਜ਼ ਹੈ ਜਦੋਂ ਆਉਂਦੀ ਹੈ ਨਾ ਬੰਦੇ ਨੂੰ ਪਤਾ ਨਹੀਂ ਲੱਗਦਾ ਗੁਰਮੁਖੋ।
ਬੰਦਾ ਰੱਬ ਨੂੰ ਵੀ ਮੰਨਣੋਂ ਹਟ ਜਾਂਦਾ ਹੈ, ਪਰ ਜਦੋਂ ਮਾਇਆ ਚਲੀ ਜਾਵੇ ਫਿਰ ਐਸੀ ਚਪੇੜ ਮਾਰਦੀ ਹੈ, ਚੌਂ ਕੁੰਟਾਂ ਦਾ ਗਿਆਨ ਕਰਾ ਦਿੰਦੀ ਹੈ ਮਾਇਆ। ਕਾਹਦਾ ਮਾਣ ਹੈ ਗੁਰਮੁਖੋ, ਹੁਣ ਸਭ ਕੁਛ ਚਲਿਆ ਗਿਆ, ਦੁੱਖ ਬੜਾ, ਮਾਇਆ ਦਾ ਮੋਹ ਸੀ ਉਹ ਚਿੰਤਾ ਸਤਾਇਆ ਕਰੇ, ਘਰ ਦਾ ਮੋਹ ਸੀ ਉਹ ਸਤਾਇਆ ਕਰੇ, ਅਤੇ ਹੁਣ ਮੈਂ ਨਿਕਲੀ ਨਾ, ਜੇ ਕੋਈ ਬੁਲਾਇਆ ਕਰੇ, ਕੋਈ ਗੱਲ ਕਿਹਾ ਕਰੇ, ਲੈ ਮੈਂ ਵੀ ਇੱਦਾਂ ਦਾ ਹੁੰਦਾ ਸੀ, ਕੀ ਹੋਇਆ ਜੇ ਗਰੀਬੀ ਆ ਗਈ, ਲੋਕ ਮੂੰਹ ਲਾਉਣੋਂ ਹਟ ਗਏ। ਅਤੇ ਜਿਨ੍ਹਾਂ ਤੋਂ ਮਾਇਆ ਲਈ ਸੀ ਉਹ ਦਿੱਤੀ ਨਾ ਗਈ ਗੁਰਮੁਖੋ, ਆਖਰਕਾਰ ਇਹਦਾ ਘਰ ਬਾਰ ਦੱਬ ਕੇ ਨਾ, ਜਿਨ੍ਹਾਂ ਦੇ ਪੈਸੇ ਦੇਣੇ ਸੀ ਇਹਨੂੰ ਘਰੋਂ ਕੱਢਤਾ। ਆਖੋ ਸਤਨਾਮ। ਹਾਲਾਤ ਕਹਿੰਦੇ ਐਸੇ ਬਣ ਗਏ, ਇਹਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ, ਕਿਉਂ ਹੋਮੈ ਸੀ, ਕੋਈ ਇਹਨੂੰ ਮੂੰਹ ਨਾ ਲਾਵੇ। ਆਖਰਕਾਰ ਗੁਰਮੁਖ ਪਿਆਰਿਓ ਦੁਨੀਆਂ ਦੇ ਧੱਕੇ ਖਾਂਦਾ ਖਾਂਦਾ ਆਪਣੀ ਪੋਤਰੀ ਦੇ ਘਰ ਆ ਗਿਆ, ਜਿਹਨੂੰ ਕਹਿੰਦਾ ਸੀ ਨਾ ਮੈਂ ਨਹੀਂ ਰੱਖਣਾ, ਝੌਂਪੜੀ 'ਚ ਰਹਿੰਦੀ ਸੀ, ਉਸੇ ਕੋਲ ਆ ਗਿਆ। ਆ ਕੇ ਕਹਿੰਦਾ ਧੀਏ ਬਖਸ਼ਣ ਦੇ ਯੋਗ ਤਾਂ ਮੈਂ ਹੈ ਨਹੀਂ, ਗਲਤੀਆਂ ਬੜੀਆਂ ਕੀਤੀਆਂ, ਪਰ ਹਾਲਾਤ ਐਸੇ ਬਣ ਗਏ ਜਿਹਦਾ ਮੈਂ ਮਾਣ ਕਰਦਾ ਸੀ, ਕੱਖ ਵੀ ਨਾ ਰਿਹਾ, ਨਾ ਘਰ ਨਾ ਪਰਿਵਾਰ। ਹੁਣ ਮੈਂ ਤੇਰੇ ਕੋਲ ਆਇਆ, ਮੇਰੇ ਪਰਿਵਾਰ 'ਚੋਂ ਅੰਸ਼ ਵੰਸ਼ ਵਿੱਚੋਂ ਤੂੰ ਹੀ ਹੈ ਇਕੱਲੀ, ਮੈਨੂੰ ਰੱਖ ਲੈ। ਉਹ ਕਹਿੰਦੀ ਆ ਜਾਓ ਦਾਦਾ ਜੀ, ਜੀ ਆਇਆਂ ਨੂੰ ਰਹਿ ਪਿਆ। ਹੁਣ ਆਂਢੀ ਗੁਆਂਢੀ ਜਿਹੜੇ ਪਾਲਦੇ ਸੀ ਉਹ ਕਹਿੰਦੇ ਧੀਏ ਤੈਨੂੰ ਵੀ ਰੋਟੀ ਦੋ ਟਾਈਮ ਦੀ ਅਸੀਂ ਦਿੰਦੇ ਹਾਂ, ਤੈਨੂੰ ਤਾਂ ਦੇ ਸਕਦੇ ਹਾਂ, ਪਰ ਤੂੰ ਇਹਨੂੰ ਨਹੀਂ ਰੱਖਣਾ ਇੱਥੇ, ਇਹਨੇ ਤੁਹਾਡੇ ਮਾਂ ਬਾਪ 'ਤੇ ਬੜਾ ਜ਼ੁਲਮ ਕੀਤਾ, ਅਸੀਂ ਬੜਾ ਸਮਝਾਇਆ, ਇਹਨੇ ਸਾਡੀ ਮੰਨੀ ਨਹੀਂ ਕਿਸੇ ਦੀ, ਹੁਣ ਅਸੀਂ ਇਹਨੂੰ ਨਹੀਂ ਦੇਣਾ, ਤੂੰ ਇਹਨੂੰ ਇੱਥੋਂ ਭਜਾ ਦੇ। ਪਰ ਉਹ ਬੱਚੀ ਕਹਿੰਦੀ ਨਹੀਂ, ਗੁਰੂ ਨਾਨਕ ਦੇ ਘਰ ਵਿੱਚੋਂ ਅਸੀਂ ਅੰਮ੍ਰਿਤ ਛਕਿਆ, ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਜਿਹੜਾ ਦਰ 'ਤੇ ਚੱਲ ਕੇ ਆ ਜੇ ਉਹਨੂੰ ਮਰਨ ਨਹੀਂ ਦੇਈਦਾ। ਆਖੋ ਸਤਨਾਮ। ਜਿਹੜਾ ਕੋਈ ਆ ਜੇ ਤੱਕ ਕੇ ਸ਼ਰਨ ਜੀ, ਜਿੰਦ ਜਾਂਦੀ ਜਾਵੇ ਦਈਏ ਨਾ ਮਰਨ ਜੀ। ਇਹ ਹੁਣ ਨੀਵਾਂ ਹੋ ਕੇ ਆ ਗਿਆ, ਅਤੇ ਇਹ ਘਰ ਮੇਰਾ ਨਹੀਂ, ਇਹ ਤਾਂ ਗੁਰੂ ਦਾ। ਆਖੋ ਸਤਨਾਮ। ਇਹ ਚੰਗਾ ਮਾੜਾ ਜੋ ਕਰਮੇ ਨੇ ਕੀਤੇ, ਪਰ ਮੈਂ ਨਹੀਂ ਇਹਨੂੰ ਕਹਿ ਸਕਦੀ ਵੀ ਜਾਵੋ। ਦੇਖੋ ਜੇ ਬੱਚਿਆਂ ਨੂੰ ਸਿੱਖੀ ਨਾਲ ਜੋੜੋਂਗੇ ਨਾ, ਫਿਰ ਆਹ ਗਿਆਨ ਮਿਲਦਾ ਹੈ, ਇਹੋ ਜਿਹੇ ਸੰਸਕਾਰ। ਕਹਿੰਦੀ ਮੈਂ ਨਹੀਂ ਕਹਿਣਾ, ਲੋਕ ਕਹਿੰਦੇ ਫਿਰ ਅਸੀਂ ਤੈਨੂੰ ਵੀ ਨਹੀਂ ਰੱਖਣਾ। ਦੋਵਾਂ ਨੂੰ ਹੀ ਉੱਥੋਂ ਭਜਾਤਾ। ਆਖੋ ਸਤਨਾਮ। ਨਹਿਰੂ ਮੱਲ ਬੜਾ ਰੋਇਆ, ਸ਼ਾਮ ਦਾ ਟਾਈਮ, ਭੁੱਖਾ ਧਿਆਇਆ, ਕਹਿੰਦਾ ਧੀਏ ਹੁਣ ਕੀ ਕਰੀਏ, ਮੈਂ ਤਾਂ ਤੇਰੇ ਕੋਲ ਆ ਕੇ ਤੈਨੂੰ ਵੀ ਬਿਪਤਾ 'ਚ ਪਾਤਾ, ਹੁਣ ਕੀ ਕਰੀਏ। ਉਹ ਬੱਚੀ ਕਹਿੰਦੀ ਕਰਨਾ ਕੀ ਹੈ ਜੀ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਵੀ ਜਿਹਦਾ ਕੋਈ ਵੀ ਨਾ ਹੋਵੇ ਉਹਦਾ ਗੁਰੂ ਜ਼ਰੂਰ ਹੁੰਦਾ। ਆਪਾਂ ਚੱਲੀਏ ਗੁਰੂ ਗੋਬਿੰਦ ਸਿੰਘ ਦੇ ਦਰ ਅਨੰਦਪੁਰ ਸਾਹਿਬ ਵੱਲ, ਉਹੀ ਆਪਣੀ ਬਾਂਹ ਫੜਨਗੇ। ਆਖੋ ਸਤਨਾਮ। ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਿਮ ਲੱਗੈ ਨਾ ਤੱਤੀ ਵਾਓ। ਇਹਦਾ ਭਾਵ ਕੀ ਹੈ, ਕਹਿੰਦੇ ਅਨੇਕ ਤਰ੍ਹਾਂ ਦੀ ਮੁਸ਼ਕਲ ਬਣ ਜੇ, ਕੋਈ ਵੀ ਆਸਰਾ ਨਾ ਲੱਭੇ, ਰਿਸ਼ਤੇਦਾਰ ਸਕੇ ਸੰਬੰਧੀ ਵੀ ਸਾਥ ਛੱਡ ਜਾਣ, ਗਿਆਨ ਦੀ ਕੋਈ ਗੱਲ ਵੀ ਨਾ ਸੁਣੇ,
ਫਿਰ ਵੀ ਜੇ ਤੂੰ ਮਾਲਕ ਨੂੰ ਚੇਤੇ ਕਰੇ, ਮਾਲਕ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਜ਼ਰੂਰ ਕਰਦਾ ਹੈ। ਇਸੇ ਕਰਕੇ ਭਾਈ ਉਹਨੂੰ ਭੁੱਲਣਾ ਨਹੀਂ ਚਾਹੀਦਾ। ਹੁਣ ਨਹਿਰੂ ਮੱਲ ਦੀ ਪੋਤੀ ਕਹਿੰਦੀ, ਦਾਦਾ ਜੀ ਕੋਈ ਗੱਲ ਨਹੀਂ, ਆਪਾਂ ਚੱਲਦੇ ਹਾਂ ਅਨੰਦਪੁਰ ਸਾਹਿਬ। ਬਾਜਾਂ ਵਾਲੇ ਨੇ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਕਿ ਜਿਹੜੇ ਭਾਈ ਅੰਮ੍ਰਿਤ ਛਕਣਗੇ, ਮੇਰੇ ਪੁੱਤ ਅਤੇ ਬੀਬੀਆਂ ਅੰਮ੍ਰਿਤ ਛਕਣਗੀਆਂ, ਇਹ ਮੇਰੀਆਂ ਧੀਆਂ ਨੇ। ਮੈਨੂੰ ਪਤਾ ਹੈ ਦਸ਼ਮੇਸ਼ ਪਿਤਾ ਨੇ ਆਪਣੀ ਧੀ ਨੂੰ ਦਰ ਤੋਂ ਨਹੀਂ ਮੋੜਦਾ, ਨਾਲੇ ਸੁਣਿਆ, ਮੈਨੂੰ ਭਰੋਸਾ ਹੈ। ਜਿਹਦਾ ਬਣੇ ਨਾ ਜਗਤ ਵਿੱਚ ਕੋਈ, ਚਰਨੀ ਲੱਗੇ ਸਤ ਗੁਰ ਦੇ। ਜਿਹਦਾ ਬਣੇ ਨਾ ਜਗਤ ਵਿੱਚ ਕੋਈ, ਚਰਨੀ ਲੱਗੇ ਸਤ ਗੁਰ ਦੇ। ਚਰਨੀ ਲੱਗੇ ਚਰਨੀ ਲੱਗੇ ਸਤ ਗੁਰ ਦੇ। ਚਰਨੀ ਲੱਗੇ ਸਤਿਗੁਰ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਸਤਿਗੁਰ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ। ਸਤਿਗੁਰ ਮੋਇਆਂ ਦਾ ਵੀ ਨਿਭਾਉਂਦੇ ਨੇ। ਸਤਿਗੁਰ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆਂ ਛੱਡੇ ਜਿਉਂਦਿਆਂ। ਸਤਿਗੁਰ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆਂ ਛੱਡੇ ਜਿਉਂਦਿਆਂ ਨੂੰ, ਦੁਨੀਆਂ ਛੱਡੇ ਜਿਉਂਦਿਆਂ ਨੂੰ, ਦੁਨੀਆਂ ਛੱਡੇ ਜਿਉਂਦਿਆਂ ਨੂੰ। ਦੁਨੀਆਂ ਤਾਂ ਕਈ ਵਾਰੀ ਚੰਗਾ ਭਲਾ ਕੰਮ ਧੰਦਾ ਕਰਦਿਆਂ ਨੂੰ ਵੀ ਮਾੜਾ ਕਹਿੰਦੀ ਹੈ, ਛੱਡਦੇ ਆ ਨਾ ਸਾਥ। ਪਰ ਇੱਕ ਗੁਰੂ ਸਾਹਿਬ ਨੇ ਜਿਹੜੇ ਮੋਇਆਂ ਤੋਂ ਵੀ ਸਾਥ ਨਿਭਾਉਂਦੇ ਆ, ਤਾਂ ਹੀ ਅਰਦਾਸਾਂ ਕਰਦੇ ਆ ਨਾ ਵੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਦੇਣਾ। ਜੇ ਕਿਰਪਾ ਹੁੰਦੀ ਹੈ ਤਾਂ ਹੀ ਕਰੀ ਦੀਆਂ, ਨਹੀਂ ਕੌਣ ਕਰੇ ਗੁਰਮੁਖੋਂ। ਇਹ ਸੱਚ ਆ ਗੱਲ ਕਿ ਜਿਹਦਾ ਕੋਈ ਵੀ ਨਹੀਂ ਹੁੰਦਾ ਮਹਾਰਾਜ ਉਹਦੇ ਬਣਦੇ ਆ। ਆਖੋ ਸਤਨਾਮ। ਹੁਣ ਨਹਿਰੂ ਮੱਲ ਨੂੰ ਲੈ ਕੇ ਪੋਤਰੀ ਤੁਰ ਪਈ ਅਨੰਦਪੁਰ ਸਾਹਿਬ ਵੱਲ। ਪੈਦਲ ਸਫ਼ਰ ਕਰਦੇ ਹਾਂ, ਮੀਂਹ ਪਿਆ, ਝੱਖੜ ਝੁੱਲੇ, ਹਨੇਰੀ ਰਾਤ ਗੁਰਮੁਖੋ। ਅਤੇ ਜਾਂਦਿਆਂ ਜਾਂਦਿਆਂ ਰਾਹ ਦੇ ਵਿੱਚ ਇੱਕ ਹੋਰ ਵਿਪਤਾ ਪੈ ਗਈ ਗੱਲ, ਦੁੱਖ ਅਤੇ ਦੁੱਖ। ਉਹ ਕੀ ਪਈ, ਇਹ ਤੁਰੇ ਜਾਂਦੇ ਹਨੇਰੀ ਰਾਤ, ਨਹਿਰੂ ਮੱਲ ਕਹਿੰਦਾ, ਧੀਏ ਮੈਨੂੰ ਦਿਖਦਾ ਨਹੀਂ, ਕਿਉਂਕਿ ਪਰਿਵਾਰ ਦੇ ਵਿਛੋੜੇ 'ਚ ਰੋ ਰੋ ਕੇ ਨਿਗਾਹ ਘੱਟ ਗਈ ਸੀ। ਕਹਿੰਦਾ, ਮੈਥੋਂ ਤਾਂ ਤੁਰਿਆ ਨਹੀਂ ਜਾਂਦਾ, ਕੋਈ ਟਿਕਾਣਾ ਵੇਖ ਜਿੱਥੇ ਆਪਾਂ ਰਾਤ ਕੱਟ ਸਕੀਏ। ਅਤੇ ਪੋਤਰੀ ਨੇ ਵੇਖਿਆ ਵੀ ਉਹ ਸਾਹਮਣੇ ਅੱਗ ਬਲਦੀ ਹੈ, ਉੱਥੇ ਕੋਈ ਹੋਏਗਾ। ਜਦੋਂ ਨੇੜੇ ਗਏ, ਉੱਥੇ ਜਾ ਕੇ ਕੀ ਦੇਖਿਆ, 5-7 ਲੁਟੇਰੇ ਬੈਠੇ ਨਸ਼ਾ ਕਰੀ ਜਾਣ। ਆਖੋ ਸਤਨਾਮ।
ਨੇੜੇ ਗਏ ਫਿਰ ਪਤਾ ਲੱਗਿਆ, ਪੋਤੀ ਕਹਿੰਦੀ ਦਾਦਾ ਜੀ ਭੱਜ ਲਓ ਪਿੱਛੇ ਨੂੰ, ਆਪਾਂ ਤਾਂ ਲੁਟੇਰਿਆਂ ਕੋਲ ਆ ਗਏ। ਜਦੋਂ ਇਹ ਲੱਗੇ ਭੱਜਣ, ਉਹ ਕਹਿੰਦੇ ਆ ਜਾਓ ਡਰੋ ਨਾ, ਲੁਟੇਰੇ ਜ਼ਰੂਰ ਆ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਦੇ ਆ ਚੋਰੀਆਂ ਕਰਦੇ ਹਾਂ, ਪਰ ਅਸੀਂ ਇੱਜ਼ਤ ਦੇ ਹੌਲੇ ਨਹੀਂ। ਆਖੋ ਸਤਨਾਮ, ਭੱਜਣ ਤੁਹਾਨੂੰ ਦੇਣਾ ਨਹੀਂ, ਸਾਡਾ ਤਾਂ ਕੰਮ ਹੈ ਆਉਂਦੇ ਜਾਂਦੇ ਰਾਹੀਆਂ ਨੂੰ ਫੜਨਾ, ਫੜ ਕੇ ਉਹਨਾਂ ਨੂੰ ਵੇਚਣਾ, ਗੁਲਾਮ ਬਣਾ ਦੇਣਾ। ਹੁਣ ਮਾਈਆਂ ਵੀ ਬੈਠੀਆਂ, ਭਾਈ ਵੀ ਬੈਠੇ ਹੋ, ਉਦੋਂ ਇਹ ਚੱਲਦਾ ਸੀ ਕੰਮ। ਜਿਹੜਾ ਕੋਈ ਅਣਜਾਣੇ ਰਾਹ 'ਚ ਫੜਿਆ ਜਾਂਦਾ, ਉਹਨੂੰ ਫੜ ਕੇ ਵੇਚ ਦਿੱਤਾ ਜਾਂਦਾ ਸੀ, ਅਤੇ ਜਿਹਨੂੰ ਵੇਚਿਆ ਜਾਂਦਾ ਫਿਰ ਉਹ ਸਾਰੀ ਜ਼ਿੰਦਗੀ ਗੁਲਾਮ ਬਣਾ ਕੇ ਰੱਖਦਾ ਸੀ। ਇਹਨੂੰ ਕਹਿੰਦੇ ਸੀ ਵਰਦਾ ਫਰੋਸ਼ੀ ਦਾ ਧੰਦਾ। ਇਹ ਇਕੱਲੇ ਆਪਾਂ ਨਹੀਂ, ਇੱਥੇ ਤਾਂ ਰੁਹੇਲ ਖੰਡ ਜਿਹਨੂੰ ਹੁਣ ਝਾਂਸੀ ਕਹਿੰਦੇ ਹੋ ਨਾ, ਉਸੇ ਦਾ ਨਾਂ ਸੀ ਰੁਹੇਲ ਖੰਡ। ਉੱਥੇ ਮੇਰੇ ਗੁਰੂ ਨਾਨਕ ਨੂੰ ਵੀ ਦੋ ਘੋੜਿਆਂ ਵੱਟੇ ਵੇਚਤਾ ਸੀ। ਆਖੋ ਸਤਨਾਮ। ਆ ਜਿਹੜੇ ਹੁਣ ਦੇਖਦੇ ਹੋ ਨਾ, ਰੌਲਾ ਪੈਂਦਾ ਕਿੰਨਾ, ਕੋਈ ਬੱਚਿਆਂ ਨੂੰ ਚੱਕ ਕੇ ਲੈ ਗਿਆ, ਕੋਈ ਕਿਵੇਂ, ਕੋਈ ਕਿਵੇਂ। ਇਹ ਲੋਕ ਪਤਾ ਕੀ ਕਰਦੇ ਆ, ਬੱਚਿਆਂ ਨੂੰ ਲੈ ਜਾਂਦੇ ਨੇ, ਕਿਸੇ ਦੀ ਬਾਂਹ ਵੱਢਤੀ, ਕਿਸੇ ਦਾ ਲੱਤ ਵੱਢਤੀ, ਫਿਰ ਅੱਗੇ ਜਾ ਕੇ ਇਹਨਾਂ ਨੂੰ ਰਸਤਿਆਂ ਦੇ ਉੱਤੇ ਮੰਗਣ ਲਾ ਦਿੰਦੇ ਆ, ਜਿਨ੍ਹਾਂ ਨੂੰ ਆਪਾਂ ਤਰਸ ਕਰਕੇ ਦਿੰਦੇ ਹਾਂ। ਮਾਇਆ ਇਹੋ ਜਿਹਾ ਕੁਛ ਵੀ ਹੁੰਦਾ ਗੁਰਮੁਖ ਪਿਆਰਿਓ, ਅੰਗ ਕੱਟ ਕੱਟ ਬੱਚਿਆਂ ਦੇ ਵੇਚੇ ਜਾਂਦੇ ਨੇ ਗੁਰਮੁਖੋ। ਇਹ ਕੰਮ ਬੜਾ ਚੱਲਦਾ ਹੁਣ ਵੀ, ਉਦੋਂ ਵੀ ਚੱਲਦਾ ਸੀ। ਉਦੋਂ ਅਸੂਲ ਇਹ ਸੀ ਵੀ ਜਿਹੜਾ ਇੱਕ ਵਾਰੀ ਗੁਲਾਮ ਬਣ ਗਿਆ, ਉਹਨੂੰ ਸਾਰੀ ਜ਼ਿੰਦਗੀ ਗੁਲਾਮੀ ਕੱਟਣੀ ਪੈਂਦੀ ਸੀ। ਨੌਕਰੀ ਹੋਰ ਗੱਲ ਹੈ ਅਤੇ ਗੁਲਾਮੀ ਹੋਰ ਗੱਲ ਹੈ। ਨੌਕਰ ਬਦਲਿਆ ਜਾ ਸਕਦਾ ਹੈ, ਗੁਲਾਮ ਬਦਲਦੇ ਨਹੀਂ ਸੀ ਗੁਰਮੁਖ। ਉਹ ਲਟੇਰੇ ਕਹਿੰਦੇ ਅਸੀਂ ਤੁਹਾਨੂੰ ਵੇਚਾਂਗੇ, ਹੁਣ ਭੱਜ ਤਾਂ ਸਕਦੇ ਹੀ ਨਹੀਂ ਸੀ, ਕਿਉਂਕਿ 10-12 ਸਾਲ ਦੀ ਬੱਚੀ, ਇੱਕ ਨਹਿਰੂ ਮੱਲ ਬਜ਼ੁਰਗ ਨਾ ਇਹਨੂੰ ਦਿਖਦਾ ਚੰਗੀ ਤਰ੍ਹਾਂ। ਉਹਨਾਂ ਨੇ ਫੜ ਕੇ ਬਿਠਾ ਲਏ, ਰਾਤ ਉੱਥੇ ਕੱਟੀ, ਅਤੇ ਦੂਜੇ ਦਿਨ ਇੱਕ ਜੀਵੀਂਦਾਰ ਕੋਲ ਗੁਰਮੁਖ ਪਿਆਰਿਓ 10 ਰੁਪਈਆਂ 'ਚ ਨਹਿਰੂ ਮੱਲ ਵੇਚਤਾ। ਕਹਿੰਦੇ ਵੀ ਇਹ ਜਿੰਨਾ ਸਮਾਂ ਜਿਊਂਗਾ, ਜਿਹੇ ਜਿਹੇ ਤੋਂ ਹੁੰਦਾ ਕੰਮ ਕਰਾਈ ਚੱਲੀ, ਰੋਟੀ ਦੇਈ ਚੱਲੀ, 10 ਰੁਪਈਆਂ 'ਚ ਵੇਚਤਾ। ਦੇਖੋ ਆਹ ਕਦਰ ਸੀ ਸਾਡੀ। ਅਤੇ ਹੁਣ ਤਾਂ ਮਾੜੀ ਜੀ ਗੱਲ ਹੋ ਜੇ, ਧਰਨੇ ਜੇ ਲਾ ਕੇ ਬਹਿ ਜਾਂਦੇ ਹਾਂ, ਅੱਗੇ ਕੋਈ ਨਹੀਂ ਸੀ ਸੁਣਦਾ ਗੁਰਮੁਖੋ, ਅਤੇ ਸੁਣਦਾ ਹੁਣ ਵੀ ਨਹੀਂ। ਇੱਥੇ ਇੱਕ ਬੇਨਤੀ ਕਰਦੇ ਆ ਛੋਟੀ ਜੀ, ਕਿੱਥੇ ਤਾਂ ਆਪਾਂ ਧਰਮ ਸਥਾਨਾਂ ਦਾ ਕਰਦੇ ਸੀ ਸਤਿਕਾਰ, ਹੁਣ ਗੱਲ ਇੱਥੋਂ ਮੇਰੇ ਧਿਆਨ 'ਚ ਆ ਗਈ ਵੀ ਸਾਡੀ ਕਦਰ ਦੇਖੋ। ਪਿੱਛੇ ਤੁਗਲਕਾ ਬਾਗ ਦਿੱਲੀ ਵਿਖੇ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਇਆ, ਤੁਹਾਨੂੰ ਸਾਰਿਆਂ ਨੂੰ ਪਤਾ ਨਾ ਬੜਾ ਰੌਲਾ ਪਿਆ ਇਸ ਗੱਲ ਦਾ। ਉਹ ਜਿਹੜੀ ਜਗ੍ਹਾ ਸੀ, ਸਿਕੰਦਰ ਲੋਧੀ ਨੇ ਰਵਿਦਾਸ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ, ਗੁਰੂ ਰਵਿਦਾਸ ਦੀ ਬਾਣੀ ਸੁਣ ਕੇ, ਦੇਖ ਕੇ ਇਹਨਾਂ ਦੀ ਤਾਕਤ ਫੇਰ ਦਿੱਤੀ ਸੀ, ਉਹ ਜਗ੍ਹਾ ਦਿੱਤੀ ਸੀ। ਤਾਂ ਉਹ ਤਕਰੀਬਨ 100-150 ਕਿੱਲਾ ਗੁਰਮੁਖੋ ਇੰਨਾ ਏਰੀਆ ਸੀ। ਉੱਥੇ ਸਟੇਸ਼ਨ ਜਿਹੜਾ ਬਣਿਆ ਉਹ ਵੀ ਸਤਿਗੁਰੂ ਰਵਿਦਾਸ ਦੇ ਨਾਂ 'ਤੇ, 2 ਬੱਸ ਅੱਡੇ ਬਣੇ ਦਿੱਲੀ ਵਿੱਚ ਉਹ ਵੀ ਸਤਿਗੁਰੂ ਰਵਿਦਾਸ ਦੇ ਨਾਂ 'ਤੇ, ਵੱਡੀ ਇੱਕ ਸੜਕ ਬਣੀ ਜਿਹਨੂੰ ਸਤਿਗੁਰੂ ਰਵਿਦਾਸ ਮਾਰਗ ਆਖਿਆ ਜਾਂਦਾ। ਹੁਣ ਇੰਨਾ ਕੁਛ 2-4 ਕਿੱਲਿਆਂ 'ਚ ਤਾਂ ਬਣ ਨਹੀਂ ਨਾ ਸਕਦਾ ਸਿਆਣੇ ਬੈਠੇ ਹੋ। ਉਹਨੂੰ ਗੁਰਮੁਖ ਪਿਆਰਿਓ ਏਰੀਏ ਨੂੰ ਚਮਾਰ ਜੌਹੜ ਕਿਹਾ ਜਾਂਦਾ ਸੀ, ਚਮਾਰ ਜੌਹੜ। ਪਰ ਜਦੋਂ 1947 ਵੇਲੇ ਵੰਡ ਹੋਈ,
ਉਦੋਂ ਗੁਰਮੁਖ ਪਿਆਰਿਓ ਸਿਰਫ 3 ਕਿੱਲੇ ਰਾਖਵੇਂ ਰੱਖੇ ਗਏ ਵੀ ਇਹ ਚਮਾਰ ਜੌਹੜ ਦੇ ਨਾਂ 'ਤੇ ਰਵਿਦਾਸ ਜੀ ਦੀ ਜਗ੍ਹਾ 3 ਕਿੱਲੇ ਜਿਹਦਾ ਹੁਣ ਰੌਲਾ ਪਿਆ। ਤਾਂ ਹੁਣ ਕੀ ਹੋਇਆ, DDA ਇਹ ਦਿੱਲੀ ਦੀ ਡਿਵੈਲਪਮੈਂਟ ਅਥਾਰਟੀ ਹੈ, ਜਿਵੇਂ ਕੋਈ ਕੰਪਨੀ ਬਣਾ ਦੀਏ ਨਾ ਵੀ ਇਸ ਏਰੀਏ ਨੂੰ ਇਹ ਡਿਵੈਲਪ ਕਰੂਗੀ, ਉਹ ਇੱਕ ਕਮੇਟੀ ਬਣੀ ਹੈ, ਪਾਰਟੀ ਬਣੀ ਹੈ, ਜਿਹੜੇ ਦਿੱਲੀ ਦੇ ਵਿੱਚ ਕਲੋਨੀਆਂ ਕੱਟ ਕੇ ਘਰ ਬਣਾਉਂਦੇ ਨੇ, ਉਹਨਾਂ ਨੇ ਗੁਰਮੁਖ ਪਿਆਰਿਓ ਤਕਰੀਬਨ 19-20 ਸਾਲ ਪਹਿਲਾਂ, ਇਹ ਕੋਈ ਹੁਣ ਦਾ ਰੌਲਾ ਨਹੀਂ ਸੀ, 19-20 ਸਾਲ ਪਹਿਲਾਂ ਕੇਸ ਦਾਇਰ ਕਰਤਾ ਸੀ ਕਿ ਇਹ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਹੈ। ਜਿਹੜੇ ਉੱਥੋਂ ਦੇ ਪ੍ਰਬੰਧਕ ਸੀ ਉਹਨਾਂ ਨਾਲ ਗੰਢ ਧੁੱਪ ਕਰ ਲਈ ਵੀ ਤੁਹਾਨੂੰ ਕਿਤੇ ਹੋਰ ਜਗ੍ਹਾ ਦੇ ਦਿੰਦੇ ਹਾਂ। ਚਲੋ ਇਹ ਤਾਂ ਹੁਣ ਮਹਾਰਾਜ ਜਾਣਦਾ ਵੀ ਕੀ ਹੋਇਆ ਜਾਂ ਕੀ ਨਹੀਂ। ਕੇਸ ਸੀ ਜਿਹੜਾ ਉਹ ਹਾਰ ਗਏ ਗੁਰਮੁਖੋ, ਪਹਿਲਾਂ ਹੇਠਲੀ ਅਦਾਲਤ 'ਚ ਹੋਇਆ, ਫਿਰ ਹਾਈ ਕੋਰਟ ਦੇ ਵਿੱਚ ਹੋਇਆ, ਫਿਰ ਸੁਪਰੀਮ ਕੋਰਟ 'ਚ ਕੇਸ ਹੋਇਆ, ਪਰ ਜਿਹੜੇ ਉੱਥੋਂ ਦੇ ਪ੍ਰਬੰਧਕ ਸੀ ਇਹ ਕੋਰਟ ਦਾ ਫੈਸਲਾ ਵੀ ਇਹ ਦੱਸ ਨਾ ਸਕੇ ਪ੍ਰੋਪਰ ਤੌਰ 'ਤੇ ਕਾਗਜ਼ਾਂ ਵਿੱਚ ਵੀ ਇਹ ਜਗ੍ਹਾ ਵਾਕਈ ਰਵਿਦਾਸ ਜੀ ਦੀ ਹੈ ਜਾਂ ਇਹ ਪੁਰਾਤਨ ਕੋਈ ਇਤਿਹਾਸਿਕ ਸਥਾਨ ਹੈ। ਆਪਣੇ ਨਾਲ ਵੀ ਹੁੰਦਾ, ਆਪਾਂ ਸਮੇਂ 'ਤੇ ਗੁਰਮੁਖੋ ਕਾਗਜ਼ੀ ਕਾਰਵਾਈ ਨਹੀਂ ਕਰਦੇ, ਬੜਿਆਂ ਨੂੰ ਮਾਰ ਪਈ ਹੋਈ ਹੈ, ਬੜੇ ਰੋਂਦੇ ਹੈ। ਉਹ ਕਹਿੰਦੇ ਤਾਂ ਕਰਕੇ ਫੈਸਲਾ ਸੁਪਰੀਮ ਕੋਰਟ ਨੇ DDA ਦੇ ਹੱਕ 'ਚ ਕਰਤਾ, ਉਹਨਾਂ ਨੇ ਮੰਦਰ ਢਾਤਾ ਤਕਰੀਬਨ 600 ਸਾਲ ਪੁਰਾਣਾ। ਜਦੋਂ ਹੁਣ ਮੰਦਰ ਢਾਇਆ ਗਿਆ, ਪਬਲਿਕ ਜਾਗੀ, ਰੋਸ ਮੁਜ਼ਾਹਰੇ ਹੋਏ, ਧਰਨੇ ਲੱਗੇ, ਕਿੰਨਾ ਕੁਛ ਹੁੰਦਾ ਹੈ ਨਾ। ਹੁਣ ਮੂਹਰੇ ਵੀ 21 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ, ਪਰ ਤੁਹਾਨੂੰ ਪਤਾ ਅੱਜ ਅਖਬਾਰ 'ਚ ਕੀ ਬਿਆਨ ਲੱਗਿਆ, ਸੁਪਰੀਮ ਕੋਰਟ ਨੇ ਹਦਾਇਤ ਕੀਤੀ ਆ ਵੀ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਦਿੱਲੀ ਸਰਕਾਰ, ਇਹ ਧਰਨੇ ਮੁਜ਼ਾਹਰਿਆਂ ਨੂੰ ਰੋਕੋ, ਜੇ ਸੁਪਰੀਮ ਕੋਰਟ ਦੀ ਤੌਹੀਨ ਆ ਇਹਦੇ ਵਿੱਚ ਜੇ ਧਰਨੇ ਲੱਗਦੇ ਆ, ਕਹਿੰਦੇ ਤੁਸੀਂ ਸਾਡੀ ਤੌਹੀਨ ਕਰਦੇ ਹੋ, ਨਹੀਂ ਅਸੀਂ ਤੁਹਾਡੇ 'ਤੇ ਸਖਤ ਕਾਰਵਾਈ ਕਰਾਂਗੇ। ਦੇਖੋ ਆਹ ਹਾਲਾਤ ਬਣ ਗਏ ਗੁਰਮੁਖੋ। ਹੁਣ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਆਪਾਂ ਜਾਗੋ, ਆਪਾਂ ਜਾਗੋ ਗੁਰਮੁਖੋ, ਐਸੀਆਂ ਗਲਤੀਆਂ ਨਾ ਕਰੀਏ ਜਿਨ੍ਹਾਂ ਨਾਲ ਬਾਅਦ 'ਚ ਪਛਤਾਉਣਾ ਪੈ ਜੇ। ਆਖੋ ਸਤਨਾਮ। ਇਹੋ ਜਿਹੇ ਹਾਲਾਤ ਬਣ ਗਏ, ਹੁਣ ਕਿਹੜਾ ਸਾਨੂੰ ਆਪਣੀ ਆਵਾਜ਼ ਉਠਾਉਣ ਦਿੰਦੇ ਹੈ, ਆਵਾਜ਼ ਨਹੀਂ ਕੱਢ ਸਕਦੇ ਆਪਾਂ। ਦਿਨੋਂ ਦਿਨ ਦੇਖੋ ਕਿਹੋ ਜਿਹੇ ਕਾਨੂੰਨ ਬਣਦੇ ਜਾਂਦੇ ਹੈ, ਸੁਖੀ ਵਰਗ ਕਿਹੜਾ, ਨਾ ਕੋਈ ਨੌਕਰੀ ਕਰਨ ਵਾਲਾ ਸੌਖਾ ਹੈ, ਨਾ ਇੱਥੇ ਕੋਈ ਸੰਤ ਸਮਾਜ ਸੌਖਾ ਹੈ, ਨਾ ਇੱਥੇ ਜ਼ਿਮੀਂਦਾਰ ਸੌਖਾ। ਧੀਆਂ ਭੈਣਾਂ ਕਹਿੰਦੀਆਂ ਅਸੀਂ ਇਕੱਲੀਆਂ ਕਿਤੇ ਜਾਣ ਜੋਗੀਆਂ ਨਹੀਂ, ਨੌਜਵਾਨ ਨਸ਼ਿਆਂ 'ਚ ਗਲਤਾਨ, ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਆਖੋ ਸਤਨਾਮ। ਜਾਵਾਂਗੇ ਕਿੱਥੇ ਗੁਰਮੁਖੋ, ਕਿੱਥੇ ਰਵਾਂਗੇ। ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਹੁਣ ਵੀ ਅਸੀਂ ਆਪਣੀ ਆਵਾਜ਼ ਨਹੀਂ ਉਠਾ ਸਕਦੇ, ਅਤੇ ਉਦੋਂ ਵੀ ਇਹੀ ਕੰਮ ਸੀ, ਗੁਲਾਮ ਜਿਹੜਾ ਬਣ ਜਾਂਦਾ ਉਹ ਭੱਜ ਨਹੀਂ ਸੀ ਸਕਦਾ, ਜੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਸਖਤ ਸਜ਼ਾ ਦਿੱਤੀ ਜਾਂਦੀ। ਹੁਣ ਜੋ ਇਤਿਹਾਸ ਚੱਲਦਾ, ਨਹਿਰੂ ਮੱਲ ਨੂੰ ਵੇਚਤਾ 10 ਰੁਪਇਆਂ ਵਿੱਚ, ਜ਼ਿਮੀਂਦਾਰ ਕੋਲ ਵੀ ਇਹ ਤੇਰਾ ਕੰਮ ਕਰੂਗਾ। ਅਤੇ ਜਿਹੜੀ ਸੀ ਬੱਚੀ, ਇੱਕ ਬਰਾਤ ਆਉਂਦੀ ਸੀ ਗੁਰਮੁਖੋ, ਲੜਕੀ ਨੂੰ ਵਿਆਹ ਕੇ ਲਿਆਏ ਸੀ, ਉਹ 40 ਰੁਪਇਆਂ ਵਿੱਚ ਬਰਾਤੀਆਂ ਨੂੰ ਵੇਚਤੀ ਵੀ ਜੋ ਮਰਜ਼ੀ ਇਹ ਤੋਂ ਕੰਮ ਕਰਵਾਓ, ਇਹ ਅੱਜ ਤੋਂ ਤੁਹਾਡੀ ਗੁਲਾਮ ਹੈ। ਆਖੋ ਸਤਨਾਮ। ਹੁਣ ਦੋਵੇਂ ਵਿਕ ਗਏ, ਵੱਡੀ ਬਿਪਤਾ ਗਲ ਪੈ ਗਈ। ਨਹਿਰੂ ਮੱਲ ਰੋਵੇ ਕਰ ਲਾਵੇ ਬੜਾ, ਪਰ ਜਿਹੜੀ ਬੱਚੀ ਨੂੰ ਬਰਾਤੀ ਲੈ ਕੇ ਗਏ ਸੀ ਨਾ ਰਾਜਪੂਤ, ਉਹਨਾਂ ਨੇ ਕੀ ਕੀਤਾ, ਘਰ ਲਿਜਾ ਕੇ ਜਿਹੜੀ ਲੜਕੀ ਨੂੰ ਵਿਆਹ ਕੇ ਲਿਆਏ ਸੀ ਉਹਦੀ ਸੇਵਾ ਚਲਾਤਾ। ਕਹਿੰਦੇ ਵੀ ਤੈਂ ਇਹਦੀ ਸੇਵਾ ਕਰਨੀ ਹੈ,
ਉਹ ਬੱਚੀ ਬੈਠੀ, ਨਾਲੇ ਤਾਂ ਨਵੀਂ ਵਿਆਹੀ ਹੋਈ ਦੀਆਂ ਲੱਤਾਂ ਘੁੱਟੀ ਜਾਂਦੀ ਹੈ, ਅਤੇ ਨਾਲੇ ਆਪਣਾ ਸਮਾਂ ਯਾਦ ਕਰਕੇ ਰੋ ਪੀ ਆਖੋ ਸਤਨਾਮ। ਇਹ ਲਾਗੀ ਰੋਣ, ਅਤੇ ਜਿਹੜੇ ਰਾਜਪੂਤ ਬਰਾਤੀ ਸੀ, ਨਸ਼ਾ ਕੀਤਾ, ਕੋਈ ਭੰਗੜੇ ਪਾਈ ਜਾਂਦਾ, ਕੋਈ ਡਿੱਗਿਆ ਪਿਆ, ਹੁਣ ਉਹ ਨਵੀਂ ਵਿਆਹੀ ਨੇ ਕੀ ਕੀਤਾ, ਧੱਕੇ ਮਾਰ ਕੇ ਇਹਨੂੰ ਕਮਰੇ 'ਚੋਂ ਕੱਢਤਾ। ਕਹਿੰਦੀ ਮੇਰਾ ਸ਼ਗਨਾਂ ਦਾ ਦਿਨ ਹੈ, ਤੂੰ ਰੋਨੀ ਹੈ? ਜਦੋਂ ਬੱਚੀ ਨੂੰ ਕਮਰੇ 'ਚੋਂ ਕੱਢਤਾ, ਉਹ ਹੁਣ ਹਿੰਮਤੀ ਸੀ, ਆਪਣੇ ਵਾਲਾ ਕੰਮ ਨਹੀਂ ਸੀ ਵੀ ਬਹਿ ਜਾਣਾ ਚੁੱਪ ਕਰਕੇ, ਉਹ ਹਿੰਮਤੀ ਸੀ। ਹੁਣ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਤੋਂ, ਉਹਨੇ ਪਰਵਾਹ ਨਹੀਂ ਕੀਤੀ, ਭੱਜ ਲਈ ਗੁਰਮੁਖੋ, ਤਾਂ ਰਾਤੋਂ ਰਾਤ ਭੱਜ ਕੇ ਉੱਥੇ ਜਾ ਪਹੁੰਚੀ ਜਿੱਥੇ ਇਹਦੇ ਦਾਦੇ ਨਹਿਰੂ ਮੱਲ ਨੂੰ ਵੇਚਿਆ ਸੀ। ਜਦੋਂ ਉਹਨੇ ਦੇਖਿਆ, ਕਹਿੰਦਾ ਧੀਏ ਤੂੰ? ਕਹਿੰਦੀ ਹਾਂ ਦਾਦਾ ਜੀ, ਮੈਂ ਤਾਂ ਭੱਜਿਆ ਹੀ, ਇਹ ਲੋਕਾਂ ਨੇ ਗੁਲਾਮ ਬਣਾਉਣਾ ਚਾਹਿਆ, ਪਰ ਅਸੀਂ ਗੁਲਾਮ ਥੋੜ੍ਹੇ ਹੀ ਹਾਂ, ਸਾਨੂੰ ਮਹਾਰਾਜ ਨੇ ਆਜ਼ਾਦੀ ਦਿੱਤੀ। ਨਹਿਰੂ ਮੱਲ ਕਹਿੰਦਾ, ਵੱਡੀ ਗਲਤੀ ਕੀਤੀ, ਤੈਨੂੰ ਭੱਜਣਾ ਨਹੀਂ ਸੀ ਚਾਹੀਦਾ। ਕਹਿੰਦੀ ਤੁਸੀਂ ਵੀ ਹਿੰਮਤ ਕਰੋ, ਆਓ ਚੱਲੀਏ ਅਨੰਦਪੁਰ ਸਾਹਿਬ ਨੂੰ, ਆਪਾਂ ਨਹੀਂ ਰੁਕਣਾ। ਦਾਦਾ ਡਰਦਾ ਸੀ, ਉਹਨੂੰ ਪਤਾ ਸੀ ਹਾਲਾਤਾਂ ਦਾ, ਪਰ ਬੱਚੀ ਕਹਿੰਦੀ ਨਹੀਂ ਚੱਲਾਂਗੇ। ਤੁਰ ਪਏ ਗੁਰਮੁਖੋ, ਦੋਵੇਂ ਜਾਣੇ ਤੁਰੇ ਜਾਂਦੇ ਆ ਅਨੰਦਪੁਰ ਸਾਹਿਬ ਵੱਲ ਨੂੰ। ਮੂਹਰੇ ਕਹਿੰਦੇ ਲੁਟੇਰੇ ਫੇਰ ਮਿਲ ਗਏ। ਉਹ ਕਹਿੰਦੇ ਉਹ ਤੁਹਾਨੂੰ ਕੱਲ੍ਹ ਵੇਚਿਆ ਸੀ, ਤੁਸੀਂ ਫੇਰ ਇੱਥੇ? ਚਲੋ ਕੋਈ ਗੱਲ ਨਹੀਂ, ਜੇ ਟੱਕਰ ਗਏ ਅਸੀਂ ਹੁਣ ਤੁਹਾਨੂੰ ਦੁਬਾਰਾ ਵੇਚਾਂਗੇ। ਗ੍ਰਿਫਤਾਰ ਕਰ ਲਿਆ, ਨਾਲੇ ਬੱਚੀ ਨੂੰ, ਨਾਲੇ ਦਾਦੇ ਨੂੰ ਨਹਿਰੂ ਮੱਲ ਨੂੰ। ਅਤੇ ਉੱਧਰੋਂ ਕਿਤੇ ਲੱਭਦੇ ਲੱਭਦੇ ਰਾਜਪੂਤ ਆ ਗਏ ਗੁਰਮੁਖੋਂ, ਜਿਨ੍ਹਾਂ ਕੋਲੋਂ ਲੜਕੀ ਭੱਜ ਕੇ ਆਈ ਸੀ। ਉਹ ਲੁਟੇਰਿਆਂ ਨੂੰ ਕਹਿੰਦੇ ਸਾਡੇ ਹਵਾਲੇ ਕਰੋ, ਕਿਉਂਕਿ ਅਸੀਂ 40 ਰੁਪਏ 'ਚ ਕੱਲ੍ਹ ਥੋਥੋਂ ਖਰੀਦੀ ਸੀ। ਲੁਟੇਰੇ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਦੇਤੀ ਸੀ, ਸੰਭਾਲ ਲੈਂਦੇ, ਹੁਣ ਜੇ ਤੁਸੀਂ ਇਹਨੂੰ ਲੈਣਾ ਸਾਨੂੰ ਦੁਬਾਰੇ ਪੈਸੇ ਦਿਓ, ਆਖੋ ਸਤਨਾਮ। ਆਪਸ ਵਿੱਚ ਲੁਟੇਰੇ ਅਤੇ ਰਾਜਪੂਤ ਝਗੜਾ ਕਰੀ ਜਾਂਦੇ ਹੈ। ਦਾਦਾ ਕਹਿੰਦਾ ਧੀਏ ਹੁਣ ਮਾਰੇ ਜਾਵਾਂਗੇ, ਆਪਾਂ ਹੁਣ ਕੀ ਕਰੀਏ? ਫਿਰ ਇਹ ਕਹਿੰਦੀ ਦਾਦਾ ਜੀ ਹੁਣ ਆਪਣਾ ਕੋਈ ਆਸਰਾ ਨਹੀਂ, ਹੁਣ ਤਾਂ ਇੱਕੋ ਹੀ ਚੀਜ਼ ਰਹਿ ਗਈ, ਉਹ ਹੈ ਅਰਦਾਸ, ਆਖੋ ਸਤਨਾਮ। ਤੁਹਾਨੂੰ ਵੀ ਬੇਨਤੀ ਹੈ ਗੁਰਮੁਖੋ, ਜਿੱਡੀ ਵੱਡੀ ਮਰਜ਼ੀ ਬਿਪਤਾ ਆ ਜਾਏ, ਕੋਈ ਗਲਤ ਕਦਮ ਨਹੀਂ ਚੱਕੀਦਾ, ਕਿੰਨਾ ਮਰਜ਼ੀ ਕਰਜ਼ਾ ਚੜ੍ਹ ਜਾਏ, ਕਲੇਸ਼ ਰਹਿੰਦਾ, ਜੋ ਵੀ ਹੋ ਜਾਏ, ਮਰਨ ਨਾਲ ਉਹਦਾ ਹੱਲ ਨਹੀਂ ਹੁੰਦਾ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਇਦੋਂ ਤਾਂ ਮਰੇ ਹੀ ਚੰਗੇ, ਆਤਮ ਹੱਤਿਆ ਤਾਂ ਬਹੁਤ ਵੱਡਾ ਪਾਪ ਹੈ, ਅਤੇ ਨਾਲੇ ਸੱਚਾਈ ਇਹ ਵੀ ਹੈ, ਜਿਹਦੀ ਜ਼ਿੰਦਗੀ 'ਚ ਦੁੱਖ ਦਾ ਸਮਾਂ ਨਾ ਆਵੇ ਉਹਨੂੰ ਤਰੱਕੀ ਵੀ ਨਹੀਂ ਮਿਲਦੀ ਹੁੰਦੀ। ਗੁਰਮੁਖ ਬੱਚੇ ਤੁਹਾਡੇ ਪੜ੍ਹਦੇ ਹੈ, ਦੇਖੋ ਚੰਗਾ ਖਾਣਾ ਭੇਜਦੇ ਹੋ, ਚੰਗੀਆਂ ਵਰਦੀਆਂ, ਚੰਗਾ ਪੈਸਾ ਖਰਚੀਦਾ ਨਾ, ਛੱਡ ਕੇ ਵੀ ਆਉਂਦੇ ਹੋ। ਉਹੀ ਟੀਚਰ ਹੁੰਦੇ ਆ ਸਕੂਲ 'ਚ ਜਿਹੜੇ ਸਾਰਾ ਸਾਲ ਪੜ੍ਹਾਉਂਦੇ ਨੇ, ਜੇ ਉਹ ਪੇਪਰ ਨਾ ਲੈਣ ਦੱਸੋ ਫਿਰ ਤੁਸੀਂ ਚੰਗਾ ਸਮਝੋਗੇ? ਕਹਿੰਦੇ ਆ ਨਾ ਪੇਪਰ ਲਓ, ਪਰ ਜਦੋਂ ਪੇਪਰ ਹੁੰਦਾ ਹੈ ਉਦੋਂ ਨਾ ਤਾਂ ਸਕੂਲ ਦਾ ਮਾਸਟਰ ਕੁਛ ਦੱਸੇ, ਨਾਲੇ ਉਹੀ ਹੁੰਦਾ ਜਿਹਨੇ ਪੜ੍ਹਾਇਆ ਹੁੰਦਾ। ਜੇ ਉਹ ਨਕਲ ਮਰਵਾਉਂਦਾ ਉਹ ਫਿਰ ਦੋਸ਼ੀ ਹੈ, ਬੱਚੇ ਦਾ ਭਵਿੱਖ ਖਰਾਬ ਕਰਦਾ। ਉਦੋਂ ਨਾ ਤਾਂ ਮਾਸਟਰ ਦੱਸੇ, ਨਾ ਹੀ ਉੱਥੇ ਮਾਂ ਪਿਓ ਕੁਛ ਕਰ ਸਕਦਾ। ਉੱਥੇ ਫਿਰ ਜਿਹੜਾ ਟੀਚਰਾਂ ਨੇ ਪੜ੍ਹਾਇਆ ਹੁੰਦਾ, ਜੇ ਤਾਂ ਬੱਚੇ ਨੇ ਸੁਣ ਕੇ ਯਾਦ ਰੱਖਿਆ ਹੋਊ, ਫਿਰ ਤਾਂ ਲਿਖ ਦੂਗਾ, ਪਾਸ ਹੋ ਜੂ ਤਾਂ ਅਗਲੀ ਕਲਾਸ 'ਚ ਪਹੁੰਚ ਜੂਗਾ, ਅਤੇ ਨਹੀਂ ਫਿਰ ਉਹਨੂੰ ਪਿੱਛੇ ਫੇਲ ਹੋਣਾ ਪੈਂਦਾ। ਆਖੋ ਸਤਨਾਮ। ਇਸੇ ਤਰ੍ਹਾਂ ਜ਼ਿੰਦਗੀ ਹੈ, ਜਦੋਂ ਕਿਤੇ ਮੁਸੀਬਤ ਆਉਂਦੀ ਹੈ ਨਾ, ਉਦੋਂ ਇਹ ਸਮਝ ਲਿਆ ਕਰੋ ਵੀ ਸਾਡਾ ਪਰਖ ਦਾ ਪਰਚਿਆਂ ਦਾ ਸਮਾਂ ਹੈ। ਆਖੋ ਸਤਨਾਮ।
ਹੁਣ ਨਹਿਰੂ ਮੱਲ ਕਹਿੰਦਾ ਧੀਏ ਹੁਣ ਕੀ ਕਰੀਏ, ਕਹਿੰਦੀ ਜੀ ਕਰਨਾ ਕੀ ਹੈ, ਅਰਦਾਸ ਹੈ। ਦੋਨੇ ਹੱਥ ਜੋੜੇ, ਨੇਤਰ ਕੀਤੇ ਬੰਦ, ਅਰਦਾਸ ਕਰਨ ਲੱਗ ਗਏ, ਸੱਚੇ ਪਾਤਸ਼ਾਹ ਜਿਵੇਂ ਰੱਖੀ ਸੀ ਦਰੋ ਪਤਾਂ ਦੀ ਲੱਜੇ ਆ, ਉਵੇਂ ਜਿਵੇਂ ਮੇਰੀ ਰੱਖ ਲੈ, ਜਿਵੇਂ ਰੱਖੀ ਸੀ ਦਰੋ ਪਤਾਂ ਦੀ ਲੱਜੇ ਆ, ਉਵੇਂ ਜਿਵੇਂ ਮੇਰੀ ਰੱਖ ਲੈ। ਮੇਰੀ ਰੱਖ ਲੈ, ਬਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ, ਬਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ, ਬਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ, ਇੱਥੇ ਹੁਣ ਤੇਰਾ ਹੀ ਆਸਰਾ, ਬਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ, ਇੱਥੇ ਹੁਣ ਤੇਰਾ ਹੀ ਆਸਰਾ, ਇੱਥੇ ਹੁਣ ਤੇਰਾ ਹੀ ਆਸਰਾ, ਇੱਥੇ ਹੁਣ ਤੇਰਾ ਹੀ ਆਸਰਾ। ਦੋਵੇਂ ਜਾਣੇ ਕਰਦੇ ਨੇ ਅਰਦਾਸ, ਇੱਧਰ ਲੁਟੇਰੇ ਕਹਿੰਦੇ ਦੁਬਾਰਾ ਖਰੀਦੋ, ਰਾਜਪੂਤ ਕਹਿੰਦੇ ਸਾਡੇ ਹਵਾਲੇ ਕਰੋ, ਅਸੀਂ ਇਹਨਾਂ ਨੂੰ ਦਹੀਂ ਛਿੜਕ ਕੇ ਕੁੱਤਿਆਂ ਤੋਂ ਪੜਵਾਵਾਂਗੇ ਤਾਂ ਕਿ ਕੋਈ ਦੁਬਾਰਾ ਭੱਜੇ ਨਾ। ਆਖੋ ਸਤਨਾਮ। ਡਰਦੀ ਵੀ ਸੀ ਦੁਨੀਆ ਗੁਰਮੁਖੋ, ਸਜਾਵਾਂ ਸਖਤ ਹੁੰਦੀਆਂ ਸੀ, ਹੁਣ ਆਪਾਂ ਨੂੰ ਡਰ ਹੈ ਨਹੀਂ, ਗੁਨਾਹ ਵੱਧਦੇ ਜਾਂਦੇ ਆ। ਇਹ ਕਰਦੇ ਸੀ ਅਰਦਾਸ, ਇੰਨੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਇੱਧਰ ਨੂੰ ਹੀ ਆ ਗਏ ਜਿੱਧਰ ਇਹ ਫਸੇ ਹੋਏ ਸੀ। ਆਖੋ ਸਤਨਾਮ। ਨਗਾਰਾ ਵੱਜਦਾ ਸੁਣਿਆ, ਨਹਿਰੂ ਮੱਲ ਕਹਿੰਦਾ ਧੀਏ ਆਵਾਜ਼ ਕਾਹਦੀ ਆਉਂਦੀ ਹੈ। ਜਦੋਂ ਅਰਦਾਸ ਕਰਦੀ ਕਰਦੀ ਬੱਚੀ ਨੇ ਅੱਖਾਂ ਖੋਲ੍ਹ ਕੇ ਦੇਖਿਆ ਨਾ, ਚੜ੍ਹਦੀ ਕਲਾ ਵਾਲੇ ਸਿੰਘ ਨਿਸ਼ਾਨ ਸਾਹਿਬ ਚੱਕੇ ਹੋਏ, ਗੁਰੂ ਗੋਬਿੰਦ ਸਿੰਘ ਘੋੜੇ 'ਤੇ ਸਵਾਰ, ਹੁਣ ਇਹ ਜਾ ਕੇ ਦਰਸ਼ਨ ਕਰਕੇ ਆਈ ਸੀ, ਪਹਿਲਾਂ ਅਨੰਦਪੁਰ ਸਾਹਿਬ ਅੰਮ੍ਰਿਤ ਛਕਿਆ ਸੀ। ਇਹਨੇ ਪਛਾਣ ਲਿਆ, ਕਹਿੰਦੀ ਬਾਪੂ ਜੀ ਹੁਣ ਨਾ ਡਰੋ, ਹੁਣ ਚਿੰਤਾ ਕਰਨ ਦੀ ਲੋੜ ਨਹੀਂ। ਕਹਿੰਦਾ ਧੀਏ ਕੀ ਗੱਲ? ਕਹਿੰਦੀ ਉਹ ਵੇਖੋ ਸਾਹਮਣੇ ਆ ਗਏ ਮੇਰੇ ਜੀ ਸੱਚੇ ਪਾਤਸ਼ਾਹ, ਆ ਗਏ ਮੇਰੇ ਜੀ ਸੱਚੇ ਪਾਤਸ਼ਾਹ, ਆ ਗਏ ਮੇਰੇ ਜੀ ਸੱਚੇ ਪਾਤਸ਼ਾਹ, ਆ ਗਏ ਮੇਰੇ ਜੀ ਸੱਚੇ ਪਾਤਸ਼ਾਹ।
ਨਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ ਆ ਗਏ ਮੇਰੇ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ ਬੜਾ ਚਾਅ ਚੜਿਆ ਕਹਿੰਦੀ ਆ ਗਏ ਮੇਰੇ ਸਤਿਗੁਰੂ ਹੁਣ ਲੁਟੇਰਿਆਂ ਨੂੰ ਤਾਂ ਇਹ ਸੀ ਵੀ ਮਹਾਰਾਜ ਆ ਰਹੇ ਨੇ ਲੰਘ ਜਾਣਗੇ ਕੰਮ ਜਾਂਦੇ ਹੋਣਗੇ ਪਰ ਜਾਂਦੇ ਜਾਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਹੀ ਆ ਕੇ ਖੜ ਗਏ ਜਿੱਥੇ ਇਹਨਾਂ ਦਾ ਰੌਲਾ ਪਿਆ ਹੋਇਆ ਸੀ ਮਹਾਰਾਜ ਦੇ ਚਰਨਾਂ 'ਤੇ ਭੱਜ ਕੇ ਬੱਚੀ ਨੇ ਮੱਥਾ ਟੇਕਿਆ ਅਤੇ ਮਹਾਰਾਜ ਕਹਿੰਦੇ ਧੀਏ ਕੀ ਗੱਲ ਇਹਨੇ ਨੂੰ ਲੁਟੇਰਿਆਂ ਨੇ ਨਾ ਬਾਂਹ ਫੜ ਕੇ ਖਿੱਚ ਲਿਆ ਕੁੜੀ ਨੂੰ ਬਾਂਹ ਫੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਘੋੜੇ ਤੋਂ ਉਤਰੇ ਕਹਿੰਦੇ ਭਾਈ ਕਿਉਂ ਖਿੱਚਿਆ ਕੀ ਰੌਲਾ ਤੁਹਾਡਾ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਸੱਚੇ ਪਾਤਸ਼ਾਹ ਇਹਨਾਂ ਨੂੰ ਅਸੀਂ ਫੜਿਆ ਸੀ ਆਉਂਦੇ ਜਾਂਦਿਆਂ ਨੂੰ ਇਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਸੀ ਹੁਣ ਇਹ ਕੁੜੀ ਭੱਜਿਆ ਹੀ ਗੁਲਾਮੀ ਛਡਾ ਕੇ ਆਪਣੀ ਆਹ ਨੇ ਰਾਜਪੂਤ ਇਹਨਾਂ ਨੂੰ ਵੇਚਿਆ ਸੀ ਉਹ ਕਹਿੰਦੇ ਸਤਿਗੁਰ ਤੁਹਾਨੂੰ ਪਤਾ ਹੈ ਨਾ ਵੀ ਗੁਲਾਮ ਭੱਜਦਾ ਨਹੀਂ ਹੈ ਜਿਹੜਾ ਭੱਜਦਾ ਹੈ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਅਸੀਂ ਇਹਨਾਂ ਨੂੰ 40 ਰੁਪਇਆਂ 'ਚ ਦੇ ਕੇ ਇਹ ਲੜਕੀ ਖਰੀਦੀ ਸੀ ਇਹ ਭੱਜਿਆ ਹੀ ਹੁਣ ਅਸੀਂ ਇਹਨੂੰ ਕਹਿੰਦੇ ਹਾਂ ਵੀ ਸਾਡੇ ਹਵਾਲੇ ਕਰੋ ਅਸੀਂ ਇਹਨੂੰ ਦਹੀਂ ਛਿੜਕ ਕੇ ਕੁੱਤਿਆਂ ਤੋਂ ਪੜਵਾਉਣਾ ਆਖੋ ਸਤਨਾਮ ਜਦੋਂ ਆਹ ਗੱਲ ਆਖੀ ਮਹਾਰਾਜ ਸੱਚੇ ਪਾਤਸ਼ਾਹ ਰੋਹ ਵਿੱਚ ਆ ਗਏ ਕਹਿੰਦੇ ਕੀ ਆਖਿਆ ਕੁੱਤਿਆਂ ਤੋਂ ਪੜਵਾਓਗੇ ਤੁਹਾਨੂੰ ਪਤਾ ਇਹ ਕੌਣ ਹੈ ਕਹਿੰਦੇ ਜੀ ਨਹੀਂ ਮਹਾਰਾਜ ਛਾਤੀ 'ਤੇ ਹੱਥ ਧਰ ਕੇ ਕਹਿੰਦੇ ਮੇਰੀ ਧੀ ਹੈ ਆਖੋ ਸਤਨਾਮ ਜਦੋਂ ਇੰਨਾ ਕਿਹਾ ਬੱਚੀ ਭੱਜ ਕੇ ਆਈ ਮਹਾਰਾਜ ਨੇ ਬੁੱਕਲ 'ਚ ਲੈ ਲਈ ਕਹਿੰਦੇ ਮੇਰੀ ਧੀ ਹੈ ਇੱਦਾਂ ਕਿਵੇਂ ਕੁੱਤਿਆਂ ਤੋਂ ਪੜਵਾਓਗੇ ਜਦੋਂ ਆਹ ਗੱਲ ਸਤਿਗੁਰ ਨੇ ਆਖੀ ਰਾਜਪੂਤ ਸਮਝ ਗਏ ਉਹ ਤਾਂ ਭੱਜ ਤੁਰੇ ਗੁਰਮੁਖ ਉਹ ਤਾਂ ਗਏ ਭੱਜ ਅਤੇ ਜਿਹੜੇ ਸੀ ਲੁਟੇਰੇ ਸਤਿਗੁਰੂ ਕਹਿੰਦੇ ਸਿੰਘੋ ਇਹਨਾਂ ਨੂੰ ਫੜ ਲਓ ਲਾਓ ਸੋਧਾ ਇਹ ਬੰਦਾ ਕੁ ਬੰਦਾ ਹੀ ਨਹੀਂ ਦੇਖਦੇ ਫਿਰ ਉਹਨਾਂ ਨੂੰ ਫੜ ਲਿਆ ਸਿੰਘਾਂ ਨੇ ਚੰਗਾ ਕੁਟਾਪਾ ਚਾੜਿਆ ਉਦੋਂ ਛੱਡੇ ਜਦੋਂ ਮਿੰਨਤਾਂ ਕਰਨ ਲੱਗ ਗਏ ਮਹਾਰਾਜ ਇਹਨਾਂ ਨੂੰ ਤਾਂ ਕੀ ਅੱਜ ਤੋਂ ਅਸੀਂ ਕਿਸੇ ਹੋਰ ਨੂੰ ਵੀ ਨਹੀਂ ਵੇਚਦੇ ਕਈ ਕਹਿੰਦੇ ਆ ਨਾ ਮਹਾਰਾਜ ਨੇ ਤਾਂ ਡਾਂਗਾਂ ਹੀ ਖੜਕਾਈਆਂ ਲੜਾਈਆਂ ਕੀਤੀਆਂ ਕੋਈ ਚਾਅ ਸੀ ਗੁਰਮੁਖ ਉਹਨਾਂ ਨੂੰ 4 ਬੱਚੇ ਸ਼ਹੀਦ ਕਰਾਉਣ ਦਾ ਆਹ ਜ਼ੁਲਮ ਹੁੰਦੇ ਸੀ ਆਪਣੇ 'ਤੇ ਤਾਂ ਸਤਿਗੁਰੂ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਆਖੋ ਸਤਨਾਮ ਅਸੀਂ ਸ਼ੁਕਰਾਨਾ ਕਰਨ ਦੀ ਥਾਂ ਕਿੰਤੂ ਕਰਨ ਲੱਗ ਗਏ ਪਰ ਯਾਦ ਰੱਖਿਆ ਕਰੋ ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਏ ਸਾਰਾ ਜੱਗ ਛੱਡ ਤੈਨੂੰ ਗਲ ਨਾਲ ਲਾਇਆ ਏ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਏ ਮੁੱਲ ਪਾਓ ਮਹਾਰਾਜ ਨਾਲ ਪਿਆਰ ਵਧਾਓ ਜੁੜੋ ਐਂ ਮਾਣ ਵਧਾਉਂਦੇ ਨੇ ਕਹਿੰਦੇ ਮੇਰੀ ਧੀ ਹੈ ਅਤੇ ਇੱਥੇ ਆਪਾਂ ਨੂੰ ਕੋਈ ਕਹਿੰਦਾ ਵੀ ਇਹ ਮੇਰਾ ਧੀਆਂ ਤਾਂ ਹੁਣ ਵੀ ਬੈਠੀਆਂ ਜਦੋਂ ਧੀ ਜੰਮ ਪਏ ਮਾਪੇ ਕਹਿਣਗੇ ਬਗਾਨਾ ਧਨ ਹੈ ਅਤੇ ਜਦੋਂ ਸਹੁਰੇ ਘਰ ਚੱਲ ਜੇ ਉਹ ਕਹਿਣਗੇ ਬਗਾਨੀ ਜਾਈ ਹੈ ਕਿਹੜੇ ਪਾਸੇ ਦੀ ਆਖੀਏ ਫਿਰ ਗੁਰਮੁਖੋ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਕਹਿਤਾ ਸੋ ਕਿਉਂ ਮੰਦਾ ਆਖੀਐ ਜਿੱਤ ਜੰਮ ਹੈ ਰਾਜਾਨ ਜੇ ਇਹ ਨਾ ਹੁੰਦੀਆਂ ਮਾਈਆਂ ਤੁਸੀਂ ਜਨਮ ਕਿੱਥੋਂ ਲੈਂਦੇ ਕਿਹਨੇ ਅਹੁਦਿਆਂ 'ਤੇ ਪਹੁੰਚਣਾ ਸੀ ਸਤਿਕਾਰ ਕਰਨਾ ਭਾਈ ਅਤੇ ਜਿਸ ਘਰ ਵਿੱਚ ਔਰਤ ਦਾ ਸਤਿਕਾਰ ਹੈ
ਉਹ ਘਰ ਜ਼ਰੂਰ ਤਰੱਕੀਆਂ ਕਰਦੇ ਆ। ਅਤੇ ਨਾਲ ਇੱਥੇ ਬੀਬੀਆਂ ਨੂੰ ਵੀ ਬੇਨਤੀ ਹੈ, ਉਹ ਜੇ ਕਰਮ ਆਪਾਂ ਵੀ ਨਾ ਕਰੀਏ ਜਿਹਦੇ ਕਰਕੇ ਮਾਂ ਪਿਓ ਨੂੰ ਪਰਿਵਾਰ ਨੂੰ ਮੂੰਹ ਨੀਵਾਂ ਕਰਨਾ ਪਵੇ। ਆਖੋ ਸਤਨਾਮ। ਆਪਣਾ ਬਣਾ ਕੇ ਜਦੋਂ ਕੋਈ ਵੀ ਘਰ ਪਰਿਵਾਰ ਹੈ ਚੱਲਾਂਗੇ ਨਾ, ਚੰਗੇ ਕੰਮ ਕਰਾਂਗੇ, ਆਪੇ ਮਾਣ ਵਧਣਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਧੀਏ ਅੱਜ ਅਸੀਂ ਆਈ ਤੇਰੇ ਕਰਕੇ ਹਾਂ, ਐਂ ਬਣਦੇ ਨੇ। ਅਤੇ ਜਿਉਂਦੇ ਜਿਉਂਦੇ ਮਹਾਰਾਜ ਦੇ ਬਣਨਾ, ਦਰਗਾਹ ਦੇ ਵੀ ਸਤਿਗੁਰੂ ਵਕੀਲ ਬਣਨਗੇ। ਤੇਰਾ ਬਣ ਜੂ ਵਕੀਲ ਵਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਧਾਰਦਾ। ਤੇਰਾ ਬਣ ਜੂ ਵਕੀਲ ਵਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਧਾਰਦਾ। ਅੰਮ੍ਰਿਤ ਛਕ ਲੈ ਖੰਡੇ, ਤੇਰਾ ਬਣ ਜੂ ਵਕੀਲ ਵਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਧਾਰਦਾ। ਬਣ ਜੂ ਵਕੀਲ ਵਾਜਾਂ ਵਾਲਾ, ਅੰਮ੍ਰਿਤ ਛਕ ਲੈ ਤੇਰਾ ਬਣ ਜੂ ਵਕੀਲ ਵਾਜਾਂ ਵਾਲਾ। ਅੰਮ੍ਰਿਤ ਛਕ ਲੈ ਖੰਡੇ ਧਾਰਦਾ, ਅੰਮ੍ਰਿਤ ਛਕ ਲੈ ਖੰਡੇ ਧਾਰਦਾ। ਅੰਮ੍ਰਿਤ ਛਕੋ ਭਾਈ, ਗੁਰੂ ਵਾਲੇ ਬਣੋ, ਫਾਇਦਾ ਦੇਖੋ ਕੀ ਹੁੰਦਾ ਹੈ। ਮਹਾਰਾਜ ਕਹਿੰਦੇ, ਧੀਏ ਬੈਠ ਘੋੜੇ 'ਤੇ, ਅਨੰਦਪੁਰ ਸਾਹਿਬ ਚੱਲਣਾ ਹੈ। ਜਦੋਂ ਆਹ ਦੇਖੀ ਨਾ ਗੱਲ, ਫਿਰ ਨਹਿਰੂ ਮੱਲ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਕੇ ਰੋਇਆ। ਕਹਿੰਦਾ, ਸੱਚੇ ਪਾਤਸ਼ਾਹ, ਮੈਂ ਮੇਰੇ ਮੁੰਡੇ ਨੂੰ ਕਮਲਾ ਸਮਝਦਾ ਸੀ, ਘਰੋਂ ਛੱਡ ਕੱਢਤਾ, ਵੀ ਤੂੰ ਗੁਰੂ ਤੋਂ ਕੀ ਲੈਣਾ ਸੀ, ਪਰ ਐਵੇਂ ਨਹੀਂ ਸੀ, ਉਹ ਤੁਹਾਡੇ ਚਰਨਾਂ ਨਾਲ ਜੁੜਿਆ। ਮੈਨੂੰ ਹੁਣ ਸਮਝ ਆਈ ਹੈ, ਮੈਂ ਤਾਂ ਵਿਰੋਧ ਹੀ ਕੀਤਾ ਹੈ। ਕਿਰਪਾ ਕਰੋ, ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਰੋਇਆ, ਕਹਿੰਦਾ, ਮਹਾਰਾਜ ਕਿਰਪਾ ਕਰ ਦਿਓ, ਬਖਸ਼ ਦਿਓ। ਸਤਿਗੁਰੂ ਕਹਿੰਦੇ, ਧੀਏ ਇਹ ਕੌਣ ਹੈ? ਦੇਖੋ ਹੁਣ, ਜਿਹਨੇ ਤਾਂ ਅੰਮ੍ਰਿਤ ਛਕਿਆ ਸੀ ਉਹਨੂੰ ਤਾਂ ਕਿੰਨਿਆਂ 'ਚ ਕਿਹਾ ਵੀ ਮੇਰੀ ਧੀ ਹੈ। ਨਹਿਰੂ ਮੱਲ ਬਾਰੇ ਕਹਿੰਦੇ, ਇਹ ਕੌਣ ਹੈ? ਕਹਿੰਦੀ, ਜੀ ਇਹ ਮੇਰਾ ਦਾਦਾ ਹੈ, ਇਹਨੂੰ ਵੀ ਬਖਸ਼ ਦਿਓ, ਨਾਲ ਹੀ ਲੈ ਚੱਲੋ। ਸਤਿਗੁਰੂ ਕਹਿੰਦੇ, ਨਹਿਰੂ ਮੱਲਾ, ਆਪਣੇ ਮਨ 'ਚ ਝਾਤੀ ਮਾਰ, ਹੁਣ ਮਿੰਨਤਾਂ ਤਾਂ ਕਰਦਾ, ਤੂੰ ਹੁਣ ਤੱਕ ਕੀਤਾ ਕੀ ਹੈ? ਫਿਰ ਉੱਥੇ ਰੋਇਆ, ਪਛਤਾਉਣਾ ਪਿਆ ਉਹਨੂੰ। ਗੁਰਮੁਖੋ, ਹਾਲ ਆਪਣਾ ਵੀ ਇਹੀ ਹੈ, ਜੋ ਮਰਜ਼ੀ ਕਰਦੇ ਫਿਰੋ, ਜਦੋਂ ਰੱਬ ਦੀ ਦਰਗਾਹ 'ਚ ਲੇਖਾ ਜੋਖਾ ਹੋਣਾ ਨਾ, ਉਦੋਂ ਮਾਣ ਤਾਂ ਕਿਸੇ ਵਿਰਲੇ ਦਾ ਹੀ ਵਧੂ, ਨਹੀਂ ਤਾਂ ਪਛਤਾਵਾ ਹੀ ਪੱਲੇ। ਔਗਣਾਂ ਦੀ ਪੰਡ ਸਿਰ 'ਤੇ ਧਰ ਕੇ ਲਈ ਜਾਂਦੇ ਹਾਂ, ਅਤੇ ਸਵਾਸ ਜਿਹੜੇ ਗੁਣ ਦਿੱਤੇ ਸੀ ਮਹਾਰਾਜ ਨੇ, ਉਹ ਗੁਣਾਂ ਦੀ ਗੱਠੜੀ ਤਾਂ ਗਵਾਤੀ ਗੁਰਮੁਖੋ ਅਸੀਂ, ਨਾ ਸਰੀਰ ਦੀ ਕਦਰ। ਹਰੇਕ ਬੰਦੇ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਦਿੱਤਾ ਹੈ, ਇਹ ਸੰਸਾਰ ਨੂੰ ਸੋਹਣਾ ਬਣਾਉਣ ਵਾਸਤੇ। ਆਪਣੇ ਗੁਣਾਂ ਨੂੰ ਗਵਾਓ ਨਾ, ਕਦਰ ਕਰੋ, ਕੋਈ ਮਾਣ ਸਤਿਕਾਰ ਵਧੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਨਹਿਰੂ ਮੱਲਾ, ਤੂੰ ਬਖਸ਼ਣ ਦੇ ਯੋਗ ਨਹੀਂ ਹੈ। ਪਰ ਬੱਚੀ ਨੇ ਫਿਰ ਅਰਦਾਸ ਕੀਤੀ, ਸਤਿਗੁਰ, ਜਿੱਦਾਂ ਦਾ ਵੀ ਹੈ ਠੀਕ ਹੈ, ਪਰ ਹੁਣ ਇਹ ਤੁਹਾਡੇ ਦਰ ਵੱਲ ਆ ਰਿਹਾ ਸੀ,
ਇਹਨੂੰ ਬਖਸ਼ ਦਿਓ। ਮਹਾਰਾਜ ਕਹਿੰਦੇ ਧੀਏ ਤੇਰੇ ਕਰਕੇ ਲੈ ਚੱਲਦੇ ਹਾਂ, ਪਰ ਬਖਸ਼ਣ ਦੇ ਯੋਗ ਨਹੀਂ ਸੀ, ਤੇਰੇ ਕਰਕੇ ਲੈ ਚੱਲਦੇ ਹਾਂ। ਇਹ ਗੁਰੂ ਨਾਨਕ ਦਾ ਘਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਫਿਰ ਵੀ ਗੁਰਮੁਖੋ ਮਹਾਰਾਜ ਨੇ ਅਨੰਦਪੁਰ ਸਾਹਿਬ ਲੈ ਕੇ ਗਏ ਉਹਨੂੰ, ਫਿਰ ਉਹਨੂੰ ਅੰਮ੍ਰਿਤ ਛਕਣਾ ਪਿਆ। ਆਖੋ ਸਤਨਾਮ। ਲਓ ਇਹ ਕਥਾ ਮੈਂ ਤਾਂ ਬੇਨਤੀ ਕੀਤੀ ਹੈ, ਉਹੀ ਹਾਲ ਆਪਣਾ ਗੁਰਮੁਖੋ। ਸਾਰੀ ਜ਼ਿੰਦਗੀ ਕਈ ਗੁਰੂ ਸਾਹਿਬ ਨੂੰ ਆਪਣਾ ਨਹੀਂ ਸਮਝਦੇ, ਅਸੀਂ ਨਹੀਂ ਜੁੜਦੇ ਧਰਮ ਦੇ ਨਾਲ, ਨਸ਼ੇ ਪੱਤੇ ਨਿੰਦਾ ਚੁਗਲੀ ਹੋਰ ਬਣੇ ਜੋ ਕੁਛ ਕਰੀ ਜਾਂਦੇ ਹਾਂ, ਅੰਤ ਸਮੇਂ ਨਹਿਰੂ ਮੱਲ ਲੰਗੂ ਫੇਰ ਕਰਨੀ ਪੈਂਦੀ ਹੈ ਅਰਦਾਸ ਵੀ ਮਹਾਰਾਜ ਇਹਨੂੰ ਚਰਨਾਂ 'ਚ ਥਾਂ ਦੇਈ। ਫਿਰ ਕਿੰਨੀ ਵਧੀਆ ਗੱਲ ਹੈ, ਜਦੋਂ ਇਹ ਤੋਂ ਬਿਨਾਂ ਸਰਦਾ ਹੀ ਨਹੀਂ, ਜੇ ਜਿਉਂਦੇ ਜਿਉਂਦੇ ਜੁੜੀਏ ਗੁਰਮੁਖੋ। ਮਹਾਰਾਜ ਵੀ ਮਾਣ ਨਾਲ ਕਹਿਣ ਵੀ ਸਾਡਾ ਆਇਆ ਕੋਈ ਦਰਗਾਹ ਦੇ ਵਿੱਚ, ਅਤੇ ਦੋਨੇ ਗੱਲਾਂ ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਸੱਚ ਨੇ, ਕਹਿੰਦੇ ਧਰਮ ਰਾਜਾ ਹੈਗਾ ਉਹਦੀ ਡਿਊਟੀ ਹੈ ਅਕਾਲ ਪੁਰਖ ਵੱਲੋਂ ਵੀ ਸੱਚਾ ਨਿਆਂ ਕਰਨਾ। ਧਰਮ ਰਾਏ ਨੂੰ ਹੁਕਮ ਹੈ ਬਹਿ, ਸੱਚਾ ਧਰਮ ਵਿਚਾਰ, ਸੱਚਾ ਨਿਆਂ ਹੁੰਦਾ। ਅਤੇ ਉੱਥੇ ਕੀ ਹੁੰਦਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੈ ਧਰਮ ਰਾਏ। ਅਤੇ ਜਿਹੜੇ ਹੁੰਦੇ ਆ ਨਾਮ ਜਪਣ ਵਾਲੇ, ਉਹਨਾਂ ਬਾਰੇ ਵੀ ਲਿਖਿਆ, ਕਹਿੰਦੇ ਨਾਮ ਤੇ ਆਏ ਨਾ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਜਿਹੜੇ ਤਾਂ ਪਾਪੀ ਲੋਕ ਹੈ ਉਹ ਤਾਂ ਹਾਏ ਹਾਏ ਕਰਦੇ ਆ, ਬਿਲਕਦੇ ਆ, ਦੁੱਖ ਭੋਗਦੇ ਆ, ਅਤੇ ਜਿਹੜੇ ਨਾਮ ਜਪਣ ਵਾਲੇ ਸੇਵਾ ਵਾਲੇ ਧਰਮੀ ਪੁਰਸ਼ ਹੈ, ਉਹਨਾਂ ਮੂਹਰੇ ਤਾਂ ਧਰਮ ਰਾਜਾ ਵੀ ਹੱਥ ਬੰਨ ਕੇ ਖੜ੍ਹਾ ਹੁੰਦਾ ਹੈ ਕਿ ਸ਼ੁਕਰ ਹੈ ਤੂੰ ਨਾਮ ਜਪਿਆ, ਜੀਵਨ ਦੀ ਬਾਜ਼ੀ ਜਿੱਤੀ, ਇੱਥੇ ਆ ਕੇ ਮੇਰਾ ਟਿਕਾਣਾ ਵੀ ਪਵਿੱਤਰ ਕੀਤਾ। ਆਖੋ ਸਤਨਾਮ। ਇਹ ਹੈ ਗੁਰੂ ਘਰ ਦਾ ਅਸੂਲ, ਅਤੇ ਮਰਜ਼ੀ ਤੁਹਾਡੀ ਹੈ ਤੁਸੀਂ ਕੀ ਕਰਨਾ, ਕਿਉਂਕਿ ਮੇਰੇ ਕੋਲ ਕਿਹੜਾ ਕੋਈ ਅਹੁਦਾ ਵੀ ਮੈਂ ਤੁਹਾਨੂੰ ਹੁਕਮ ਲਾਵਾਂ। ਗੁਰਮੁਖੋ ਵਿਚਾਰ ਸਾਂਝੀ ਕੀਤੀ ਹੈ, ਇਹ ਵਿਚਾਰਾਂ ਗਿਆਨ ਗੁਰੂ ਸਾਹਿਬ ਦਾ, ਅਤੇ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਜੇ ਚੰਗੇ ਪਾਸੇ ਤੁਰਾਂਗੇ ਗੁਰਮੁਖੋ ਕਦਰ ਪੈ ਜੂ, ਨਹੀਂ ਹਾਲਾਤ ਤਾਂ ਦੁਨੀਆ ਦੇ ਤੁਸੀਂ ਦੇਖ ਹੀ ਜਾਂਦੇ ਹੋ ਕੀ ਹੁੰਦਾ। ਸੋ ਇਸ ਕਰਕੇ ਭਾਈ ਨੇਕ ਕਮਾਈਆਂ ਕਰੋ, ਚੰਗੇ ਇਨਸਾਨ ਬਣੀਏ, ਇਨਸਾਨੀਅਤ ਦੇ ਫਰਜ਼ਾਂ ਨੂੰ ਪਛਾਣੀਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹੇ, ਜਿਵੇਂ ਵੀ ਜੁੜੇ ਹੋ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿਣਾ। ਨਸ਼ੇ ਪੱਤਿਆਂ ਤੋਂ ਹਟ ਜਾਓ, ਚੰਗੀ ਗੱਲ ਹੈ। ਆਪ ਮਿਹਨਤ ਕਰੋ, ਆਪਣੇ ਕੰਮ ਧੰਦੇ ਵੱਲ ਖਿਆਲ ਕਰੋ, ਬੇਲੋੜੇ ਸ਼ੱਕ ਸ਼ੁਬਾਵਾਂ ਨੂੰ ਛੱਡ ਕੇ ਗੁਰਮੁਖੋ ਚੰਗੀ ਜ਼ਿੰਦਗੀ ਆਪਾਂ ਜਿਉਈਏ, ਫਿਰ ਸਾਡਾ ਭਲਾ ਹੋਣਾ। ਅਤੇ ਹਰ ਪ੍ਰਾਣੀ ਨੂੰ, ਚਾਹੇ ਕੋਈ ਬੱਚਾ, ਜਵਾਨ ਹੈ, ਬਜ਼ੁਰਗ ਹੈ, ਬੱਚੀ ਹੈ, ਕੋਈ ਮਾਤਾ ਹੈ, ਚਾਹੇ ਨੂੰਹ ਹੈ, ਧੀ ਹੈ, ਹਰੇਕ ਨੂੰ ਆਪੋ ਆਪਣੇ ਫਰਜ਼ ਪਛਾਣਨੇ ਚਾਹੀਦੇ ਹੈ। ਆਪਣੇ ਫਰਜ਼ ਪਛਾਣ ਕੇ ਸੱਚੀ ਸੁੱਚੀ ਸੇਵਾ ਕਰੋ। ਹਾਂ, ਜੇ ਕਿਤੇ ਬਿਪਤਾ ਆ ਗਈ, ਸੱਚੇ ਹੋਵੋ ਤਾਂ ਮਾਲਕ ਤੁਹਾਡਾ ਬਚਾਅ ਜ਼ਰੂਰ ਕਰਨਗੇ। ਆਖੋ ਸਤਨਾਮ। ਅਤੇ ਜਿਹਦੇ ਕਰਮੀ ਮਾੜੇ ਹੋਣ, ਗੁਰਮੁਖੋ ਦਾ ਕਹਿਣਾ ਕੀ ਹੈ, ਹੁਣ ਭਾਈ ਜੋਗਾ ਸਿੰਘ ਦਾ ਇਤਿਹਾਸ ਸੁਣਦੇ ਹੋ, ਨਰਕਾਂ ਦੇ ਖੂਹ 'ਚ ਡਿੱਗਣ ਲੱਗਾ ਸੀ, ਪਰ ਗੁਰੂ ਦਾ ਸਿੱਖ ਸੀ, ਉਹਨੂੰ ਬਚਾ ਲਿਆ। ਅਤੇ ਉੱਦਾਂ ਤਾਂ ਬੜੀ ਦੁਨੀਆ ਉੱਥੇ ਜਾਂਦੀ ਆਉਂਦੀ ਹੋਏਗੀ। ਕਈ ਗੁਰੂ ਦੇ ਸਿੱਖ ਵੀ ਦੇਖਣ ਮਾਤਰ ਸਿੱਖ ਸੀ, ਪਰ ਜਿਹੜੇ ਮਹਾਰਾਜ ਦੇ ਬਣੇ ਨਹੀਂ ਸੀ ਨਾ ਅੰਦਰੋਂ, ਉਹਨਾਂ ਨੂੰ ਗੁਰੂ ਸਾਹਿਬ ਨੇ ਤੇਲ ਪਾ ਪਾ ਕੇ ਸਾੜਿਆ ਵੀ ਆ। ਆਖੋ ਸਤਨਾਮ। ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹੋ ਨਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਆਪਾਂ ਮੱਥਾ ਟੇਕ ਕੇ ਮੁੜ ਆਉਂਦੇ ਹਾਂ, ਨਾਲ ਹੀ ਇੱਕ ਸਥਾਨ ਹੈ ਸੀਸਗੰਜ ਸਾਹਿਬ, ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ
ਸੰਸਕਾਰ ਹੋਇਆ। ਉਹਦੇ ਨਾਲ ਹੀ ਇੱਕ ਗੁਰਦੁਆਰਾ ਦਮਦਮਾ ਸਾਹਿਬ ਹੈ, ਉੱਥੇ ਬਹੁਤ ਘੱਟ ਸੰਗਤ ਜਾਂਦੀ ਹੈ। ਉੱਥੇ ਗੁਰੂ ਕਾ ਪਰਿਵਾਰ ਰਹਿੰਦਾ ਸੀ। ਕਸ਼ਮੀਰੀ ਪੰਡਿਤਾਂ ਨੇ ਆ ਕੇ ਬੇਨਤੀ ਵੀ ਉੱਥੇ ਕੀਤੀ ਸੀ, ਗੁਰੂ ਤੇਗ ਬਹਾਦਰ ਉੱਥੋਂ ਹੀ ਤੁਰੇ ਸੀ, ਅਤੇ ਉਸੇ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਿੱਤੀ। ਉਸੇ ਅਸਥਾਨ 'ਤੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ। ਅਤੇ ਉੱਥੇ ਇੱਕ ਅਸਥਾਨ ਹੈ ਖੂਹ, ਜਿਹੜੇ ਮਸੰਦ ਗੁਰੂ ਘਰ ਦੇ ਨਾਂ 'ਤੇ ਲਿਆ ਲਿਆ ਕੇ ਮਾਇਆ ਕੰਮ ਗਲਤ ਕਰਦੇ ਸੀ ਨਾ, ਉਹ ਮਹਾਰਾਜ ਨੇ ਤੇਲ ਪਾ ਪਾ ਕੇ ਸਾੜੇ ਉਸ ਖੂਹ 'ਚ ਸਿੱਟ ਸਿੱਟ ਕੇ, ਆਖੋ ਸਤਨਾਮ। ਹੁਣ ਦੇਖਿਓ ਭਾਈ, ਕਰਮਾਂ ਦਾ ਫਲ ਹੈ। ਮਹਾਰਾਜ ਨੇ ਤਾਂ ਸੱਚਾ ਨਿਆਂ ਦੇਣਾ ਹੈ, ਅੱਗੇ ਆਪਣਾ ਫਰਜ਼ ਹੈ ਆਪਾਂ ਕਰਮ ਚੰਗੇ ਕਰੀਏ। ਲਓ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀ ਕੀ ਬੇਨਤੀ ਪ੍ਰਵਾਨ ਕਰ ਲੈਣੀ।